ਔਰ ਜਦੋਂ ਭਗਤ ਸਿੰਘ ਦੀ ਗੱਲ ਤੁਰਦੀ ਹੈ ਤਾਂ ਕਰਤਾਰ ਸਿੰਘ ਸਰਾਭੇ ਦਾ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਭਗਤ ਸਿੰਘ ਨੇ ਆਪਦੀ ਜ਼ਿੰਦਗੀ ਦੇ ਵਿੱਚ ਉਸ ਨੂੰ ਆਪਦਾ ਆਈਡਲ ਮੰਨਿਆ। ਕਰਤਾਰ ਸਿੰਘ ਸਰਾਭੇ ਦੀਆਂ ਲਿਖੀਆਂ ਲਾਈਨਾਂ ਨੂੰ ਭਗਤ ਸਿੰਘ ਆਪਦੇ ਅਖੀਰਲੇ ਵੇਲਿਆਂ ਦੇ ਵਿੱਚ ਜੇਲ੍ਹ ਯਾਤਰਾ ਦੇ ਦੌਰਾਨ ਗੁਣਗੁਣਾਉਂਦਾ ਰਹਿੰਦਾ ਸੀਗਾ। ਉਹਨਾਂ ਲਾਈਨਾਂ 'ਤੇ ਸ਼ੁਰੂਆਤ ਕਰਕੇ ਫਿਰ ਗੀਤ ਗਾਉਂਦੇ ਆ, ਫਿਰ ਉਸ ਤੋਂ ਬਾਅਦ ਜਿਵੇਂ ਬਾਈ ਜੀ ਹੁਣੀ ਦੱਸਣਗੇ ਉਵੇਂ ਚੱਲੇਗਾ ਪ੍ਰੋਗਰਾਮ। ਕਿਉਂਕਿ ਵਿੱਚ ਸਾਡੇ ਮੁੱਲਾਪੁਰ ਤੋਂ ਸਾਡੇ ਬਹੁਤ ਹੀ ਗ੍ਰੈਂਡ ਤੋਂ ਵੀ ਗ੍ਰੈਂਡ ਸੀਨੀਅਰ, ਅਸੀਂ ਹਮੇਸ਼ਾ ਉਹਨਾਂ ਦਾ ਸਤਿਕਾਰ ਕਰਦੇ, ਉਹਦਾ ਕਾਰਨ ਇੱਕੋ ਹੀ ਆ, ਕਿਉਂਕਿ ਸਾਡੇ ਸਤਿਕਾਰ ਕਰਨ ਦਾ ਜਾਂ ਨਾ ਕਰਨ ਦਾ ਇੱਕੋ ਹੀ ਕਾਰਨ ਹੁੰਦਾ, ਉਹ ਆਉਂਦੀ ਆਈਡੋਲੋਜੀ ਕੀ ਬੰਦੇ ਨੇ ਉਹ ਸਾਰੀ ਉਮਰ ਉਸ ਆਈਡੋਲੋਜੀ 'ਤੇ ਕੰਮ ਕੀਤਾ। ਅਤੇ ਮੁੱਲਾਪੁਰ ਦਾਖਾ ਦੀ ਟੀਮ ਨੂੰ ਸਾਡਾ ਮਾਣ ਹੈ, ਅਸੀਂ ਬਹੁਤ ਕੁਛ ਸਿੱਖਦੇ ਹਾਂ ਉਹਨਾਂ ਤੋਂ। ਉਹਨਾਂ ਨੇ ਜੋ ਆਈਡੋਲੋਜੀਕਲ ਤੌਰ 'ਤੇ ਸਾਰਾ ਜੀਵਨ ਆਪਦਾ ਅਰਪਿਤ ਕੀਤਾ, ਇਹ ਕੰਟਰੀਬਿਊਸ਼ਨ ਆਉਣ ਵਾਲੀ ਜਨਰੇਸ਼ਨ ਨੂੰ ਵੀ ਭੁੱਲਣੀ ਨਹੀਂ ਚਾਹੀਦੀ। ਤੋ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਅਤੇ ਉਹਨਾਂ ਨੇ ਵੀ ਅੱਜ ਨਾਟਕ ਕਰਨੇ ਨੇ, ਵਿੱਚ ਗੀਤ ਵੀ ਗਾਉਣੇ ਆ, ਆਪਾਂ ਰਲ ਮਿਲ ਕੇ ਪ੍ਰੋਗਰਾਮ ਚੱਲਣਾ, ਕਿਉਂਕਿ ਇਹ ਕਿਹੜਾ ਕੋਈ ਦੂਜੂ ਕਲਾਕਾਰੀ ਟਾਈਪ ਕਰਾਮ ਕੰਮ ਹੈ, ਇਹ ਤਾਂ ਇੱਕ ਵਿਚਾਰਾਂ ਦੀ ਸਾਂਝ ਹੈ ਜਿਹੜੀ ਆਪਾਂ ਆਪਸ 'ਚ ਕਰ ਰਹੇ ਹਾਂ ਗੀਤਾਂ ਦੇ ਰਾਹੀਂ, ਨਾਟਕਾਂ ਦੇ ਰਾਹੀਂ। ਸੇਵਾ ਦੇ ਗੱਲਾਂ ਕਰਨੀਆਂ ਢੇਰ ਸਖਲੀਆਂ, ਉਹ ਜੀਨਾ ਦੇਸ਼ ਸੇਵਾ, ਉਹ ਜੀਨਾ ਦੇਸ਼ ਸੇਵਾ ਵਿੱਚ ਪੈ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਚੱਲੀ, ਹੁਣ ਨਾਰਾ ਇਨਕਲਾਬ ਦਾ ਲਾ ਕੇ ਇਨਕਲਾਬ, ਹੁਣ ਨਾਰਾ ਇਨਕਲਾਬ ਦਾ ਲਾ ਕੇ ਧਰਤੀ ਮਾਤਾ ਦੀ ਸੌਖਾ ਕੇ, ਉਹ ਬੀੜਾ ਦੇਸ਼ ਭਗਤਾਂ ਨੇ ਲਿਆ ਉਠਾ, ਨਿਯਮੀਏ ਹੋਰ ਨਾ ਆਜ਼ਾਦੀ ਦਾ ਕੋਈ ਰਾਹ, ਨਿਯਮੀਏ ਹੋਰ ਨਾ ਆਜ਼ਾਦੀ ਦਾ ਕੋਈ ਰਾਹ, ਨਿਯਮੀਏ ਹੋਰ ਨਾ ਆਜ਼ਾਦੀ ਦਾ ਕੋਈ ਰਾਹ, ਮਿੱਟੀ ਮਿੱਟੀ ਤਾਲੀ ਮਾਰਦੇ ਨਾਲ ਨਾਲ, ਕਿਉਂਕਿ ਇਹਦੇ ਨਾਲ ਨਾ ਇਹ ਮੈਂ ਆਮ ਤੌਰ 'ਤੇ ਜਾਂਦਾ ਹੁੰਦਾ, ਮੈਨੂੰ ਕਈ ਕਹਿੰਦੇ ਯਾਰ ਤੂੰ ਜਗਰਾਤਾ ਹੀ ਕਰਨ ਲਾ ਦਿੰਦਾ, ਇਹ ਸੋਚ ਹੈ ਸਾਡੀ, ਐਂ ਨਹੀਂ ਹੁੰਦਾ। ਤਾੜੀ ਦਾ ਮਤਲਬ ਸੰਗੀਤ ਨਾਲ ਹੈ, ਜਗਰਾਤਾ ਸ਼ਬਦਾਂ ਦੀ ਖੇਡ ਹੈ, ਸੰਗੀਤ ਉਹੀ ਹੁੰਦਾ ਸਾਰੇ ਪਾਸੇ ਜਿੱਥੇ ਮਰਜ਼ੀ ਚਲੇ ਜਾਓ, ਭਾਵੇਂ ਤੁਸੀਂ ਇਨਕਲਾਬ ਦੀ ਗੱਲ ਕਰ ਲਓ, ਸੰਗੀਤ ਨੇ ਤੁਹਾਨੂੰ ਹੋਰ ਤਾਰ ਜੋੜਨੀ ਹੈ, ਅੰਦਰੋਂ ਸਕੂਨ ਕਰਨਾ, ਪਰ ਜਿਹੜੇ ਸ਼ਬਦ ਹੈ ਸਾਡੇ ਉਹਨਾਂ ਨੇ ਤੁਹਾਨੂੰ ਸਿਆਣਾ ਕਰਨਾ, ਤਾਂ ਤਾੜੀ ਹੋ ਜੇ ਮਿੱਠੇ ਮਿੱਠੇ ਨਾਲ। ਇਨਕਲਾਬ ਦਾ ਝੰਡਾ ਲਾ ਨੇ ਲਾਜਪਤ ਨੇ ਫੜਿਆ, ਕਰਿਆ ਹੁਕਮ ਸੱਕਾਟੇ ਨੇ ਸੀਮੀ ਡਾਂਗਾਂ ਦਾ ਭਰਿਆ, ਕਰਿਆ ਹੁਕਮ ਸਗਾਟੇ ਨੇ ਸੀਮੀ ਡਾਂਗਾਂ ਦਾ ਵਰਿਆ, ਕਰਿਆ ਹੁਕਮ ਸਗਾਟੇ ਨੇ ਸੀਮੀ ਡਾਂਗਾਂ ਦਾ ਵਰਿਆ, ਇਨਕਲਾਬ ਦਾ ਝੰਡਾ ਲਾ ਲੇ ਲਾਜਪਤ ਨੇ ਫੜਿਆ, ਕਰਿਆ ਹੁਕਮ ਸਗਾਟੇ ਨੇ ਸੀਮੀ ਡਾਂਗਾਂ ਦਾ ਵਰਿਆ,
ਕਰਿਆ ਹੁਕਮ ਸਗਾਟੇ ਨੇ ਸੀਮੀ ਡਾਂਗਾ ਦਵਰਿਆ ਲਾਲਾ ਖੜ ਗਿਆ ਮੂਹਰੇ ਅੜਕੇ ਲਾਲਾ ਵੀ ਫਿਰ ਖੜ ਗਿਆ ਜਾ ਕੇ ਲਾਲਾ ਖੜ ਗਿਆ ਮੂਹਰੇ ਅੜਕੇ ਹੱਕ ਲੈਣਾ ਜ਼ਾਲਮ ਹੋ ਲੜਕੇ ਲਾਲਾ ਖੜ ਗਿਆ ਮੂਹਰੇ ਅੜਕੇ ਹੱਕ ਲੈਣਾ ਜ਼ਾਲਮ ਹੋ ਲੜਕੇ ਲਾਲਾ ਹੱਸਦਾ ਸ਼ਹੀਦੀ ਗਏ ਆਪਾਂ ਨੀ ਅੰਮੀ ਐ ਸਾਰੇ ਗੋ ਨੀ ਅੰਮੀ ਐ ਹੋਰ ਨਾ ਆਜ਼ਾਦੀ ਦਾ ਕੁਇਰਾ ਨੀ ਅੰਮੀ ਐ ਹੋਰ ਨਾ ਆਜ਼ਾਦੀ ਦਾ ਕੁਇਰਾ ਨੀ ਅੰਮੀ ਐ ਹੋਰ ਨਾ ਆਜ਼ਾਦੀ ਦਾ ਕੁਇਰਾ ਊਧਮ ਸਿੰਘ ਨੇ ਲੈ ਲਿਆ ਬਦਲਾ ਜਾ ਕੇ ਮੁਲਖ ਬਗਾਨੇ ਊਧਮ ਸਿੰਘ ਨੇ ਲੈ ਲਿਆ ਬਦਲਾ ਜਾ ਕੇ ਮੁਲਖ ਬਗਾਨੇ ਊਧਮ ਸਿੰਘ ਨੇ ਲੈ ਲਿਆ ਬਦਲਾ ਜਾ ਕੇ ਮੁਲਖ ਬਗਾਨੇ ਸ਼ੇਰਾਂ ਨੇ ਅੱਜ ਮਹਾਲੀ ਲਈ ਬਲੇ ਮਹੁੱਤ ਦੇ ਗਾਨੇ ਸ਼ੇਰਾਂ ਨੇ ਅੱਜ ਮਹਾਪਣੀ ਲਈ ਬਲੇ ਮਹੁੱਤ ਦੇ ਗਾਨੇ ਊਧਮ ਸਿੰਘ ਨੇ ਲੈ ਲਿਆ ਬਦਲਾ ਜਾ ਕੇ ਮੁਲਖ ਬਗਾਨੇ ਊਧਮ ਸਿੰਘ ਨੇ ਲੈ ਲਿਆ ਬਦਲਾ ਜਾ ਕੇ ਮੁਲਖ ਬਗਾਨੇ ਮੌਜਰ ਕਾਪੀ ਵਿੱਚ ਲਗਾ ਕੇ ਅੰਤ ਸ਼ਬਦ ਸੁਣਾਉਣੇ ਵੀ ਜ਼ਰੂਰੀ ਉਹ ਮੋਜਰ ਕਾਪੀ ਵਿੱਚ ਲਿਖਾ ਕੇ ਬੜਿਆ ਹਾਲ 'ਚ ਅੱਖ ਬਚਾ ਕੇ ਮੋਜਰ ਕਾਪੀ ਵਿੱਚ ਲਿਖਾ ਕੇ ਬੜਿਆ ਹਾਲ 'ਚ ਅੱਖ ਬਚਾ ਕੇ ਦਿੱਤਾ ਭੋਗ ਜਲ ਮਾਹ ਦਾਸੀ ਪਾ ਨੀ ਅੰਮੀ ਐ ਨੀ ਅੰਮੀ ਐ ਹੋਰ ਨਾ ਆਜ਼ਾਦੀ ਦਾ ਕੀਰਾ ਨੀ ਅੰਮੀ ਐ ਹੋਰ ਨਾ ਆਜ਼ਾਦੀ ਦਾ ਕੀਰਾ ਨੀ ਅੰਮੀ ਐ ਹੋਰ ਨਾ ਆਜ਼ਾਦੀ ਦਾ ਕੀਰਾ ਸ਼ੇਰਾਂ ਨੇ ਅੱਜ ਮਰਲੀ ਦਾ ਕਰਜ਼ ਮੋੜ ਕੇ ਰਹਿਣਾ ਇਹਦੀ ਇੱਜ਼ਤ ਖਾਤਰ ਲੜਦੇ ਜੋਧੇ ਆਜੋ ਇੱਕ ਵਾਰੀ ਤਾੜੀ ਮਾਰ ਕੇ ਜਾ ਦਿਓ ਤੇ ਫਿਰ ਆਪਾਂ ਗਾਉਂਦੇ ਹਾਂ ਪੰਜਾਬ ਦਾ ਲੋਕ ਰੰਗ ਬਾਹਰ Thank you.
ਹੋ ਡੋਲੇ ਹੁਰਾਂ ਦੇ ਕਦੇ ਉਹ ਫਰਕ ਦੇ ਨਾ, ਹੋ ਮੰਗਦੀ ਬਣ ਕੇ ਹੋ ਮੰਗਦੀ ਬਣ ਕੇ ਜੇ ਦਰ ਤੇ ਮੌਤ ਆਵੇ ਹੋ ਸਿਰ ਦੀ ਖੈਰ ਪਾਉਂਦੇ ਖਾਲੀ ਮੋੜ ਦੇ ਮੌਤੀ ਉਡੀਕਦੀ ਆ ਉਹ ਸਿਰ ਤੇ ਕੂਕਦੀ ਉਹ ਪੈ ਗਏ ਸੂਰਮੇ ਰਸਤਾ ਰੋਕ ਕੇ ਪੈਦਾ ਸ਼ੇਰ ਜੋ ਵੇਖ ਕੇ ਸ਼ਿਕਾਰ ਮੋਟਰਸਾਈਕਲ ਤੇ ਹੋ ਕੇ ਸਵਾਰ ਹੁੰਦਾ ਵੇਖਿਆ ਹੋ ਜਾਏ ਗੋਪਾਲ ਨੇ ਕੀਤਾ ਸਾਥੀਆਂ ਤਾਈ ਹੁਸ਼ਿਆਰ ਉਧਰ ਬੈਠਾ ਸੀ ਹੱਥ ਪਿਸਤੌਲ ਲੈ ਕਰਕੇ ਜੀ ਹੋ ਸਿੱਧਾ ਕਰਕੇ ਨਿਸ਼ਾਨਾ ਸ਼ੇਰ ਨੇ ਹੋ ਕੀਤਾ ਕੱਟ ਗੋਰੇ ਤੇ ਵਾਰ ਜਿਹੜਾ ਖਾ ਕੇ ਜ਼ਮੀਨੀ ਉੱਤੇ ਡਿੱਗਿਆ ਹਾਂ ਖਾ ਕੇ ਜ਼ਮੀਨੀ ਉੱਤੇ ਡਿੱਗਿਆ ਕਰਮਾਂ ਦਾ ਪੈ ਗਿਆ ਹੋ ਪਾਪੀ ਪੱਲਾ ਵਿੱਚ ਹੋ ਗਿਆ ਬਾਰ ਰਹਿੰਦੀਆਂ ਭਗਤ ਸਿੰਘਾਂ ਤੇਰੀਆਂ ਰਹਿੰਦੀਆਂ ਭਗਤ ਸਿੰਘਾਂ ਤੇਰੀਆਂ ਹਾਂ ਰਹਿੰਦੀਆਂ ਭਗਤ ਸਿੰਘਾਂ ਤੇਰੀਆਂ ਹਾਂ ਜੀ ਹਾਂ ਉਹ ਯਾਦਾਂ ਰਹਿੰਦੀਆਂ ਭਗਤ ਸਿੰਘਾਂ ਤੇਰੀਆਂ ਉਹ ਯਾਦਾਂ ਰਹਿੰਦੀਆਂ ਭਗਤ ਸਿੰਘਾਂ ਤੇਰੀਆਂ ਹਾਂ ਜੀ ਹਾਂ ਬਾਰਾਂ ਤਰੀਆਂ ਜਾ ਉਹ ਦੇਸ਼ ਮੇਰੇ ਦੇ ਬਾਕੇ ਗੱਭਰੂ ਸ਼ੇਰਾਂ ਵਾਂਗੂ ਗੱਜਣਗੇ ਦੇਸ਼ ਮੇਰੇ ਦੇ ਬਾਕੇ ਗੱਭਰੂ ਸ਼ੇਰਾਂ ਵਾਂਗੂ ਗੱਜਣਗੇ ਜਿਹੜਾ ਸਾਡੀ ਅਣਖ ਮੰਗਾਰੂ ਨਹੀਂ ਜੇ ਆਉਂਦਾ ਛੱਡਾਂਗੇ ਜਿਹੜਾ ਸਾਡੀ ਅਣਖ ਮੰਗਾਰੂ ਨਹੀਂ ਜੇ ਆਉਂਦਾ ਛੱਡਣਗੇ ਰੰਗ ਦੇ ਚਿੱਟੇ ਕੁੱਤੇ ਕਾਲੇ ਉਹ ਰੰਗ ਦੇ
ਬਣਾਈ ਹੋਵੇ ਪਸੰਦ ਆਏ ਉਹ ਤਾੜੀ ਮਾਰ ਦੇ। ਆਓ ਇੱਕ ਨਾ ਮਸਲਾ ਚੱਲਿਆ ਹੋਇਆ ਹਿੰਦੁਸਤਾਨ 'ਚ, ਉਹ ਮਸਲੇ ਨਾਲ ਸਾਂਝ ਪਾਉਂਦੇ ਤੁਹਾਡੀ, ਕਿਉਂਕਿ ਕਰੰਟ ਇਸ਼ੂਜ਼ ਵੀ ਜ਼ਰੂਰੀ ਹੁੰਦੇ। ਇੱਕ ਮਸਲਾ ਚੱਲਿਆ ਹੋਇਆ ਵੀ ਐਂ ਕਰਕੇ ਵੀ ਪੰਜਾਬੀ ਦਾ ਐਂ ਕਰਨਾ ਜਾਂ ਜਿਉਂ ਕਰਨਾ ਜਾਂ ਫਿਰ ਹੋਰ ਲੋਕਲ ਲੈਂਗੁਏਜਸ ਐਂ ਕਰ ਦਿਆਂਗੇ ਜਿਉਂ ਕਰ ਦਿਆਂਗੇ। ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ, ਕੋਈ ਸ਼ੱਕ ਨਹੀਂ। ਜੇ ਆਪਾਂ ਪੰਜਾਬ ਤੋਂ ਬਾਹਰ ਜਾ ਕੇ ਕਿਸੇ ਨਾਲ ਗੱਲ ਕਰਨੀ ਹਿੰਦੀ 'ਚ ਕਰਨੀ ਪਊਗੀ, ਕਿਉਂਕਿ ਨੈਸ਼ਨਲ ਲੈਦਰ ਦੀ ਭਾਸ਼ਾ ਹੈ। ਜੇ ਆਪਾਂ ਹਿੰਦੁਸਤਾਨ ਤੋਂ ਬਾਹਰ ਜਾ ਕੇ ਗੱਲ ਕਰਦੇ ਹਾਂ ਤਾਂ ਅੰਗਰੇਜ਼ੀ ਸਿੱਖਣੀ ਪਊਗੀ, ਕਿਉਂਕਿ ਇੰਟਰਨੈਸ਼ਨਲ ਪੱਧਰ ਦੀ ਭਾਸ਼ਾ। ਪਰ ਬੰਦੇ ਨੂੰ ਤੁਸੀਂ ਜਿਹੜੀ ਉਹਦੀ ਮਾਤ ਭਾਸ਼ਾ ਹੁੰਦੀ ਹੈ ਧਰਮ ਦੇ ਹਿਸਾਬ ਨਾਲ ਕਦੇ ਨਹੀਂ ਹੁੰਦੀ, ਉਹ ਧਰਤੀ ਦੇ ਹਿਸਾਬ ਨਾਲ ਹੁੰਦੀ ਹੈ, ਖੇਤਰਫਲ ਦੇ ਹਿਸਾਬ ਨਾਲ ਹੁੰਦੀ। ਨਾ ਹਿੰਦੂ ਦੀ ਪੰਜਾਬੀ ਹੈ, ਨਾ ਸਿੱਖ ਦੀ ਪੰਜਾਬੀ ਹੈ, ਨਾ ਮੁਸਲਮਾਨ ਦੀ ਪੰਜਾਬੀ ਹੈ, ਨਾ ਇਸਾਈ ਦੀ ਪੰਜਾਬੀ ਹੈ। ਪੰਜਾਬੀ ਸਭ ਦੀ ਸਾਂਝੀ ਹੈ ਅਤੇ ਸਾਡੀ ਆਪਦੀ ਬੋਲੀ ਹੈ। ਅਤੇ ਜੇ ਆਪਾਂ ਪੰਜਾਬੀ ਨੂੰ ਇਹੋ ਜਿਹੇ ਮੌਕਿਆਂ 'ਤੇ ਜਿੱਥੇ ਦੇਸ਼ ਦੇ ਵਿੱਚ ਇੰਨੇ ਸੈਂਸਿਟਿਵ ਇਸ਼ੂ ਚੱਲ ਰਹੇ ਨੇ ਕਿ ਲੋਕਲ ਲੈਂਗੁਏਜਸ ਨੂੰ ਇਉਂ ਕਰ ਦਿਆਂਗੇ ਜਿਉਂ ਕਰ ਦਿਆਂਗੇ ਤਿਉਂ ਕਰ ਦਿਆਂਗੇ, ਵੀ ਬੋਲਣ ਨਹੀਂ ਦੇਣੀ, ਲਿਖਣ ਨਹੀਂ ਦੇਣੀ, ਜੋ ਵੀ ਹੈ, ਉਸ ਦਰਮਿਆਨ ਸਾਡਾ ਫਰਜ਼ ਬਣਦਾ ਇਹੋ ਜਿਹੀ ਸਟੇਜਿਸ ਤੋਂ ਕੁਛ ਸ਼ਬਦ ਇੱਦਾਂ ਦੇ ਸਾਂਝਾ ਪਾਉਣ ਨੂੰ ਵੀ ਸਾਡਾ ਜਿਹੜੀ ਆਪਦੀ ਭਾਸ਼ਾ ਦੇ ਨਾਲ ਆਪਦੀ ਜਿਹੜੀ ਗੱਲ ਦੇ ਨਾਲ ਪਿਆਰ ਪਿਆ ਰਹੇ। ਤੋ ਇੱਕ ਗੀਤ ਆਇਆ ਸੀ, ਇਸ ਹਨੇਰੇ ਦੇ ਵਿੱਚ ਦੀਵੇ ਵਾਂਗੂ ਜਗਦਾ ਏ, ਉਸ ਦਾ ਨਾਮ ਸੀਗਾ ਜਿਹੜਾ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾਕਟਰੇਟ ਪਾਸ ਆਊਟ ਹੋਇਆ। ਅੱਜ ਦੇ ਸਮੇਂ ਦੇ ਵਿੱਚ ਬਹੁਤ ਪੰਜਾਬੀ ਭਾਸ਼ਾ ਦੀ ਇਹ ਮੈਂ ਸਹੀ ਬਾਤ ਤਾਂ ਕਦੇ ਕਿਸੇ ਨੂੰ ਕਹਿੰਦਾ ਨਹੀਂ ਹੁੰਦਾ, ਪਰ ਇਹ ਆ ਵੀ ਪੰਜਾਬੀ ਭਾਸ਼ਾ ਦਾ ਉਹ ਇੱਕ ਪਾਸੜ ਬਣੇ ਹੋਏ ਨੇ ਜਿੱਥੇ ਪੰਜਾਬੀ ਭਾਸ਼ਾ ਗਾਣਿਆਂ ਦੇ ਵਿੱਚ ਗਿਰਦੀ ਜਾ ਰਹੀ ਹੈ, ਮਿਆਰ ਗਿਰਦਾ ਜਾ ਰਿਹਾ ਸਾਡਾ ਆਪਦਾ। ਉੱਥੇ ਉਹ ਕੱਲੀ ਬੈਠਾ, ਉਹਦਾ ਨਾਮ ਹੈ ਸਤਿੰਦਰ ਸਰਤਾਜ, ਅਤੇ ਉਹਨਾਂ ਦਾ ਇੱਕ ਗੀਤ ਆਇਆ ਸੀ ਗੁਰਮੁਖੀ ਦਾ ਬੇਟਾ, ਉਹ ਗੀਤ ਤੁਹਾਡੇ ਨਾਲ ਸਾਂਝ ਪਾਉਣ ਲੱਗੇ। ਇੱਕ ਵੀ ਤਾੜੀਆਂ ਮਾਰ ਔਰ ਬਸ ਇਸ ਗੀਤ ਤੋਂ ਬਾਅਦ ਮੇਰੇ ਸਾਹਿਬ ਨਾਲ ਨਾਟਕ ਤਿਆਰ ਹੈ ਨਾ ਬਾਈ ਜੀ, ਨਾਟਕ ਤਿਆਰ ਹੈ ਨਾ ਇਸ ਗੀਤ ਤੋਂ ਬਾਅਦ, ਬਸ ਠੀਕ ਹੈ। ਮੇਰੀ ਯਾਦਦਾਸ਼ਤ ਬਹੁਤ ਕਮਜ਼ੋਰ ਹੈ, ਗਾਣੇ ਗੁਣੇ ਯਾਦ ਰੱਖਣ। ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਦੇ ਨੇ ਬਖਸ਼ ਕਵਿਤਾ, ਕਰਦੇ
ਜੀ ਨੂੰ ਖੁਦ ਬਣਾ ਕੇ ਸ਼ਾਇਰ ਕਰਦੇ ਨੇ ਬਖਸ਼ ਕਵਿਤਾ, ਹੁਣ ਜੀ ਨੂੰ ਖੁਦ ਬਣਾ ਕੇ ਸ਼ਾਇਰ ਕਰਦੇ ਨੇ ਬਖਸ਼ ਕਵਿਤਾ, ਸਰਤਾਜ ਨਾਮ ਦੇ ਕੇ, ਸਰਤਾਜ ਨਾਮ ਦੇ ਕੇ ਉਹਨੂੰ ਖੋਰਦੇ ਨੇ ਅੱਖਰ, ਮਾਂ ਖੇਡਣੇ ਨੂੰ ਦਿੱਤੇ ਕਿਸੇ ਹੋਰਦੇ ਨੇ ਅੱਖਰ, ਮੈਂ ਗੁਰਮੁਖੀ ਦਾ ਬੇਟਾ ਅੱਜ ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਡਣੇ ਨੂੰ ਦਿੱਤੇ ਕਿਸੇ ਹੋਰਦੇ ਨੇ ਅੱਖਰ। ਸਾਰੇ ਦਿੰਦੇ ਨੀ, ਮੈਨੂੰ ਪਤਾ ਨਹੀਂ ਲੱਗਦਾ ਵੀ ਮੇਰੀ ਗੱਲ ਸੁਣ ਲਿਆ ਕਿ ਨਹੀਂ, ਕਿਉਂਕਿ ਗੀਤ ਡੂੰਘਾ ਬਹੁਤ ਲਿਖਿਆ, ਡੂੰਘਾ ਇਨ ਦੀ ਸੈਂਸ ਵੀ ਇਕੱਲੀ ਇਕੱਲੀ ਗੱਲ ਸੁਣਨ ਵਾਲੀ ਆ ਵੀ ਉਹ ਪੰਜਾਬੀ ਬਾਰੇ ਕਹਿੰਦਾ ਕੀ ਆ, ਬਈ ਵਟ ਇਜ਼ ਮਦਰ ਲੈਂਗੁਏਜ, ਇਹ ਕਹਿਣਾ ਚਾਹੁੰਦਾ। ਫੁੱਲਾਂ ਨੂੰ ਕੌਣ ਦੱਸੇ ਕਿ ਤੁਹਾਨੂੰ ਦਾਨ ਚ ਮਿਲੇ ਨੇ, ਫੁੱਲਾਂ ਨੂੰ ਕੌਣ ਦੱਸੇ ਕਿ ਤੁਹਾਨੂੰ ਦਾਨ ਚ ਮਿਲੇ ਨੇ, ਫੁੱਲਾਂ ਨੂੰ ਕੌਣ ਦੱਸੇ ਕਿ ਤੁਹਾਨੂੰ ਦਾਨ ਚ ਮਿਲੇ ਨੇ, ਫੁੱਲਾਂ ਨੂੰ ਕੌਣ ਦੱਸੇ ਕਿ ਤੁਹਾਨੂੰ ਦਾਨ ਚ ਮਿਲੇ ਨੇ, ਜਿਹੜੀ ਟਿੱਬਿਆਂ ਤੇ ਟੈਕੇ, ਜਿਹੜੀ ਟਿੱਬਿਆਂ ਤੇ ਟੈਕੇ ਉਸ ਖੋਰ ਦੇ ਨੇ ਅੱਖਰ, ਮਾਂ ਖੇਡਣੇ ਨੂੰ ਦਿੱਤੇ ਕਿਸੇ ਹੋਰ ਦੇ ਨੇ ਅੱਖਰ, ਮੈਂ ਗੁਰਮੁਖੀ ਦਾ ਬੇਟਾ ਆਜ ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਡਣੇ ਨੂੰ ਦਿੱਤੇ ਜੀ ਕਿਸੇ ਹੋਰ ਦੇ ਨੇ ਅੱਖਰ। ਲਿਖੀਆਂ ਨਾ ਬਾਈ ਨੇ, ਸਰਤਾਜ ਬਾਈ ਨੇ ਲਿਖਿਆ, ਬਹੁਤ ਬਹੁਤ ਡੂੰਘੀਆਂ ਲਾਈਨਾਂ, ਸਮਝਣ ਵਾਲੀ ਗੱਲ ਹੈ, ਸਮਝੋ ਜ਼ਰੂਰ। ਕੋਇਲਾਂ ਨੂੰ ਮਿਲ ਗਈ ਹੈ ਸਭਨਾ ਦੀ ਸਹਿਮਤੀ ਪਰ, ਕੋਇਲਾਂ ਨੂੰ ਮਿਲ ਗਈ ਹੈ ਸਭਨਾ ਦੀ ਸਹਿਮਤੀ ਪਰ, ਕੋਇਲਾਂ ਨੂੰ ਮਿਲ ਗਈ ਹੈ ਸਭਨਾ ਦੀ ਸਹਿਮਤੀ ਪਰ, ਕੋਇਲਾਂ ਨੂੰ ਮਿਲ ਗਈ ਹੈ ਸਭਨਾ ਦੀ ਸਹਿਮਤੀ ਪਰ, ਕੋਇਲਾਂ ਨੂੰ ਮਿਲ ਗਈ ਏ ਸਭਨਾ ਦੀ ਸਹਿਮਤੀ ਪੇ, ਜਿਹੜਾ ਰੋਂਦਿਆਂ ਵੀ ਨੱਚਦਾ, ਜਿਹੜਾ ਰੋਂਦਿਆਂ ਵੀ ਨੱਚਦਾ ਉਸ ਮੋਰ ਦੇ ਨੇ ਅੱਖਰ, ਬਦਲੇ ਨਾ ਜੋ ਖੁਮਾਰੀ ਕਿਸੇ ਲੋਰ ਜੇ ਨੇ ਅੱਖਰ, ਮੈਂ ਗੁਰਮੁਖੀ ਦਾ ਬੇਟਾ ਆਜ ਮੈਨੂੰ ਤੋਰ ਦੇ ਨੇ ਅੱਖਰ, ਮਾਂ ਖੇਡਣੇ ਨੂੰ ਦਿੱਤੇ ਕਿਸੇ ਹੋਰ ਦੇ ਨੇ ਅੱਖਰ। ਕਿਸਾਨੀ ਹੱਥਾਂ ਦੇ ਰੱਟਣਾ ਚੋਂ, ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾ ਚੋਂ, ਰੱਟਣ ਪਤਾ ਕੀ ਹੁੰਦੇ, ਰੱਟਣ ਜਦੋਂ ਆਪਾਂ ਖੇਤੀਬਾੜੀ ਕਰਦੇ ਹਾਂ ਨਾ, ਕਹੀ ਕੋਈ
ਆ ਜਿਹੜੇ ਹੱਥ ਪਾਠ ਨਹੀਂ ਜਾਂਦੇ ਇਹਦੇ ਵਿੱਚ ਜਿਹੜੀ ਮਿੱਟੀ ਜਮ੍ਹਾਂ ਹੋਣ ਲੱਗ ਜਾਂਦੀ ਉਹਨੂੰ ਕਹਿੰਦੇ ਰੱਟਾ। ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾ ਚੋਂ, ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾ ਚੋਂ, ਜਿਸ ਨਾਲ ਆਉਂਦਾ ਮੁੜਕਾ, ਜਿਸ ਨਾਲ ਆਉਂਦਾ ਮੁੜਕਾ, ਉਸ ਚੋਰ ਦੇ ਨੇ ਅੱਖਰ ਮਾਂ ਖੇਡਣੇ ਨੂੰ ਦਿੱਤੇ ਕਿਸੇ ਹੋਰ ਦੇ ਨੇ ਅੱਖਰ। ਮੈਂ ਗੁਰਮੁਖੀ ਦਾ ਬੇਟਾ ਆਜ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਡਣੇ ਨੂੰ ਦਿੱਤੇ ਕਿਸੇ ਹੋਰ ਦੇ ਨੇ ਅੱਖਰ। ਸਾਰੀਆਂ ਬੱਚੀਆਂ ਨਾ ਜਿੰਨੀਆਂ ਉਹ ਮਿੱਠੀ ਮਿੱਠੀ ਤਾੜੀ ਮਾਰੋ ਨਾਲ, ਦੱਸਦਾ ਕਿਉਂ ਬੱਚੀਆਂ ਔਰਤਾਂ। ਪੰਜਾਬ ਦੀ ਵਿਰਾਸਤ ਹਾਂ ਜਦੋਂ ਮੜਕ ਨਾਲ ਤੁਰਦੀ, ਪੰਜਾਬ ਦੀ ਵਿਰਾਸਤ ਹੋ ਜਦੋਂ ਮੜਕ ਨਾਲ ਤੁਰਦੀ, ਝਾਂਜਰ ਚੋਂ ਜਿਹੜਾ ਛਣਕੇ, ਝਾਂਜਰ ਚੋਂ ਜਿਹੜਾ ਛਣਕੇ, ਉਸ ਗੋਰ ਦੇ ਨੇ ਅੱਖਰ ਮਾਂ ਖੇਡਣੇ ਨੂੰ ਦਿੱਤੇ ਕਿਸੇ ਹੋਰ ਦੇ ਨੇ ਅੱਖਰ। ਗੁਰਮੁਖੀ ਦਾ ਬੇਟਾ ਜੇ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਡਣੇ ਨੂੰ ਦਿੱਤੇ ਜੇ ਕਿਸੇ ਹੋਰ ਦੇ ਨੇ ਅੱਖਰ। ਕਲਕਲ ਜੋ ਗੀਤ ਗਾਉਂਦੇ, ਕਲਕਲ ਜੋ ਗੀਤ ਗਾਉਂਦੇ, ਉਸ ਸ਼ੋਰ ਦੇ ਨੇ ਅੱਖਰ। ਦੁਬਾਰਾ ਸੁਣੋ। ਸਿੰਧ ਬਿਆਸ ਰਾਵੀ ਕੱਕਰ ਸਤਲੁਜ ਚਨਾਬ ਜੇਲਮ, ਸਿੰਧ ਬਿਆਸ ਰਾਵੀ ਕੱਕਰ ਸਤਲੁਜ ਚਨਾਬ ਜੇਲਮ। ਕਲਕਲ ਜੋ ਗੀਤ ਗਾਉਂਦੇ, ਕਲਕਲ ਜੋ ਗੀਤ ਗਾਉਂਦੇ, ਜਦੋਂ ਨਹਿਰ ਵਗਦੀ ਹੈ ਸੁਣੇ ਕਿਤੇ ਉਹਨਾਂ ਦਾ ਸੰਗੀਤ ਸੁਣੇ, ਪਾਣੀਆਂ ਦਾ ਜਦੋਂ ਪਾਣੀ ਚੱਲਦੇ ਹੁੰਦੇ ਉਹ ਸੰਗੀਤ ਹੈ, ਉਹੀ ਸੰਗੀਤ ਹੈ। ਕਲਕਲ ਜੋ ਗੀਤ ਗਾਉਂਦੇ, ਕਲਕਲ ਜੋ ਗੀਤ ਗਾਉਂਦੇ, ਕਲਕਲ ਜੋ ਗੀਤ ਗਾਉਂਦੇ, ਕਲਕਲ ਜੋ ਗੀਤ ਗਾਉਂਦੇ, ਉਸ ਸ਼ੋਰ ਦੇ ਨੇ ਅੱਖਰ ਮਾਂ ਖੇਡਣੇ ਨੂੰ ਦਿੱਤੇ ਕਿਸੇ ਹੋਰ ਦੇ ਨੇ ਅੱਖਰ। ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਡਣੇ ਨੂੰ ਦਿੱਤੇ ਕਿਸੇ ਹੋਰ ਦੇ ਨੇ ਅੱਖਰ। ਤਾੜੀ ਮਾਰ ਕੇ। ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਡਣੇ ਨੂੰ ਦਿੱਤੇ ਕਿਸੇ ਹੋਰ ਦੇ ਨੇ ਅੱਖਰ। ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਡਣੇ ਨੂੰ ਦਿੱਤੇ ਕਿਸੇ ਹੋਰ ਦੇ ਨੇ ਅੱਖਰ ਮਾਂ ਖੇਡਣੇ ਨੂੰ ਦਿੱਤੇ ਕਿਸੇ ਹੋਰ ਦੇ ਨੇ ਅੱਖਰ ਮਾਂ ਖੇਡਣੇ।
ਬਹੁਤ ਬਹੁਤ ਧੰਨਵਾਦ ਦੀਪਕ ਜੀ, ਰੈੱਡ ਡਾਟ ਟੀਮ, ਪੰਜਾਬੀ ਯੂਨੀਵਰਸਿਟੀ ਤੋਂ। ਬਹੁਤ ਵਧੀਆ ਗਰੁੱਪ ਹੈ, ਇਹਨਾਂ ਵੱਲੋਂ ਇੱਕ ਫਿਲਮ ਵੀ ਪੰਜਾਬੀ ਜਿਹੜੇ ਕਿ ਲੋਕ ਮਸਲੇ 'ਤੇ ਗੁੱਡੀਆਂ ਪਟੋਲੇ ਪੇਸ਼ ਕੀਤੀ ਗਈ ਸੀ, ਉਹ ਵੀ ਬੜੀ ਮਕਬੂਲ ਹੋਈ ਪੰਜਾਬ ਦੇ ਵਿੱਚ। ਸੋ ਮੰਨੇ ਪਰਮੰਨੇ ਕਲਾਕਾਰ ਨੇ, ਪਰ ਇਹਨਾਂ ਦੇ ਦਿਲਾਂ ਵਿੱਚ ਲੋਕ ਸੇਵਾ, ਲੋਕ ਹਿੱਤ ਦਾ ਜਜ਼ਬਾ। ਸੋ ਜਦੋਂ ਵੀ ਇਹਨਾਂ ਨੂੰ ਨਾਟਕਾਂ ਜਾਂ ਗਾਇਕੀ ਦੇ ਖੇਤਰ ਵਿੱਚ ਆਵਾਜ਼ ਮਾਰੀ ਜਾਂਦੀ ਹੈ ਤਾਂ ਜ਼ਰੂਰ ਹਾਜ਼ਰ ਹੁੰਦੇ ਆ। ਹੁਣ ਜਿਵੇਂ ਕਿ ਪ੍ਰੋਗਰਾਮ ਦੀ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਨਾਟਕ ਮੇਲੇ ਵਿੱਚ ਨਾਟਕਾਂ ਦਾ ਮੇਨ ਜਿਹੜਾ ਹੈ ਉਹ ਰੋਲ ਰਹੇਗਾ। ਵੱਧ ਤੋਂ ਵੱਧ ਸਮਾਜਿਕ ਅਤੇ ਦੇਸ਼ ਭਗਤੀ ਦੇ ਜਿਹੜੇ ਨਾਟਕ ਹੈ ਉਹ ਪੇਸ਼ ਕੀਤੇ ਜਾਣੇ ਨੇ। ਨਾਲ ਹੀ ਇਹ ਸੂਚਨਾ ਤੁਹਾਨੂੰ ਜ਼ਰੂਰ ਦੇਣੀ ਚਾਹਾਂਗਾ ਕਿ ਸੋਹਲ TV 'ਤੇ ਲਾਈਵ ਪੂਰੇ ਵਰਲਡ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ। ਸੋ ਸਾਰੇ ਜਾਣੇ ਹੀ ਜਿਹੜੇ ਨਹੀਂ ਇੱਥੇ ਆ ਸਕੇ ਉਹਨਾਂ ਨੂੰ ਲਿੰਕ ਭੇਜ ਕੇ ਵੀ ਸੋਹਲ ਵੈੱਬ TV ਦਾ ਯੂਟਿਊਬ 'ਤੇ ਸੋਹਲ ਇਨ ਪੰਜਾਬ ਭਰ ਕੇ ਯੂਟਿਊਬ 'ਤੇ ਤੁਸੀਂ ਇਹ ਕਿਤੇ ਵੀ ਪ੍ਰੋਗਰਾਮ ਪੂਰਾ ਲਾਈਵ ਦੇਖ ਸਕਦੇ ਹੋ। ਅੱਜ ਦੇ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਵੱਲੋਂ ਹੁਣ ਨਾਟਕ ਪੇਸ਼ ਕੀਤੇ ਜਾਣਗੇ। ਸੋ ਨਾਲ ਹੀ ਅੱਜ ਦੇ ਮੁੱਖ ਬੁਲਾਰੇ ਡਾਕਟਰ ਸਤਨਾਮ ਸਿੰਘ ਜਰਾਲਾ ਜੀ ਸਾਡੇ ਕੋਲ ਪਹੁੰਚ ਚੁੱਕੇ ਆ, ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸੋ ਹੁਣ ਤੁਹਾਡੇ ਸਾਹਮਣੇ ਕੁਝ ਹੀ ਪਲਾਂ ਵਿੱਚ ਤੁਹਾਡੇ ਅੱਗੇ ਕੋਰੀਓਗ੍ਰਾਫੀ ਪੇਸ਼ ਕੀਤੀ ਜਾ ਰਹੀ ਹੈ। ਸੋ ਨਾਲ ਹੀ ਮੈਂ ਬੇਨਤੀ ਕਰਾਂਗਾ ਬੱਚਿਆਂ ਨੂੰ ਕਿ ਹੁਣ ਬਿਲਕੁਲ ਨਾ ਖੇਡਣ, ਆਰਾਮ ਨਾਲ ਬਹਿ ਕੇ ਸਾਰਾ ਪ੍ਰੋਗਰਾਮ ਦੇਖਣ, ਕਿਉਂਕਿ ਇਹ ਲਗਾਤਾਰ 3 ਘੰਟੇ ਪ੍ਰੋਗਰਾਮ ਚੱਲਣਾ ਹੈ। ਅੱਜ ਸਾਡੇ ਕੋਲ ਕਈ ਅਜ਼ੀਮ ਹਸਤੀਆਂ ਸ਼ਿਰਕਤ ਕਰ ਰਹੀਆਂ ਨੇ। ਸਾਡੇ ਕੋਲ ਵਾਈਸ ਚੇਅਰਮੈਨ ਨਗਰ ਪੰਚਾਇਤ ਸ਼੍ਰੀ ਸੁਰਿੰਦਰ ਜੀ ਪਹੁੰਚੇ ਆ, ਉਹਨਾਂ ਦਾ ਵੀ ਅਸੀਂ ਜੀਆਂ ਆਖਦੇ ਹਾਂ। ਜੋਗਿੰਦਰਪਾਲ ਜੀ ਛਿੰਦਾ ਜੀ ਸਾਡੇ ਕੋਲ ਪਹੁੰਚੇ ਆ, ਉਹਨਾਂ ਦਾ ਜੀਆਂ ਆਖਦੇ ਹਾਂ। ਨਾਲ ਹੀ ਅਸੀਂ ਧੰਨਵਾਦੀ ਹਾਂ, ਸਾਡੇ ਕੋਲ ਮੁਕੇਰੀਆਂ ਤੋਂ ਜਸਵੰਤ ਜੀ, ਪਰਸਰਾਮ ਜੀ GTU ਦੇ ਆਗੂ ਆਏ ਆ, ਉਹਨਾਂ ਨੂੰ ਵੀ ਜੀਆਂ ਆਖਦੇ ਹਾਂ। ਸੋ ਦੂਰ ਦੁਰਾਡੇ ਤੋਂ ਅੱਜ ਸਾਡੇ ਕੋਲ ਸਾਥੀ ਪਹੁੰਚੇ ਆ ਇਸ ਪ੍ਰੋਗਰਾਮ ਨੂੰ ਦੇਖਣ ਲਈ, ਉਹਨਾਂ ਸਾਰਿਆਂ ਦਾ ਹੀ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਤਹਿ ਦਿਲੋਂ ਸਵਾਗਤ ਕਰਦੀ ਆ। ਮੈਂ ਖੇਤ ਵੀ ਕਿਹੜਾ ਮਾਰਿਆ ਆ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ, ਮੇਰਾ ਕਿਰਨ ਪੋਤੀ ਉੱਠਦਾ ਸਭ ਤੋਂ ਪਹਿਲਾਂ। ਬਾਪੂ ਜੀ, ਸਾਡੇ ਕਾਲਜ ਭਾਸ਼ਣ ਮੁਕਾਬਲਾ, ਮੈਨੂੰ ਪੰਜਾਬ ਦੇ ਹਾਲਾਤਾਂ ਬਾਰੇ ਦੱਸੋ। ਲੈ ਉਹ ਮੇਰਾ ਸਿਆਣਾ ਪੁੱਤ, ਇੰਨਾ ਤਾਂ ਪਤਾ ਤੈਨੂੰ, ਮੈਂ ਕੀ ਦੱਸਣਾ, ਨਾਲੇ ਮੈਨੂੰ ਤਾਂ ਐਂ ਪੁੱਛਦੀ ਆ ਜਿਵੇਂ ਮੈਂ BA ਪਾਸ ਕੀਤੀ ਹੁੰਦੀ ਆ। ਹੈਂ, ਪਰ ਪੁੱਤ ਜੇ ਤੂੰ ਪੁੱਛਿਆ ਨਾ ਤਾਂ ਜਿੰਨਾ ਕੁ ਮੈਨੂੰ ਪਤਾ ਮੈਂ ਸਾਰਾ ਕੁਝ ਦੱਸੂ ਤੈਨੂੰ। ਕੀ ਪੁੱਛਦੀ ਆ ਪੁੱਤ ਪੰਜਾਬ ਦੇ ਹਾਲਾਤਾਂ ਬਾਰੇ? ਪੰਜਾਬ ਦੇ ਹਾਲਾਤ ਤਾਂ ਬਹੁਤ ਮਾੜੇ ਨੇ। ਪੰਜਾਬ ਹੁਣ ਪਹਿਲਾਂ ਜਿਹਾ ਪੰਜਾਬ ਥੋੜਾ ਰਿਹਾ। ਪੁੱਤ ਪੰਜਾਬ ਤਾਂ ਸੀ ਅੱਜ ਤੋਂ 40 ਸਾਲ ਪਹਿਲਾਂ। ਵੀ ਜੇ ਉਜੋ ਉਦੋਂ ਪੰਜਾਬ ਹੱਸਦਾ ਨਾ ਤਾਂ ਸਾਰਾ ਮੁਲਕ ਉਹਦੇ ਨਾਲ ਖਿੜਖਿੜਾ ਕੇ ਹੱਸਦਾ। ਤੇ ਪੁੱਤ ਜੇ ਉਦੋਂ ਪੰਜਾਬ ਗਾਉਂਦਾ ਨਾ ਤਾਂ ਸਾਰਾ ਮੁਲਕ ਲੰਮੀ ਹੇਕ ਚ ਉਹਦੇ ਨਾਲ ਗਾਉਂਦਾ। ਓਏ ਸੋਹਣੇ ਦੇਸ ਤੇ ਅੰਦਰ ਦੇਸ ਪੰਜਾਬ ਨੀ ਸਹੀ ਓ, ਜਿਵੇਂ ਫੁੱਲਾਂ
ਦੇ ਅੰਦਰ ਫੁੱਲ ਗੁਲਾਬ ਨੀ ਸਹੀ ਓ ਮੇਰਾ ਬਾਗੀ ਪਿੰਗਾ ਚੁੱਟੜ ਕੁੜੀਆਂ ਨਗਰ ਵੇਲਾ ਜੋਸ਼ ਜਵਾਨੀ ਠਾਠਾ ਮਾਰ ਲਿਸ਼ਕੜ ਹਾਰ ਹਵੇਲਾ ਪਹਿਨਣ ਹੀਰੇ ਮੋਤੀ ਮੁਖ ਮਤਾਬ ਨੀ ਸਹੀ ਓ ਓ ਸੋਹਣਿਆ ਦੇਸਾ ਦੇ ਅੰਦਰ ਦੇਸ ਪੰਜਾਬ ਨੀ ਸਹੀ ਓ ਦੇਖ ਲੈ ਮੇਰਾ ਅਰਸ਼ਾ ਪੁੱਤ ਵੀ ਆ ਗਿਆ ਤੇ ਆਉਂਦੇ ਨਹੀਂ ਬੰਨ ਤਾਰ ਰੰਗ ਉਹ ਜਿਉਂਦਾ ਰਹਿ ਮੇਰੇ ਪੁੱਤਾ ਚੰਗਾ ਬੱਬੂ ਮੈਂ ਸਕੂਲੀ ਤਿਆਰ ਹੁੰਨੀ ਆ ਚੰਗਾ ਹੋ ਤੂੰ ਤਿਆਰ ਕਿਰਨਾ ਪੁੱਤ ਉਦੋਂ ਜੇ ਪੰਜਾਬ ਨੱਚਦਾ ਨਾ ਤਾਂ ਸਾਰਾ ਮੁਲਕ ਉਹਦੇ ਨਾਲ ਭੰਗੜੇ ਪਾਉਂਦਾ ਬਾਪੂ ਪਰ ਅੱਜ ਉਹ ਹਾਲਾਤ ਨਹੀਂ ਹਨ ਪੁੱਤ ਉਦੋਂ ਪੰਜਾਬ ਦਾ ਕਿਸਾਨ ਸਵੇਰੇ 4 ਵਜੇ ਉੱਠ ਕੇ ਨਾ ਬਲਦਾਂ ਨੂੰ ਹਲ ਜੋੜਦਾ ਤੇ ਬਲਦਾਂ ਦੀਆਂ ਟਲੀਆਂ ਦੀਆਂ ਆਵਾਜ਼ਾਂ ਸੁਣ ਕੇ ਸਵਾਣੀਆਂ ਉੱਠਦੀਆਂ ਤੇ ਦੁੱਧ ਰਿੜਕਦੀਆਂ ਬਾਪੂ ਅੱਜ ਕੱਲ ਦੀਆਂ ਔਰਤਾਂ ਸਵੇਰੇ ਉੱਠ ਕੇ ਆ WhatsApp ਤੇ Facebook ਚਲਾਉਂਦੀਆਂ ਨੇ ਪੁੱਤ ਉਦੋਂ ਪੰਜਾਬ ਦੇ ਵਿੱਚ ਦੁੱਧ ਦੀਆਂ ਨਦੀਆਂ ਵਗਦੀਆਂ ਸੀ ਨਦੀਆਂ ਬਈ ਉਦੋਂ ਦੇ ਗੱਭਰੂ ਅੱਧ ਰਿੜਕਿਆ ਪੀਂਦੇ ਲੱਸੀਆਂ ਪੀਂਦੇ ਮੱਖਣ ਖਾਂਦੇ ਐਨ ਸਡੋਲ ਜਵਾਨ ਹੁੰਦੇ ਬਾਪੂ ਅੱਜ ਕੱਲ ਦੇ ਨੌਜਵਾਨਾਂ ਦੀਆਂ ਨਸਾਂ ਵਿੱਚ ਚਿੱਟਾ ਵਗਦਾ ਹੈ ਪੁੱਤ ਉਦੋਂ ਕਿਸਾਨ ਮੱਕੀ ਬੀਜਦਾ ਮੂੰਗੀ ਬੀਜਦਾ ਬਹੁਤ ਸਾਰੀਆਂ ਫਸਲਾਂ ਬੀਜਦਾ ਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰਦਾ ਬਾਪੂ ਅੱਜ ਕੱਲ ਦੇ ਝੋਨੇ ਨੇ ਆ ਪੰਜਾਂ ਦਰਿਆਵਾਂ ਦੀ ਧਰਤੀ ਨੂੰ ਮਾਰੂਥਲ ਬਣਾ ਦਿੱਤਾ ਹੈ ਪੁੱਤ ਉਦੋਂ ਕਿਸਾਨ ਮਿਹਨਤ ਤਾਂ ਬਹੁਤ ਕਰਦਾ ਆਮਦਨ ਘੱਟ ਹੁੰਦੀ ਪਰ ਫੇਰ ਵੀ ਖੁਸ਼ਹਾਲ ਜ਼ਿੰਦਗੀ ਬਤੀਤ ਕਰਦਾ ਸੀ ਬਾਪੂ ਅੱਜ ਕੱਲ ਦੇ ਕਿਸਾਨ ਮਿਹਨਤ ਤਾਂ ਕਰਦੇ ਨੇ ਪਰ ਨਾਲ ਦੀ ਨਾਲ ਖੁਦਕੁਸ਼ੀਆਂ ਵੀ ਕਰਦੇ ਨੇ ਲੈ ਪੁੱਤ ਇੰਨਾ ਸਾਰਾ ਕੁਝ ਤਾਂ ਤੈਨੂੰ ਪਤਾ ਹੈ ਦੇਖ ਮੈਂ ਤੈਨੂੰ ਆਪਣੇ ਪੰਜਾਬ ਬਾਰੇ ਦੱਸ ਦਿੱਤਾ ਤੇਰੇ ਪੰਜਾਬ ਬਾਰੇ ਤੈਨੂੰ ਪਤਾ ਬਈ ਦੋਨਾਂ ਨੂੰ ਇਕੱਠੇ ਕਰਕੇ ਨਾ ਬਣਾ ਲੈ ਇੱਕ ਵਧੀਆ ਜਿਹਾ ਭਾਸ਼ਣ ਇਹ ਮੈਨੂੰ ਪੱਕਾ ਯਕੀਨ ਆ ਮੇਰਾ ਪੁੱਤ ਪਹਿਲੇ ਨੰਬਰ ਤੇ ਆਊ ਚੱਲ ਸ਼ਾਬਾਸ਼ ਬਾਪੂ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਕਿਸਾਨਾਂ ਦੇ ਸਿਰ ਕਰਜ਼ੇ ਚੜ੍ਹਦੇ ਨੇ ਕਿਉਂ ਨੌਜਵਾਨਾਂ ਦੀਆਂ ਨਸਾਂ ਵਿੱਚ ਚਿੱਟਾ ਵਗਦਾ ਹੈ ਬਾਪੂ ਮੈਨੂੰ ਸਮਝ ਨਹੀਂ ਆਉਂਦੀ ਸਮਝ ਤਾਂ ਪੁੱਤ ਮੈਨੂੰ ਵੀ ਨਹੀਂ ਆਉਂਦਾ ਕਿ ਅਸੀਂ ਦਿਨ ਰਾਤ ਮਿਹਨਤ ਕਰਦੇ ਹਾਂ ਫਿਰ ਵੀ ਸਾਡੇ ਸਿਰ ਤੇ ਕਰਜ਼ੇ ਦੀਆਂ ਪੰਡਾਂ ਕਿਉਂ ਨੇ ਕਿਉਂ ਅਸੀਂ ਆਪਣੇ ਟੱਬਰ ਦਾ ਇਲਾਜ ਕਿਸੇ ਚੰਗੇ ਹਸਪਤਾਲ ਵਿੱਚ ਨਹੀਂ ਕਰਾ ਸਕਦੇ ਕਿਉਂ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਕਿਸੇ ਚੰਗੇ ਸਕੂਲ ਕਾਲਜ ਦੇ ਵਿੱਚ ਨਹੀਂ ਪੜ੍ਹਾ ਸਕਦੇ ਕਿਉਂ ਪੁੱਤ ਜੇ ਪੰਜਾਬ ਦੇ ਵਿੱਚ ਨਾ ਚਿੱਟੇ ਨੇ ਪਿੰਡਾਂ ਦੇ ਪਿੰਡ ਖਾਲੀ ਕੀਤੇ ਆ ਨਾ ਤਾਂ ਇਹਨਾਂ ਆਲਸਾਂ ਨੇ ਵੀ ਪਿੰਡਾਂ ਦੇ ਪਿੰਡ ਖਾਲੀ ਕੀਤੇ ਆ ਓਏ ਹੇੜਾਂ ਦੀਆਂ ਹੇੜਾਂ ਤੁਰੀਆਂ ਜਾ ਰਹੀਆਂ ਬਾਹਰ ਨੂੰ ਓਏ ਕਿੱਥੇ ਗਈਆਂ ਸਾਡੇ ਹਿੱਸੇ ਦੀਆਂ ਨੌਕਰੀਆਂ ਕੌਣ ਖਾ ਗਿਆ ਉਹਨਾਂ ਨੂੰ ਨਹੀਂ ਸਮਝ ਆਉਂਦਾ ਪੁੱਤ ਸਾਨੂੰ ਵੀ ਨਹੀਂ ਪਰ ਚੱਲ ਛੱਡ ਤੂੰ ਕਾਹਤੋਂ ਆਪਣੇ ਮਨ ਤੇ ਬੋਝ ਪਾਉਣਾ ਹਾਲੇ ਹੀ ਆਪੇ ਹੋਜੂ ਸਾਰਾ ਕੁਛ ਠੀਕ ਠਾਕ ਤੂੰ ਜਾ ਕੱਲ ਓਹੋ ਅੱਜ ਫੇਰ ਨੀ ਤੂੰ ਆਪਣੇ ਭਰਾ ਨੂੰ ਉਠਾਇਆ ਓਏ ਉਸ ਕੁੰਭਕਰਨ ਨੂੰ ਜਿੰਨਾ ਚਿਰ ਤੱਕ ਕੋਈ ਠਾਂਦਾ ਨੀ ਨਾ ਉਹਨੇ ਉੱਠਣਾ ਨੀ ਬਾਪੂ ਮੈਂ ਉਹਨੂੰ ਉਠਾ ਲਿਆ ਸੀ ਉਹ ਉੱਠਿਆ ਹੀ ਨਹੀਂ ਓਏ ਐ ਥੋੜਾ ਉੱਠਣਾ ਇੱਕ ਵਾਰ ਫੇਰ ਉਹਨੂੰ ਹਲੂਣ ਕੇ ਠਾਉਂਦੀ ਤਾਂ ਉੱਠਣਾ ਉਹਨੇ ਚੱਲ ਲਓ ਆ ਗਿਆ ਤੁਹਾਡਾ ਪੁੱਤ ਗੁੱਡ ਮਾਰਨਿੰਗ ਬਾਪੂ ਉਹ ਸਾਰਾ ਗੁੱਡ ਮਾਰਨਿੰਗ ਦਾ ਹੈ ਆ ਦਿਨ ਦੇਖ ਕੇ ਡਾ ਚੜਿਆ ਸਾਲਾ ਹੁਣ ਵੀ ਕਬੂਤਰ ਵਾਂਗੂ ਅੱਖਾਂ ਮੀਚਦਾ ਗੁੱਡ ਮਾਰਨਿੰਗ ਬਾਪੂ ਓਏ ਓਏ ਤੂੰ ਦੇਖ ਆਪਣੀ ਭੈਣ ਵੱਲ
ਆ ਸਵੇਰ ਦੀ ਉੱਠੀ ਆ, 4 ਵਜੇ ਉੱਠ ਕੇ ਸਾਰਾ ਕੰਮ ਕੀਤਾ, ਸਕੂਲ ਨੂੰ ਤਿਆਰ ਵੀ ਤੇ ਭਾਸ਼ਣ ਵੀ ਤਿਆਰ ਕਰ ਲਿਆ, ਤੇ ਹੁਣ ਤੂੰ ਵੀ ਹਾਲੇ ਤੱਕ ਅੱਖਾਂ 'ਚ ਮਿਚਦਾ ਮਲਦਾ ਹੁੰਦਾ। ਓਏ ਬਾਪੂ, ਮਿੱਤਰਾਂ ਦੀ ਅੱਖ ਅੱਜ ਲਾ ਰਿਹਾ, ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ। ਓਏ ਓਏ ਕੰਜਰਾ, ਤੂੰ ਨਾ ਮੇਰੇ ਹੱਥੋਂ ਮਰਜੀ ਕਿਤੇ। ਓ ਦੇਖੀ ਬਾਪੂ, ਬੰਦਾ ਮਾਰਨਾ ਨੇ ਵੱਡੇ ਕੀਲੇ ਬਦਮਾਸ਼ ਨੇ, ਲੱਕ ਤਾਂ ਦੇਖ, ਸ਼ਿਕਾਰੀ ਕੁੱਤੀ ਵਰਗਾ ਲੱਕ ਸਾਂਭੀ ਬੈਠਾ। ਓ ਜਾ ਕਾਲਜ ਜਾ, ਗੱਲ ਸੁਣ, ਮੈਂ ਤੈਨੂੰ ਕੰਜਰਾ ਪੜ੍ਹਨ ਲਾਇਆ ਕਾਲਜ, ਆ ਪੁੱਠੇ ਸਿੱਧੇ ਕੰਮ ਨਾ ਸਿੱਖ ਲਈ, ਹੋਰ ਹੀ ਮੇਰੀ ਬਦਨਾਮੀ ਕਰਾ ਕੇ ਰੱਖ ਦਵੇਂ। ਓ ਲੈ ਬਾਪੂ, ਬਦਨਾਮੀ ਤੇ ਵੀ ਸੁਣ ਲਾ ਫਿਰ, ਹਾਂ ਜੰਮਿਆ ਸੀ ਜਦੋਂ ਮੈਂ ਲੰਘੂੜੇ ਵਿੱਚ ਪਿਆ ਸੀ, ਹੋ ਰੋਂਦਾ ਦੇਖ ਬਾਪੂ ਜੀ ਨੇ ਹੱਥਾਂ ਉੱਤੇ ਚੱਕ ਲਿਆ ਸੀ। ਓਏ ਜੰਮਿਆਂ ਨੂੰ ਦਿਨਾਂ ਤੋਂ ਮਹੀਨੇ ਹੁੰਦੇ ਗਏ, ਯਾਰ ਹੁਣੀ ਥੋੜੇ ਜੇ ਕਮੀਨੇ ਹੁੰਦੇ ਗਏ, ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ, ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ, ਗਾਲਾਂ ਕੱਢਦਾ ਸੀ ਮੁੰਡਾ ਸ਼ਰੇਆਮ ਹੋ ਗਿਆ, ਸੋਲਵਾਂ ਵੀ ਟੱਪਿਆ, ਸਤਾਰਵਾਂ ਵੀ ਟੱਪਿਆ, ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ, ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ। ਓਏ ਸਾਲਿਆ, ਫਿਰ ਮੈਂ ਤੈਨੂੰ 18 ਤੋਂ ਗਾਹ ਲੰਘਣ ਜੋਗਾ ਨਹੀਂ ਛੱਡਣਾ, ਸਾਲਾ ਦੇ ਘੰਟੇ ਦਾ ਕਿਵੇਂ ਸ਼ਿਕਾਰੀ ਕੁੱਤੀ ਵਾਂਗੂ ਲੱਕ ਜਾ ਮਾਰੀ ਜਾਂਦਾ, ਕੰਜਰੀ ਵਾਂਗੂ, ਸ਼ਰਮ ਨੀ ਤੈਨੂੰ? ਹੈ ਉਹ ਦੇਖੀ ਬਾਪੂ, ਉਹ ਤੂੰ ਤਾਂ ਯਾਰ ਕਲਾਕਾਰ ਦੀ ਬੇਇੱਜ਼ਤੀ ਜੀ ਕਰੀ ਜਾਂਦਾ। ਓਏ ਆਇਆ ਵੱਡਾ ਕਲਾਕਾਰ, ਸਾਲਿਆਂ ਦਾ ਮੂੰਹ ਨਾ ਮੱਥਾ। ਨਹੀਂ ਵੀਰੇ, 18 ਸਾਲ ਦੀ ਉਮਰ ਵਿੱਚ ਮੁੰਡੇ ਇਕੱਲੇ ਬਦਨਾਮ ਹੀ ਨਹੀਂ ਹੁੰਦੇ, ਕਰਤਾਰ ਸਿੰਘ ਸਰਾਭਾ ਬਣ ਕੇ ਦੇਸ਼ ਦੀ ਖਾਤਰ ਫਾਂਸੀਆਂ ਦੇ ਤਖਤਿਆਂ ਤੇ ਝੂਲ ਜਾਂਦੇ ਨੇ, ਨਾਲੇ ਖੁਦੀਰਾਮ ਬੋਸ ਬਣ ਕੇ ਕੁਰਬਾਨੀਆਂ ਦੇ ਨਵੇਂ ਮੁਕਾਮ ਸਿਰਜ ਜਾਂਦੇ ਨੇ, ਬਦਨਾਮ ਨਹੀਂ ਹੁੰਦੇ। ਸੁਣ ਸੁਣ ਆਪਦੀਆਂ ਸਿਆਣੀਆਂ ਭੈਣ ਦੀਆਂ ਸਿਆਣੀਆਂ ਗੱਲਾਂ, ਓ ਤੂੰ ਵੀ ਬਾਹਰ ਕੁਝ ਖੋਪੜ ਚ ਹੁੱਲੇ। ਓਏ ਬਾਪੂ, ਓਏ ਹੁਣ ਆ ਸਰਾਬੇ ਸਰੂਬੇ ਵਾਲਾ ਬੇੜਾ ਨਹੀਂ ਰਿਹਾ, ਓਏ ਹੁਣ ਤਾਂ ਟ੍ਰੈਂਡ ਆ ਯੋ ਯੋ ਦਾ, ਵੋ ਵੋ ਦਾ। ਓ ਪਰੇ ਮਾਰ ਸਾਲਾ, ਹੈ ਉਂਗਲ ਜੀ ਮਾਰ ਕੇ ਮੇਰੀ ਅੱਖ ਹੀ ਬਾਹਰ ਕੱਢ ਦੇਣੀ ਸੀਗੀ, ਵੋ ਵੋ ਦਾ ਜੋ ਜੋ ਦਾ। ਓਏ ਬਾਪੂ, ਓਏ ਆ ਗੱਲਾਂ ਤੇਰੇ ਸਮਝ ਚ ਨਹੀਂ ਆਉਣੀਆਂ, ਹਸੇਰੇ ਉੱਤੇ ਲੰਘਣੇ ਫਲਾਈ ਕਰਕੇ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਓ ਪੁੱਤਾ, ਫਿਰ ਤੇਰੇ ਪਿਓ ਦੀ ਜੁੱਤੀ ਆਊ, ਇਹ ਉੱਤੋਂ ਨਹੀਂ ਲੰਘਦੀ, ਸਿੱਧੀ ਖੋਪੜ ਚ ਜਾਊ ਤੇਰੇ। ਦੇਖੀ ਬਾਪੂ ਮਾਰੀ ਨਾ, ਉਹ ਮੈਂ ਕਾਲਜ ਜਾਣਾ। ਆਇਆ ਭੱਟਾ ਗਾਇਕ ਸਾਲਾ, ਕਿਹੜਾ ਹੀ ਕੁਲਦੀਪ ਮਾਨਕ ਬਣਨੋਂ ਫਿਰਦਾ, ਦਫਾ ਜਾ। ਉਹ ਗੱਲ ਸੁਣ, ਓਏ ਕਾਲਜ ਤੋਂ ਬਕਸਰ ਮੁਣੀ ਘਰੇ ਖੇਤ ਇੰਜਨ ਚੱਲਦਾ ਗੇੜਾ ਮਾਰ ਕੇ ਆਈ, ਮੈਂ ਰਿਸ਼ਤੇਦਾਰੀ ਚ ਪਤਾ ਕਰਕੇ ਆਉਣਾ ਮਾਰਾ ਗਿਆ। ਪਿੰਡ ਤੇਰਾ ਸਾਰਾ ਗੈਂਗ ਲੈਂਡ ਬਣਿਆ, ਤੂੰ ਆਖਦਾ ਏ ਜੱਟਾ ਖੇਤ ਗੇੜਾ ਮਾਰ ਜਾ। ਨਿਕਲ ਇੱਥੋਂ, ਪਤਾ ਨੀ ਕੀ ਸਾਲਿਆਂ ਨੇ ਕੰਜਰਾਂ ਨੇ ਘੋਲ ਕੇ ਪਾਤਾ ਇਹਨਾਂ ਦੇ ਸਿਰ ਚ, ਜਿਹੜਾ ਦੇਖੋ ਸਾਲਾ ਬੋ ਬੋ ਜੋ 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 ਕੰਜਰ ਕਿਸੇ ਥਾਂ ਦੇ। ਬਾਪੂ ਕੱਲਾ ਇਹੀ ਨੀ, ਇੱਥੋਂ ਦੀ ਸਾਰੀ ਮੁੰਡੀਰ ਮੱਛਰੀ ਫਿਰਦੀ ਆ, ਪਤਾ ਨੀ ਇਹਨਾਂ ਕਲਾਕਾਰਾਂ ਨੇ ਇਹਨਾਂ ਦੇ ਦਿਮਾਗਾਂ 'ਚ ਕੀ ਘੋਲ ਕੇ ਪਾਇਆ। ਓਏ ਬੇੜਾ ਤਾਂ ਗਰਕ ਸਾਰਾ ਕਲਾਕਾਰਾਂ ਨੇ ਕੀਤਾ, ਸਾਲੇ ਟੱਕੂਏ ਗੰਡਾਸੀਆਂ ਨਸ਼ੇ ਜਿਹੜਾ ਮਰਜ਼ੀ ਦੇਖੋ ਸਭ ਵੰਡੀ ਜਾਂਦੇ ਆ। ਓਏ ਪੰਜਾਬ ਦੇ ਵਿੱਚ ਨਸ਼ੇ ਲਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤਾਂ ਇਹਨਾਂ ਗੀਤਕਾਰਾਂ ਤੇ ਗਾਇਕਾਰਾਂ ਦਾ ਵਾ। ਓ ਤੂੰ ਫੇਰ ਆ ਗਿਆ ਓਏ। ਹਾਂਜੀ ਹਾਂਜੀ ਬਾਪੂ। ਓਏ ਬਾਪੂ,
ਮੈਂ ਕਾਲ ਦੀ ਚੱਲਿਆ ਹਾਂ, ਪੈਸੇ ਦੀ 500 ਰੁਪਇਆ। ਅੱਛਾ 500 ਰੁਪਇਆ ਮੈਨੂੰ ਫੜਾ ਕੇ ਗਿਆ ਸੀ। 500 ਰੁਪਇਆ ਓਏ ਓਏ, ਕੱਲ ਤੈਨੂੰ 500 ਰੁਪਇਆ ਦਿੱਤਾ, ਉਹ ਕਿੱਥੇ ਸੀ? ਓ ਬਾਪੂ, ਉਹ ਕਾਲਜ 'ਚ ਨਾ ਮੁੰਡਿਆਂ ਨੇ ਮੇਰਾ ਬਟੂਆ ਕੱਢ ਲਿਆ। ਅੱਛਾ, ਤੇਰਾ ਬਟੂਆ ਕੱਢ ਲਿਆ? ਬੱਲੇ, ਅੰਬਾਨੀ ਸਾਹਿਬ ਦੀ ਬਟੂਆ ਸਾਂਭ ਕੇ ਰੱਖਿਆ ਕਰੋ। ਕੱਢਿਆ ਬਟੂਆ ਤੇਰਾ ਵੱਡੇ ਦਾ, ਮੈਨੂੰ ਬੁੱਧੂ ਬਣਾਉਣਾ। ਕਿਉਂ ਪੁੱਤ, ਇਹਦਾ ਬਟੂਆ ਕੱਢਿਆ ਕਿਤੇ ਕਾਲਜ 'ਚ ਕਿਸੇ ਨੇ? ਲੱਗਦਾ ਨੀ ਬਾਪੂ। ਹਾਂ ਓਏ, ਉਹ ਗੱਲ ਸੁਣੋ, ਤੂੰ ਸਾਲਿਆ ਕਿਤੇ ਮੰਡੀਰ ਨਾਲ ਰਲ ਕੇ ਫਿਲਮਾਂ ਫੁਲਮਾਂ ਤਾਂ ਨੀ ਦੇਖਣ ਲੱਗਿਆ ਸ਼ਹਿਰ? ਓਏ ਓਏ, ਉਹਨਾਂ ਦਾ ਜਾਣਾ ਕੱਖ ਨੀ ਤੇ ਪਤੰਦਰਾ ਤੇਰਾ ਰਹਿਣਾ ਕੱਖ ਨੀ। ਬੰਦਾ ਬਣ ਕੇ ਰਹਿ, ਮੇਰੇ ਕੋਲੇ ਪੈਸੇ ਹੈ ਨੀ ਗੇ, ਮੇਰੇ ਤੋਂ ਨਾ ਮੰਗਿਆ ਕਰ ਪੈਸੇ। ਹਾਂ ਉਹ ਕੀ ਆ ਯਾਰ ਬਾਪੂ, ਸਵੇਰੇ ਸਵੇਰੇ ਮੂਡ ਖਰਾਬ ਕਰੀ ਜਾਂਦਾ, ਉਹ ਦੇ ਦੇ ਯਾਰ। ਅੱਛਾ, ਮੂਡ ਵੀ ਖਰਾਬ ਹੁੰਦਾ ਤੇਰਾ ਵੱਡੇ ਮਹਾਰਾਜਾ ਰਣਜੀਤ ਸਿੰਘ ਦਾ, ਕਰ ਲੈ ਫਿਰ ਖਰਾਬ। ਮੇਰਾ ਵੀ ਅੱਜ ਮੂਡ ਖਰਾਬ ਹੋ ਗਿਆ, ਹੈ ਨੀ ਗੇ ਪੈਸੇ। ਓ ਲੈ ਬਾਪੂ, ਓ ਯਾਰ ਤੂੰ ਤਾਂ ਗੁੱਸਾ ਹੀ ਕਰ ਗਿਆ। ਓ ਬੱਚਿਆਂ ਦੀਆਂ ਲਾਲਾਂ ਦਾ, ਓ ਚਿੱਟੇ ਆਏ ਬਾਲਾਂ ਦਾ, ਗੁੱਸਾ ਪਰੇ ਰਹਿ ਬਾਪੂ, ਗੁੱਸਾ ਨਹੀਂ ਕਰੀਦਾ, ਓ ਚੱਲ ਪਰੇ ਰਹਿ। ਸਾਲਾ ਮਰਾਸੀ ਜਾ ਕਰਦਾ ਕੀ ਆ, ਐ ਮਸਕੇ ਜੇ ਮਾਰ ਮਾਰ ਕੇ ਲੈ ਜਾਂਦਾ ਠਾਕੇ ਰੋਜ਼ ਹੀ। ਚੰਗਾ ਗੱਲ ਸੁਣ, 300 ਹੀ ਆ ਰਣਜੀਤ। ਬਹੁਤ ਮਜ਼ਾਕ ਨਾਲ ਮਜ਼ਾਕ ਰਿਹਾ, ਸਮਾਂ ਠੀਕ ਨਹੀਂ ਆ, ਮੇਰਾ ਦਿਲ ਤਾਂ ਬਹੁਤ ਘਬਰਾਉਂਦਾ। ਪੁੱਤ ਤੇਰੇ ਤੇ ਬਹੁਤ ਆਸਾਂ ਨੇ, ਘਰ ਦਾ ਸਾਰਾ ਕਰਜ਼ਾ ਤੂੰ ਹੀ ਲਾਉਣਾ। ਪੁੱਤ ਸਿਆਣਾ ਬਣ ਕੇ ਰਹੀ, ਐਵੇਂ ਪੁੱਠੇ ਸਿੱਧੇ ਕੰਮਾਂ 'ਚ ਨਾ ਪੈ ਜਾਈ ਕਿਤੇ। ਓ ਬਾਪੂ, ਓ ਬਾਪੂ ਤੂੰ ਟੈਨਸ਼ਨ ਨਾ ਲਿਆ ਕਰ, ਤੇਰਾ ਪੁੱਤ ਹੈਗਾ ਨਾ, ਨਾਲੇ ਕਾਲਜੋਂ ਆ ਕੇ ਨਾ ਖੇਤ ਗੇੜਾ ਮਾਰ ਕੇ ਆਊਂਗਾ ਮੈਂ। ਚੰਗਾ, ਹੁਣ ਜਾਓ ਦੋਨੋਂ ਜਣੇ ਭੈਣ ਭਰਾ। ਗੱਲ ਸੁਣ, ਭੈਣੋਂ ਨਾਲ ਲੈ ਕੇ ਜਾਈ ਤੇ ਆਇਓ ਵੀ ਇਕੱਠੇ, ਭੈਣੋਂ ਕੱਲੀ ਨਾ ਭੇਜੀ, ਨਾਲ ਆਈ ਦੇ। ਚੰਗਾ ਕਰੋ ਮੌਜਾ। ਹਾਂਜੀ ਚਾਚਾ ਜੀ, ਉਹ ਪੈਜੂ ਜੀ, ਥੋੜੀ ਸਾਹਮਣੇ ਕਾਰਵਾਈ ਪੈ ਗਈ। ਆਹ ਇੱਕ ਗੱਲ ਕਹਿਣੀ ਸੀ ਜੀ, ਆ ਜਿਹੜਾ ਨਵਾਂ ਥਾਣੇਦਾਰ ਆਇਆ, ਬਾਹਲੀ ਦੇਸ਼ ਭਗਤੀ ਦਿਖਾਉਂਦਾ, ਲੱਤ ਮਾਂ ਤੋੜ ਕੇ ਦੇ ਦਈਏ ਦੇਸ਼ ਭਗਤੀ ਦਾ ਨਾਮ। ਠੀਕ ਆ, ਚਲੋ ਸਾਂਭ ਲਿਓ। ਚੰਗਾ ਜੀ। ਉਹ ਡੀਡੂ, ਹਾਂ ਬਾਈ, ਉਹ ਮੰਡੀਰ ਨੂੰ ਫੋਨ ਕਰ ਕੀ ਸ਼ਾਮੀ 4 ਵਜੇ ਕਾਰਵਾਈ ਪਾਉਣੀ ਆ। ਓਕੇ, ਉਹਨਾਂ ਨੂੰ ਕਹਿ ਬਾਈ ਨੇ ਕਿਹਾ। ਆਹ ਲੈ ਬਾਈ, ਤਿੰਨ ਤਾਂ ਅੱਖਰ ਸਿੱਖੇ ਇੱਥੇ ਆ ਕੇ ਆਪਾਂ ਕਾਲਜ 'ਚ, ਕੰਮ ਸੂਨ ਫਾਸਟ। ਆ ਗਿਆ ਮੈਸੇਜ ਬਾਈ, ਹੁਣ ਦੇਖੀ ਕਿਵੇਂ ਆਉਂਦਾ ਫਿਰ ਬੰਦੇ। ਉਹ ਵੈਂਕੀ ਆ ਹੋਸਟਲ ਵਾਲਿਆਂ ਨੂੰ ਕੱਢ ਕੇ ਲੈ ਗਿਆ, ਕੱਢ ਲਿਆਉਂਦੇ ਆ ਬਾਈ। ਉਹ ਡੀਡੂ, ਹਾਂ ਬਾਈ, ਆ ਦੇਖ। ਉਹ ਹਾਂ ਬਾਈ, ਕਿੱਦਾਂ? ਠੀਕ ਆ ਬਾਈ, ਨਿਊ ਐਡਮਿਸ਼ਨ ਆ ਜੀ। ਨਿਊ ਐਡਮਿਸ਼ਨ? ਕਿਹੜੀ ਕਲਾਸ? BA ਦੀ। BA ਬਾਈ, BA ਜਾਣਦਾ ਬਾਈ ਨੂੰ? ਨਹੀਂ ਬਾਈ, ਅੱਗੇ ਤੋਂ ਨਹੀਂ ਕਹਿਣਾ, ਆ ਤੈਨੂੰ ਮਿਲਾਈਏ। ਪਿੰਦਾ ਬਾਈ ਆ, ਪਿੰਦਾ ਬਾਈ। ਉਹ ਪਿੰਦੇ ਬਾਈ ਦੀ ਦਰਿਆ ਦੇ ਇਲਾਕੇ 'ਚ ਪੂਰੀ ਚੜ੍ਹਾਈ, ਉਹ BC ਤੱਕ ਤਾਂ ਸਿੱਧੀ ਪਹੁੰਚ ਆ ਬਾਈ ਦੀ। ਓਏ ਬਸ ਕਰ ਯਾਰ, ਹੈਗੀ ਆ ਬਾਈ ਹੁਣ ਯਾਰ।
ਹੈਗੀ ਆ। ਓ ਯਾਰ ਤੂੰ ਦੱਸ ਆਪਦੇ ਬਾਰੇ। ਬਸ ਬਾਈ ਮੈਂ ਬੀਏ ਕਰਦਾ ਤੇ ਬਾਈ ਸਿੰਗਰ ਬਣਨਾ ਚਾਹੁੰਦਾ। ਓ ਲੈ ਓ ਬਸ ਫਿਰ ਤਾਂ ਤੂੰ ਜਮਾ ਹੀ ਸਹੀ ਟਿਕਾਣੇ ਤੇ ਆ ਗਿਆ ਹੈਂ। ਉਹ 5-7 ਸਿੰਗਰ ਤਾਂ ਬਾਈ ਨੇ ਯੂਟਿਊਬ ਤੇ ਐ ਚੜਾਏ ਪਏ ਆ, ਸ਼ਾਮ ਨੂੰ ਤੇਰਾ ਵੀ ਗਾਣਾ ਆਇਆ ਲੈ। ਓਏ ਅੜੀ ਨਾਮ ਕੀ ਆ ਤੇਰਾ? ਰਣਜੀਤ ਸਿੰਘ ਆ ਬਾਈ। ਹੈ ਰਣਜੀਤ ਸਿੰਘ? ਰਣਜੀਤ ਸਿੰਘ ਨੂੰ ਚੱਲਣਾ ਬਾਈ ਯੂਟਿਊਬ ਤੇ, ਐਡਾ ਐਡਾ ਨਾਂ ਤਾਂ ਉਹੀ ਨਹੀਂ ਚੱਲਦੇ, ਉੱਥੇ ਤਾਂ ਨਿੱਕਾ ਜਿਹਾ ਨਾਂ ਚੱਲਦਾ ਘੈਂਟ ਜਿਹਾ। ਬਾਈ ਤੇਰਾ ਨਾਂ ਤਾਂ ਚੇਂਜ ਕਰਨਾ ਪੈਣਾ ਬਾਈ। ਕਿਉਂ ਨਾ ਪੈਣਾ ਨਾ ਰਾਣਾ ਰੱਖ ਦਈਏ। ਰੱਖ ਦੇ ਹਾਂ। ਲੈ ਬਾਈ ਅੱਜ ਤੋਂ ਤੇਰਾ ਨਾਂ ਰਾਣਾ ਤੇ ਸ਼ਾਮ ਨੂੰ ਹੀ ਆ ਜਾਣਾ ਤੇਰਾ ਗਾਣਾ। ਨਾਲੇ ਜਿਹੜੇ ਤੇਰੇ 500-700 ਲਾਈਕਸ ਹੋਣਗੇ ਉਹਨਾਂ 500-700 ਲਾਈਕਸ ਨੂੰ 5-7 ਲੱਖ ਲਾਈਕਸ ਕਿਵੇਂ ਬਣਾਉਣਾ? ਇਹ ਤਾਂ ਆਪਣੇ ਟੈਕਨੀਕਲ ਮਾਈਂਡ ਦਾ ਕੰਮ ਹੈ ਬਾਈ। 500-700 ਲਾਈਕਸ ਨੂੰ 5-7 ਲਾਈਕਸ ਕਿਵੇਂ ਬਣਾਉਣਾ ਤਾਂ ਚੁਟਕੀਆਂ ਦਾ ਕੰਮ ਆ ਬਾਈ, ਟੈਨਸ਼ਨ ਨਾ ਲੈ ਤੂੰ। ਬਾਈ ਨੂੰ ਐ ਕਰ ਜੁਆਇਨ ਕਰਾ ਫਿਰ ਆਪਣੇ ਵਾਲੇ ਗਰੁੱਪ 'ਚ, ਫਾਰਮ ਭਰਾ ਬਾਈ ਦੇ। ਫਾਰਮ ਫਿਰ ਸਾਡੇ ਗਰੁੱਪ ਵਾਲੇ ਫਾਰਮ ਆ ਦੇਖ ਫਾਰਮ ਐ ਨਿਕਲਦਾ। ਨਹੀਂ ਬਾਈ ਓਏ ਆ ਨਹੀਂ ਯਾਰ, ਮੇਰਾ ਬਾਪੂ ਬਹੁਤ ਅੜਦਾ। ਓਏ ਬਾਪੂ ਸਾਰਿਆਂ ਦੀ ਅੜਪ ਹੁੰਦੇ ਆ ਹੈਂ। ਓਏ ਪੋਲਾ ਬਾਪੂ ਦੇਖਿਆ ਕਦੇ ਕਿ ਤੂੰ ਕਿਸੇ ਦਾ? ਕਦੇ ਨਹੀਂ ਹੁੰਦਾ ਲਾ ਤੂੰ। ਓ ਨਹੀਂ ਬਾਈ ਓਏ ਆ ਨਹੀਂ ਯਾਰ। ਓ ਰਹਿਣ ਦੇ ਪੈਂਕੀ, ਓਏ ਮਰਦਾਂ ਦੀ ਖੇਡ ਹੁੰਦੀ ਆ, ਓਏ ਜਵਾਕਾਂ ਦਾ ਕੰਮ ਥੋੜਾ। ਓ ਗੱਲ ਸੁਣ, ਤੇਰੇ ਤੇ ਦਿਮਾਗ ਕਿਸੇ ਤਰ੍ਹਾਂ ਦਾ ਨਹੀਂ, ਇਹ ਤਾਂ ਤੈਨੂੰ ਯਾਰੀ ਦੋਸਤੀ ਕਰਕੇ ਕਹਿ ਰਹੇ ਆ। ਹੋਰ ਜੇ ਤੂੰ ਨਹੀਂ ਆੜੀ ਪਾਉਂਦਾ ਨਾ ਸਹੀ ਉਹ ਛੱਡ ਯਾਰ। ਉਹ ਬਾਈ ਮੈਨੂੰ ਨਹੀਂ ਲੱਗਦਾ ਯਾਰ ਇਹਨੇ ਬਣਨਾ ਸਟਾਲ ਸਟੂਰ, ਇਹ ਤਾਂ ਨਾ ਜਗਰਾਤੇ ਦੀਆਂ ਭੇਟਾਂ ਗਾਇਆ ਕਰੂਗਾ। ਜੈ ਮਾਤਾ ਦੀ, ਜੋਰ ਸੇ ਬੋਲੋ। ਉਹ ਨਹੀਂ ਬਾਈ ਪਾਰਟੀ ਦਾ ਟਾਈਮ ਹੋ ਗਿਆ। ਹਾਂ ਬਾਈ ਕਾਰਵਾਈ ਤੋਂ ਪਹਿਲਾਂ ਵਾਲੀ। ਓਕੇ ਚੱਲ ਚੱਲੀਏ ਬਾਈ, ਉਹੀ ਖਾਸ ਖਾਸ ਬੰਦੇ ਵਾਲੀ। ਆਹੋ ਬਾਈ ਯਾਰ ਲੈ ਚੱਲੀਏ ਬਾਈ ਬਣਨਾ ਮੈਂ ਸਟਾਰ ਬਣਨਾ। ਅੱਛਾ ਲੈ ਫਿਰ ਫਾਰਮ ਭਰ ਤੂੰ ਆਪਣੇ ਵਾਲੇ। ਚੱਲ ਵੀ ਫਿਰ ਲਾਣੇ ਖਿੱਚ ਪਰ ਬਾਈ ਆਹ ਔਰ ਰਾਣੇ ਖਿੱਚ ਯਾਰ ਕੀ ਨਗਰੇ ਇਹ ਕਰੀ ਜਾਂਦਾ ਖਿੱਚ। ਆ ਦੇਖ ਐ ਹੋਸਟਲ ਚ ਨੋਟਸ ਤਿਆਰ ਕਰਨੇ ਆ ਪੜ੍ਹਾਈ ਸੰਬੰਧੀ ਵੱਡੇ ਵੱਡੇ। ਹਾਂ ਵੱਡੇ ਵੱਡੇ
ਚੱਲ ਠੀਕ ਆ ਬਾਪੂ, ਹਾਂ ਚੰਗਾ ਫਿਰ ਚੰਗਾ। ਉਹ ਬਸ ਕਰ ਸਾਲਾ, ਬੜੇ ਨਾਲ ਗੱਲਾਂ ਇਹ ਕਰਦਾ ਜਿਵੇਂ ਮਸ਼ੂਕ ਹੁੰਦੀ ਆ। ਹੈਲੋ, ਇਹ ਸੀ ਨਾਟਕ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਤੋਂ। ਹਾਲੇ ਜਾਣਾ ਨਹੀਂ, ਇੱਕ ਨਾਟਕ ਇਸੇ ਤਰ੍ਹਾਂ ਦਾ ਤੁਹਾਡੇ ਸਾਹਮਣੇ ਲੈ ਕੇ ਆਉਣਗੇ ਛਿੱਪਣ ਤੋਂ ਪਹਿਲਾਂ, ਜਿਹੜਾ ਦੇਖਣ ਵਾਲਾ ਨਾਟਕ ਹੋਏਗਾ। ਬਿਲਕੁਲ ਨਵੇਂ ਢੰਗ ਨਾਲ ਇਹਨਾਂ ਨੇ ਤਿਆਰ ਕੀਤਾ ਆ ਨਾਟਕ, ਅਤੇ ਇੱਕ ਕੋਰੀਓਗ੍ਰਾਫੀ ਵੀ ਹੈ ਜਿਹੜੀ ਤੁਹਾਡੇ ਲਈ ਵਿਸ਼ੇਸ਼ ਤੌਰ 'ਤੇ ਲੈ ਕੇ ਆਏ ਨੇ। ਤੁਹਾਡੇ ਧਿਆਨ ਹਿੱਤ ਮੈਂ ਦੱਸਣਾ ਚਾਹਾਂਗਾ ਕਿ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਵਾਲੇ ਇਕੱਲੇ ਪੰਜਾਬ ਵਿੱਚ ਹੀ ਨਹੀਂ, ਭਾਰਤ ਵਿੱਚ ਹੀ ਨਹੀਂ, ਇਹਨਾਂ ਦੀ ਟੀਮ ਕੈਨੇਡਾ, ਅਮੈਰੀਕਾ, ਸਾਰੀ ਜਗ੍ਹਾ ਨਾਟਕ ਖੇਡ ਕੇ ਆਉਂਦੀ ਹੈ ਔਰ ਉੱਥੋਂ ਵੀ ਇਹ ਚੰਗਾ ਨਾਮਣਾ ਖੱਟ ਕੇ ਆਏ ਹੈ। ਹੁਣੇ ਇਹਨਾਂ ਦਾ ਟੂਰ, ਬਾਹਰਲਾ ਵਿਦੇਸ਼ੀ ਟੂਰ ਵੀ ਲੱਗਾ ਸੀ। ਸੋ ਬਹੁਤ ਹੀ ਵਧੀਆ ਨਾਟਕ ਪੇਸ਼ ਕੀਤਾ ਪਰਿੰਦੇ ਭਟਕ ਗਏ। ਨਾਲ ਹੀ ਮੈਂ ਬੇਨਤੀ ਕਰਾਂਗਾ, ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਜਿਹੇ ਪ੍ਰੋਗਰਾਮ ਲਗਾਤਾਰ ਜਾਰੀ ਰੱਖੀਏ, ਇਹ ਸਾਰੇ ਪ੍ਰੋਗਰਾਮ ਲਈ ਸਾਡਾ 50-60 ਹਜ਼ਾਰ ਦਾ ਜਿਹੜਾ ਬਜਟ ਹੈ ਇਸ ਤੋਂ ਟੱਪ ਜਾਂਦਾ, ਉਹ ਸਾਰੇ ਖਰਚੇ ਦੀ ਭਰਪਾਈ ਲਈ ਮੈਂ ਚਾਹਾਂਗਾ ਵੀ ਸਾਡੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ, ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੀ ਟੀਮ ਹੈ ਉਹ ਲਗਾਤਾਰ ਇਹ ਕੋਸ਼ਿਸ਼ ਕਰਦੀ ਰਹੇ। ਇਹ ਸਿਰਫ 3 ਘੰਟਿਆਂ ਦੇ ਪ੍ਰੋਗਰਾਮ ਲਈ ਸਾਨੂੰ ਲਗਾਤਾਰ 3 ਮਹੀਨਿਆਂ 'ਤੇ ਵਿਉਂਤਬੰਦੀ ਕਰਨੀ ਪੈਂਦੀ ਹੈ। ਤੁਹਾਡੇ ਬਾਜ਼ਾਰ 'ਚ ਘਰ ਘਰ ਜਾ ਕੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿੱਥੇ ਸੱਦਾ ਦਿੱਤਾ ਜਾਏ ਉੱਥੇ ਉਹਦੀ ਸਹਾਇਤਾ ਵੀ ਨਾਲ ਪੁਆਈ ਜਾਏ। ਇਹ 3 ਮਹੀਨੇ ਪਹਿਲੇ ਹੀ ਮੀਟਿੰਗ ਕਰਕੇ ਇਹ ਸਾਰਾ ਪ੍ਰੋਗਰਾਮ ਤੈਅ ਹੋਇਆ, ਉਹਦੇ 'ਤੇ ਸਾਰੀ ਕਾਰਵਾਈ ਜਿਹੜੀ ਚੱਲਣੀ ਸ਼ੁਰੂ ਹੋ ਜਾਂਦੀ। ਇਹ ਸਾਡੀ ਜਿਹੜੀ 15-16 ਦੀ ਨੌਜਵਾਨਾਂ ਦੀ ਟੀਮ ਹੈ ਉਹ ਲਗਾਤਾਰ ਕੰਮ ਕਰਦੀ ਹੈ ਇਸ 'ਤੇ। ਪਿਛਲੀ ਵਾਰ ਤੁਹਾਡੇ ਮੁਖਾਤਬ ਵੀ ਕਰਾਏ ਸੀ ਪੂਰੀ ਟੀਮ। ਹੁਣ ਮੈਂ ਤੁਹਾਡੇ ਸਾਡੇ ਅੱਜ ਦੇ ਜਿਹੜੇ ਮੁੱਖ ਬੁਲਾਰੇ ਆ ਡਾਕਟਰ ਸਤਨਾਮ ਸਿੰਘ ਅਜਨਾਲਾ ਜੀ, ਜਿਹੜੇ ਕਿ ਵਿਸ਼ੇਸ਼ ਤੌਰ 'ਤੇ ਸਾਡੇ ਕੋਲ ਚੱਲ ਕੇ ਆਏ ਆ, ਉਹ ਤੁਹਾਡੇ ਨਾਲ ਮੁਖਾਤਿਬ ਹੋਣਗੇ। ਅਤੇ ਅੱਜ ਦੇ ਜੋ ਦੇਸ਼ ਵਿੱਚ ਹਾਲਾਤ ਹੈ, ਕੀ ਪੰਡਿਤ ਜੀ ਚਾਹੁੰਦੇ ਸਨ, ਪੰਡਿਤ ਕਿਸ਼ੋਰੀ ਲਾਲ ਜੀ ਦੇ ਕੀ ਸੁਪਨੇ ਸਨ, ਔਰ ਅੱਜ ਦੇ ਦੇਸ਼ ਦੇ ਮੌਜੂਦਾ ਹਾਲਾਤਾਂ 'ਤੇ ਕੀ ਸਾਡੇ ਉਹ ਦੇਸ਼ ਭਗਤਾਂ ਦੇ ਸੁਪਨੇ ਪੂਰੇ ਹੋਏ ਕਿ ਨਹੀਂ, ਉਹਨਾਂ 'ਤੇ ਵਿਸਥਾਰ ਨਾਲ ਚਰਚਾ ਕਰਨਗੇ ਸਾਡੇ ਅੱਜ ਦੇ ਮੁੱਖ ਬੁਲਾਰੇ ਡਾਕਟਰ ਸਤਨਾਮ ਸਿੰਘ ਅਜਨਾਲਾ ਜੀ, ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ, ਜਿੱਥੇ ਅਸੀਂ ਇਹਨਾਂ ਨੂੰ ਜੀਆਂ ਆਖਦੇ ਹਾਂ, ਤਾੜੀਆਂ ਦੇ ਨਾਲ ਸਵਾਗਤ ਕੀਤਾ ਜਾਏ, ਕਿਉਂਕਿ ਵਿਸ਼ੇਸ਼ ਤੌਰ 'ਤੇ ਸਾਡੇ ਮੁੱਖ ਮਹਿਮਾਨ ਚੱਲ ਕੇ। ਸਾਡੀ ਕੋਸ਼ਿਸ਼ ਹੁੰਦੀ ਹੈ ਇਕੱਲਾ ਨਾਟਕ ਤੱਕ ਰਹੀ ਨਹੀਂ, ਇੱਕ ਮੁੱਖ ਬੁਲਾਰਾ ਜਿਹੜੇ ਕਿ ਇਹਨਾਂ ਦਾ ਸਾਇੰਸ ਵਿੱਚ ਬਹੁਤ ਵੱਡਾ ਯੋਗਦਾਨ ਹੈ ਔਰ ਖੋਜ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਨਾਲ ਸੰਬੰਧਿਤ ਹੈ, ਬਹੁਤ ਵੱਡਾ ਪੰਜਾਬ ਨੂੰ ਦੇਣ ਹੈ ਡਾਕਟਰ ਸਤਨਾਮ ਸਿੰਘ ਅਜਨਾਲ। ਮੇਰੇ ਪਿਆਰੇ ਭੈਣੋ ਅਤੇ ਭਰਾਓ, ਇਹ ਜਿਹੜਾ ਹਰ ਸਾਲ ਤੁਸੀਂ ਆਪਣੇ ਦੇਸ਼ ਭਗਤਾਂ ਨੂੰ ਖਾਸ ਕਰਕੇ ਪੰਡਿਤ ਕਿਸ਼ੋਰੀ ਲਾਲ ਜੀ ਦੇ ਜਿਹੜੇ ਸੁਪਨੇ ਸੀ, ਜਿਹੜੀਆਂ ਉਹਨਾਂ ਦੀਆਂ ਆਸਾਂ ਸੀ,
ਜਿਹੜਾ ਉਹਨਾਂ ਦਾ ਗਿਆਨ ਸੀ ਉਹਦੀ ਚਰਚਾ ਕਰਦੇ ਜੇ ਇਲਾਕੇ 'ਚ, ਮੈਂ ਸਮਝਦਾ ਉਹ ਕੌਮਾਂ ਉਹ ਦੇਸ਼ ਉਹ ਕਦੀ ਲੋਕ ਜਿੰਦਾ ਨਹੀਂ ਰਹਿ ਸਕਦੇ ਜਿਹੜੇ ਆਪਣੇ ਵੱਡਿਆਂ ਵਡੈਰਿਆਂ ਨੂੰ ਯਾਦ ਨਹੀਂ ਕਰਦੇ। ਇਹਦੇ ਲਈ ਜਿਹੜੀ ਤੁਹਾਡੀ ਯਾਦਗਾਰ ਕਮੇਟੀ ਬਣੀ ਆ, ਮੈਂ ਸਮਝਦਾ ਬਹੁਤ ਵੱਡਾ ਕੰਮ ਕਰਦੀ ਆ। ਇਹਨਾਂ ਨੂੰ ਮੈਂ ਪਹਿਲਾਂ ਪੁੱਛਿਆ, ਇਹਨਾਂ ਦੱਸ ਵੀ ਦਿੱਤਾ, ਤਿੰਨਾਂ ਮਹੀਨਿਆਂ ਤੋਂ ਲੱਗੇ ਨੇ। ਇਹ ਕਹਿੰਦੇ ਸੀ ਵੀ ਇੱਕ ਦਿਨ ਅਸੀਂ ਅਗਰਾਹੀ ਕਰਨ ਲੱਗੇ ਅਤੇ ਉਸ ਦਿਨ ਖੁਣੀ ਪ੍ਰੋਗਰਾਮ ਕੀ ਹੋ ਗਿਆ, ਅਗਲੇ ਦਿਨ ਲੱਗੇ ਤਾਂ ਕੀ ਹੋ ਗਿਆ, ਅਗਲੇ ਦਿਨ ਲੱਗੇ ਕੀ ਹੋ ਗਿਆ। ਸੋ ਇਸ ਕਰਕੇ ਜਿਹੜਾ ਦੀਪ ਠਾਕੁਰ ਆ, ਜਸਵੀਰ ਸਿੰਘ ਆ, ਗਿਆਨ ਸਿੰਘ ਗੁਪਤਾ ਵਾ, ਕੁੰਨਣ ਲਾਲ ਜੀ ਨੇ, ਹੋਰ ਬਹੁਤ ਸਾਰੇ ਸਾਥੀ ਆ, ਸ਼ਿਵ ਕੁਮਾਰ ਜੀ ਮੇਰੇ ਸਾਹਮਣੇ ਬੈਠੇ ਆ, ਇਹਨਾਂ ਸਾਰਿਆਂ ਨੂੰ ਮੈਂ ਆਪਣੀ ਵੱਲੋਂ ਆਪਣੀ ਜਿਹੜੀ ਬਹੁਤ ਸਾਰੀਆਂ ਜਨਤਕ ਜਥੇਬੰਦੀਆਂ 'ਚ ਮੈਂ ਕੰਮ ਕਰਦਾ, ਉਹਨਾਂ ਸਾਰਿਆਂ ਵੱਲੋਂ ਮੈਂ ਇਹਨਾਂ ਨੂੰ ਬੜੀ ਵੱਡੀ ਮੁਬਾਰਕਬਾਦ ਦਿੰਦਾ ਅਤੇ ਆਸ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਤੁਹਾਡੀ ਲਗਨ ਹੈ ਇਹਨੂੰ ਜਾਰੀ ਰੱਖੋ। ਤੁਸੀਂ ਡਰਾਮੇ ਵੇਖੇ ਨੇ, ਖਾਸ ਕਰਕੇ ਨਸ਼ੇ ਉੱਤੇ ਅੱਜ ਬਹੁਤ ਖੁੱਲ੍ਹ ਕੇ ਚਰਚਾ ਹੋਈ। ਇਹ ਨਸ਼ਾ ਅੱਜ ਦਾ ਨਹੀਂ ਗਾ, ਨਸ਼ਾ ਬੜਾ ਜੱਦੀ ਇਕਦਮ ਹੀ ਚੱਲ ਰਿਹਾ, ਉਹਦੀਆਂ ਸਮੇਂ ਸਮੇਂ 'ਤੇ ਫੋਰਮਾਂ ਬਦਲਦੀਆਂ ਰਹਿੰਦੀਆਂ ਨੇ। ਮੈਨੂੰ ਯਾਦ ਆ ਸਾਡੇ ਪਿੰਡ ਵਿੱਚ ਫੀਮੀ ਹੁੰਦੇ ਸੀ ਇੱਕ ਦੋ, ਅਸੀਂ ਉਹਨਾਂ ਨੂੰ ਕਹਿਣਾ ਵੀ ਅਮਲੀ ਹੈ ਜੀ। ਉਹ ਅਮਲੀਆਂ ਨੇ ਠੇਕੇ ਤੋਂ ਫੀਮ ਲਿਆਉਣੀ, ਉਹਦੀਆਂ 30 ਗੋਲੀਆਂ ਬਣਾਉਣੀਆਂ, ਬਣਾ ਕੇ ਅਤੇ ਜਦੋਂ ਸ਼ਾਮ ਦੀ ਚਾਹ ਲੈਣੀ ਉਸ ਵੇਲੇ ਪੀ ਕੇ ਅਤੇ ਅਮਲੀ ਨੇ ਪਰੇ ਪੰਚਾਇਤ ਜਾ ਕੇ ਅਤੇ ਗੱਲਾਂ ਬਾਤਾਂ ਕਰਨੀਆਂ। ਹੌਲੀ ਹੌਲੀ ਉਹਦੀ ਫੋਰਮ ਬਦਲ ਗਈ, ਉਹ ਇਸੇ ਤਰ੍ਹਾਂ ਹੀ ਬਦਲੀ ਹੈ ਜਿਉਂ ਜਿਉਂ ਸਰਮਾਏਦਾਰੀ ਦੇ ਰੰਗ ਰੂਪ ਬਦਲਦੇ ਗਏ, ਜਿਉਂ ਜਿਉਂ ਸਰਮਾਏਦਾਰੀ ਦੀ ਔੜ ਵੱਧਦੀ ਗਈ ਹੈ। ਤੁਸੀਂ ਵੇਖੋ ਜੇ ਭੱਠਾ ਲਾਉਣਾ ਹੋਵੇ ਪਹਿਲਾਂ ਜ਼ਮੀਨ ਖਰੀਦਣੀ ਪੈਂਦੀ ਹੈ, ਫਿਰ ਉਹਦੇ ਲਈ ਕੋਲਾ ਲਿਆਉਣਾ ਪੈਂਦਾ, ਇੰਨੇ ਮਜ਼ਦੂਰ ਲਾਉਣੇ ਪੈਂਦੇ ਆ, ਬੜੀ ਮਿਹਨਤ ਕਰਨੀ ਪੈਂਦੀ ਆ। ਇਸ ਤਰ੍ਹਾਂ ਕੋਈ ਇੰਡਸਟਰੀ ਲਾਉਣੀ ਹੋਵੇ ਉਹਦੇ 'ਤੇ ਬੜੀ ਮਿਹਨਤ ਕਰਨੀ ਪੈਂਦੀ ਹੈ। ਇਹ ਜਿਹੜਾ ਚਿੱਟਾ, ਮੈਂ ਉਸ ਇਲਾਕੇ 'ਚ ਆਇਆ ਜਿੱਥੇ ਰੋਜ਼ ਹੀ ਕੋਈ ਦਿਨ ਅਜਨਾਲੇ 'ਚ ਐਸਾ ਨਹੀਂ ਜਾਂਦਾ ਜਿੱਦਣ 5 ਕਿਲੋ, 2 ਕਿਲੋ, 1.5 ਕਿਲੋ, 3 ਕਿਲੋ। ਸ਼ਾਮੀ ਕੱਲ੍ਹ ਅਸੀਂ DSP ਨੂੰ ਮਿਲਣ ਗਏ, ਉਹਦੀ ਸਾਰੀ ਟੀਮ ਬੈਠੀ ਅਤੇ ਕਹਿੰਦੇ ਵੀ ਡਾਕਟਰ ਸਤਨਾਮ ਸਿੰਘ ਅੱਜ 5 ਕਿਲੋ ਫੜ ਕੇ ਲੈ ਕੇ ਆਏ। ਇਹ ਕਿਉਂ ਹੋ ਰਿਹਾ, ਇਹਨੂੰ ਸਮਝਣ ਦੀ ਗੱਲ ਆ। ਉਹ ਸਾਥੀ ਕਹਿ ਕੇ ਗਿਆ ਵੀ ਅਸੀਂ ਪ੍ਰਣ ਕਰਾਂਗੇ, ਅਸੀਂ ਵੀ ਚਾਹੁੰਦੇ ਹਾਂ, ਪਰ ਉਹ ਪ੍ਰਣ ਉਨ੍ਹਾਂ ਚਿਰ ਅਧੂਰਾ ਰਹਿ ਜੂਗਾ ਜਿੰਨਾ ਚਿਰ ਅਸੀਂ ਸਮਝਦੇ ਨਹੀਂ ਵੀ ਗੱਲ ਆਈ ਕਿੱਥੋਂ। ਸ਼ਿਵ ਕੁਮਾਰ ਜੀ, ਇਹ ਆਦਮੀ ਜਿਹੜਾ ਧੰਦਾ ਚੱਲਦਾ ਉਹਦੇ 'ਚ ਬੜਾ ਸੌਖਾ ਕੰਮ ਹੈ, ਬਾਕੀ ਕੰਮ ਬਹੁਤ ਔਖੇ ਆ। 1 ਕਿਲੋ ਅਫਗਾਨਿਸਤਾਨ 'ਚੋਂ ਤੁਸੀਂ ਲਾਇਓ, ਉਹਦੀਆਂ ਲੱਖ ਲੱਖ ਪਰਤਾਂ, ਮੈਂ ਜ਼ਿਆਦਾ ਨਹੀਂ ਇਹਦੇ 'ਤੇ ਜ਼ਿਆਦਾ ਟਾਈਮ ਨਹੀਂ ਲਊਂਗਾ, ਉਹ ਘੱਟੋ ਘੱਟ ਜਿਹਦੇ ਇਸ਼ਾਰੇ 'ਤੇ ਪੁਲਿਸ ਕੰਮ ਕਰਦੀ ਆ, ਜਿਹਦੇ ਇਸ਼ਾਰੇ 'ਤੇ BSF ਕੰਮ ਕਰਦੀ ਆ, ਜਿਹਦੇ ਇਸ਼ਾਰੇ 'ਤੇ ਕੋਈ ਚੁੱਕਣ ਵਾਲੇ ਕੰਮ ਕਰਦੇ ਆ, ਉਹਦੇ ਕੋਲ ਘੱਟੋ ਘੱਟ 40-50 ਲੱਖ ਰੁਪਈਆ ਪਹੁੰਚ ਜਾਂਦਾ। ਇਹਦੋਂ ਸੌਖਾ ਵਪਾਰ ਕੀ ਹੋ ਸਕਦਾ। ਸੋ ਸਰਮਾਏਦਾਰੀ ਪ੍ਰਬੰਧ ਕਿਸੇ ਵੀ ਦੇਸ਼ 'ਚ ਹੋਵੇ, ਆਹ ਤੁਸੀਂ ਅਮਰੀਕਾ ਚਲੇ ਜਾਓ,
ਅਮਰੀਕਾ 'ਚ ਵੀ ਇਹੋ ਹਾਲਤ ਹੈ, ਉਹ ਤੁਹਾਨੂੰ ਵੇਖਣ ਨੂੰ ਨਹੀਂ ਪਤਾ ਲੱਗਦਾ। ਸਾਡੇ ਬਹੁਤ ਸਾਰੇ ਰਿਸ਼ਤੇਦਾਰ ਉੱਥੇ ਗਏ ਆ, ਉੱਥੇ ਵੀ ਨਸ਼ਾ ਬਹੁਤ ਹੈ। ਸਰਮਾਏਦਾਰੀ ਪ੍ਰਬੰਧ ਨਸ਼ੇ ਤੋਂ ਬਗੈਰ ਹੋ ਹੀ ਨਹੀਂ ਸਕਦਾ, ਕਿਉਂਕਿ ਸਭ ਤੋਂ ਸੌਖਾ ਕਿੱਤਾ ਇਹ ਆ ਪੈਸੇ ਨੂੰ ਵਧਾਉਣ ਦਾ। ਦੂਸਰਾ, ਮੈਂ ਬੇਨਤੀ ਕਰੂੰਗਾ ਵੀ ਅੱਜ ਜਿਹੜਾ ਇਹ ਪ੍ਰੋਗਰਾਮ ਆ, ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਵੱਖਰੀਆਂ ਵੱਖਰੀਆਂ ਵੰਨਗੀਆਂ ਚਾਹੀਦੀਆਂ। ਅੱਜ ਜ਼ਿਆਦਾ ਇਹ ਚਿੱਟੇ ਦੇ ਆਲੇ ਦੁਆਲੇ ਲੱਗ ਗਿਆ ਤਾਂ ਕਿ ਲੋਕਾਂ ਨੂੰ ਗਿਆਨ ਬਹੁਤਾ ਹੋਵੇ। ਆ ਮੈਂ ਪੜ੍ਹ ਰਿਹਾ ਸਾਂ ਕਿਤਾਬ ਇਹਨਾਂ ਦੀ, ਹੋਰ ਵੀ ਬਹੁਤ ਸਾਰਾ ਲਿਟਰੇਚਰ ਕੱਲ੍ਹ ਪਰਸੋਂ ਦਾ ਮੈਂ ਵੇਖਿਆ। ਮੈਂ ਇਹਨਾਂ ਕੋਲ ਜਾਣਾ ਸਾਥੀਆਂ ਕੋਲ, ਕੋਈ ਨਾ ਕੋਈ ਨਵੀਂ ਗੱਲ ਕਰੀਏ। ਸੋ ਸਾਥੀ ਪੰਡਿਤ ਕਿਸ਼ੋਰੀ ਲਾਲ ਜੀ, ਮੈਂ ਆਪਣੇ ਪਿਤਾ ਜੀ ਕਾਮਰੇਡ ਦਲੀਪ ਸਿੰਘ ਟਪਿਆਲਾ ਜੀ ਦੇ ਨਾਲ ਆਪਣੀ ਸਰਵਿਸ ਕਰਦਿਆਂ ਵੀ ਕਦੇ ਜਾਣਾ ਉਹਨਾਂ ਦੇ ਦਫ਼ਤਰ, ਅਤੇ ਮੰਜੀ ਉੱਤੇ ਬੈਠੇ ਹੁੰਦੇ ਸੀ। ਮੰਜੀ ਦੀ ਕਈ ਵਾਰ ਪੈਂਦ ਵੀ ਠੀਕ ਨਹੀਂ ਸੀ ਹੁੰਦੀ, ਉਹਦੇ ਉੱਤੇ ਗੁਣਗੁਣਾਉਂਦੇ ਹੁੰਦੇ ਸੀ, ਗੱਲਾਂ ਜੀਆਂ ਕਰਨਾ ਗੱਲ। ਮੈਂ ਕਿਹਾ ਜੀ, ਮੈਂ ਭਾਅ ਜੀ ਕਹਿੰਦਾ ਆਪਣਾ ਪਿਤਾ ਜੀ ਨੂੰ, ਮੈਂ ਕਿਹਾ ਜੀ ਤੁਸੀਂ ਇਹ ਦੱਸੋ ਇਹ ਕਿਤਰਾ ਕਿਉਂ ਕਰਦੇ ਆ? ਆਉਂਦੇ ਜੀ ਸੋਲੀਟਰੀ ਜੇਲ੍ਹ 'ਚ ਰਹੇ ਆ, ਉੱਥੇ ਪੰਛੀਆਂ ਨਾਲ ਗੱਲਾਂ ਕਰਦੇ ਸੀ, ਕੰਧਾਂ ਨਾਲ ਗੱਲਾਂ ਕਰਦੇ ਸਨ, ਆਪਸ ਵਿੱਚ ਗੱਲਾਂ ਕਰਦੇ ਸੀ। ਸੋ ਇਹ ਆਦਤ ਉਹਨਾਂ ਦੀ ਜਾ ਨਹੀਂ ਰਹੀ। ਤੁਸੀਂ ਵੇਖੋ ਕਿੰਨਾ ਸ਼ਿੱਦਤ ਹੈ। ਜਦੋਂ ਇਸ ਬੰਨੇ ਆਏ ਆ, ਉਹ ਦਸਵੀਂ ਕਰਕੇ ਲਾਹੌਰ ਆਏ ਡੀ ਏ ਵੀ ਕਾਲਜ 'ਚ, ਉਹਨਾਂ ਦਾ ਭਰਾ ਪਹਿਲਾਂ ਹੀ ਇਸ ਲਹਿਰ ਦੇ ਨਾਲ ਜੁੜਿਆ ਹੋਇਆ ਸੀ, ਵੱਡਾ ਭਰਾ। ਉਹ ਉਹਨਾਂ ਨੂੰ ਲੈ ਕੇ ਇਹ ਸ਼ਹੀਦ ਭਗਤ ਸਿੰਘ ਦੇ ਕੋਲ ਲੈ ਕੇ ਗਿਆ। ਉਹਨਾਂ ਨੂੰ ਦੱਸਿਆ ਵੀ ਇਹ ਵੀ ਬੰਦਾ ਕੰਮ ਕਰਨਾ ਚਾਹੁੰਦਾ। ਉਹ ਕਹਿੰਦੇ ਉਹ ਤਾਂ ਛੋਟਾ ਜਿਹਾ ਹੀ ਆ, ਮਾੜਕੂ ਜਿਹਾ, ਉਹਨੂੰ ਕਹਿੰਦੇ ਕੀ, ਸਮਝਣ ਵਾਲੀ ਗੱਲ ਆ। ਉਹ ਕਹਿੰਦੇ ਵੀ ਤੂੰ ਸਾਡੇ ਇਸ ਕ੍ਰਾਂਤੀਕਾਰੀ ਗਰੁੱਪ 'ਚ ਕੰਮ ਨਹੀਂ ਕਰ ਸਕਦਾ। ਉਹ ਕਹਿੰਦਾ ਨਹੀਂ, ਮੈਂ ਕਰ ਕਿਉਂ ਨਹੀਂ ਸਕਦਾ। ਪੰਡਿਤ ਜੀ ਬਹੁਤ ਹਾਸੇ ਮਖੌਲ ਵਾਲੇ ਸੀ, ਗੱਲ ਦੇ ਵਿੱਚੋਂ ਗੱਲ ਬਣਾ ਲੈਂਦੇ ਸੀ। ਕਹਿੰਦੇ ਉਹ ਯਾਰ, ਜਿਹੜੀ ਤੁਸੀਂ ਕੰਧ ਬਣਾਉਣ ਡੇ ਜੇ, ਅੰਗਰੇਜ਼ਾਂ ਨੂੰ ਢਾਉਣ ਲਈ ਜਿਹੜਾ ਪ੍ਰੋਗਰਾਮ ਕਰਦੇ ਜੇ, ਮੈਨੂੰ ਵਿੱਚ ਰੋੜਾ ਲਾ ਲਿਓ ਵਿੱਚ। ਜਦੋਂ ਇੱਟਾਂ ਲਾਈ ਦੀਆਂ ਅਤੇ ਇੱਟਾਂ ਦੋ ਆਪਸ 'ਚ ਲਗਾਉਣ ਲੱਗੀਆਂ ਵੀ ਛੋਟਾ ਜਿਹਾ ਰੋੜਾ ਵੀ ਲਾਈਦਾ। ਮੈਂ ਕਹਿੰਦਾ ਦੁਨੀਆਂ 'ਤੇ ਬੜੇ ਮਹਾਨ ਇਨਕਲਾਬੀ ਹੋਏ, ਪਰ ਮੈਂ ਇਸ ਇਲਾਕੇ 'ਚ ਆਣ ਕੇ ਪੰਡਿਤ ਜੀ ਦੀ ਉਸਤਤ ਨਹੀਂ ਕਰਨ ਡਿਆ। ਮੈਂ ਕਹਿੰਦਾ ਵੀ ਉਹ ਆਪ ਕਹਿੰਦੇ ਸੀ, ਉਹ ਮੈਨੂੰ ਭਗਤ ਸਿੰਘ ਦਾ ਸਾਥੀ ਕਿਉਂ ਕਹਿੰਦੇ ਜੀ? ਮੈਂ ਆਪਣੇ ਆਪ ਵਿੱਚ ਹੀ ਭਗਤ ਸਿੰਘ ਹਾਂ, ਮੈਂ ਆਪਣੇ ਆਪ 'ਚ ਹੀ ਪੰਡਿਤ ਕਿਸ਼ੋਰੀ ਲਾਲ ਹਾਂ। ਉਹਨਾਂ ਦੇ ਜਿੰਨੇ ਮੈਂ ਇਹਨਾਂ ਵੀ ਬੜੀਆਂ ਵੱਡੀਆਂ ਕਿਤਾਬਾਂ ਲਿਖੀਆਂ ਜਾ ਸਕਦੀਆਂ। ਪੰਡਿਤ ਜੀ ਇਸ ਇਲਾਕੇ 'ਚੋਂ ਜੰਮ ਕੇ ਜਿੱਡਾ ਵੱਡਾ ਕਾਰਨਾਮਾ ਕਰ ਗਏ ਆ, ਜਿੰਨੀ ਵੱਡੀ ਸਾਨੂੰ ਦਿਸ਼ਾ ਦੇ ਗਏ ਆ, ਜਿੰਨੇ ਵੱਡੇ ਸਾਨੂੰ ਗੁਣ ਦੇ ਗਏ ਆ, ਜਿੰਨਾ ਬਹੁਤ ਵੱਡੇ ਸੂਤਰ ਦੇ ਗਏ ਆ, ਉਹ ਭੁਲਾਏ ਨਹੀਂ ਜਾ ਸਕਦੇ। ਸੋ ਇਸ ਕਰਕੇ ਉਹ ਅੱਜ ਉਹ ਕਹਿੰਦੇ ਸਨ ਵੀ ਅਸੀਂ ਤਾਂ ਜਾਣਾ ਜੇਲ੍ਹ 'ਚੋਂ ਬਾਹਰ ਆਣ ਕੇ, ਉਹ ਇੱਥੇ ਧਰਮਪੁਰ ਆ ਸਕਦੇ ਸੀ, ਕੋਈ ਔਖਾ ਨਹੀਂ ਸੀ। ਉਹ ਲਾਹੌਰ ਦੇ ਵਿੱਚੋਂ ਆਪਣੇ ਕ੍ਰਾਂਤੀਕਾਰੀ ਦਫ਼ਤਰ ਦੇ ਵਿੱਚ ਗਏ, ਸਾਰੀ ਜ਼ਿੰਦਗੀ ਲਾ ਦਿੱਤੀ। ਆਜ਼ਾਦੀ ਤੋਂ ਬਾਅਦ ਵੀ ਜੇ ਉਹਨਾਂ ਦੀ ਕਿਤੇ ਵੇਖੋ ਤੁਸੀਂ, ਉਹ ਅਗਲੇ ਸਾਲ ਹੀ ਸਰਕਾਰ ਨੇ ਫੇਰ ਫੜ ਲਿਆ ਉਹਨਾਂ, ਅਪ੍ਰੈਲ 1948 'ਚ ਫਿਰ ਜੇਲ੍ਹ ਸੁੱਟਤਾ। ਫਿਰ ਉਹ ਇਸ ਸਰਕਾਰ ਦੀ ਜੇਲ੍ਹ ਵਿੱਚ ਵੀ ਰਹੇ,
24 ਸਾਲ ਦੀ ਜਾਨ ਜੇਲ੍ਹ, 17 ਸਾਲ ਦੀ ਅੰਗਰੇਜ਼ਾਂ ਦੀ ਜੇਲ੍ਹ, ਮੁੜ ਕੇ ਇਹ ਜੇਲ੍ਹ। ਐਸਾ ਬੰਦਾ ਹਠੀਆ ਸੀ, ਜੇ ਭੁੱਖੜਤਾਰ ਰੱਖਣੀ ਜੇਲ੍ਹ ਦੇ ਵਿੱਚ, ਇੱਕ ਵਾਰੀ ਭੁੱਖੜਤਾਰ ਰਾਖੀ ਬੜੀ ਸ਼ਿੱਦਤ ਦੇ ਨਾਲ, ਉਸ ਵੇਲੇ ਅੰਗਰੇਜ਼ਾਂ ਨੂੰ ਨਵਾ ਦਿੱਤਾ। ਇੱਕ ਦਫ਼ਾ ਦੀ ਗੱਲ ਆ, ਕਾਂਗਰਸ ਵਰਕਰ ਜਿਹੜੇ ਉਹਨਾਂ ਦੀ ਜੇਲ੍ਹ ਲਾਹੌਰ ਵਿੱਚ ਚਲੇ ਗਏ, ਉਹਨਾਂ ਨੂੰ ਕਿਤਿਓਂ ਭਿਣਕ ਪਈ ਵੀ ਯਾਰ ਇਹਨਾਂ ਨੂੰ ਅੱਜ ਕੁੱਟਿਆ ਗਿਆ, ਇਹਨੇ ਦੀ ਅੱਜ ਬੇਇੱਜ਼ਤੀ ਕੀਤੀ ਗਈ ਆ। ਉਹ ਦੂਜਿਆਂ ਸਾਥੀਆਂ ਨੂੰ ਕਹਿੰਦੇ, ਆਪਣੇ ਨਾਲਦਿਆਂ ਨੂੰ ਵੀ, ਯਾਰ ਉਹਨਾਂ ਦੀ ਮਦਦ ਕਰੀਏ। ਉਹਨਾਂ ਦੀ ਵਾਰਡ ਤਾਂ ਕਿਸੇ ਪਾਸੇ ਦੇ ਉੱਤੇ ਸੀਗੀ। ਉਹ ਕਹਿੰਦਾ, ਜੁਗਤ ਮੈਂ ਬਣਾਉਣਾ। ਕੰਧਾਂ ਦੇ ਦਾਂ ਟੱਪ ਟੱਪ ਕੇ ਤਾਂ ਉੱਥੇ ਜਾ ਕੇ ਉਹਨਾਂ ਦੀ ਮਦਦ ਕੀਤੀ। ਮੈਂ ਲੰਮੀ ਨਹੀਂ ਗੱਲ ਕਰਦਾ, ਉਹਦੇ ਉੱਤੇ ਇਹਨਾਂ ਨੂੰ ਸਜ਼ਾ ਵੀ ਹੋਈ, ਬੈਤ ਵੀ ਪੈ। ਸੋ ਪੰਡਿਤ ਕਿਸ਼ੋਰੀ ਲਾਲ, ਮੈਂ ਨਾ ਜਿੰਨਾ ਵੀ ਉਹਨਾਂ ਦਾ ਨਾਂ ਲੈ ਲਈਏ ਉਨਾ ਵੀ ਥੋੜ੍ਹਾ ਵਾ, ਪਰ ਉਹ ਜਿਸ ਸਿਸਟਮ ਦੇ ਵਿਰੁੱਧ ਲੜਦੇ ਸੀ, ਉਸ ਸਿਸਟਮ ਨੂੰ ਸਮਝਣਾ ਅੱਜ ਬਹੁਤ ਜ਼ਰੂਰੀ ਹੈ। ਅੱਜ ਉਹ ਇੱਥੇ ਪ੍ਰੋਗਰਾਮ ਆਇਆ, ਅੱਜ 1% ਲੋਕਾਂ ਕੋਲ, 1% ਸਾਡੇ 135 ਕਰੋੜ, ਤੁਸੀਂ ਹਿਸਾਬ ਲਾ ਲਓ ਕਿੰਨੀ ਬਣਦੀ ਆ। ਸਾਡੇ ਦੇਸ਼ ਦੀ ਦੌਲਤ 83% ਉਹਨਾਂ ਦੇ ਕੋਲ। ਅੱਜ ਸਾਡੇ ਦੇਸ਼ ਦੇ 100 ਆਦਮੀ ਤੁਸੀਂ ਪਹਿਲੇ ਨੰਬਰ 'ਤੇ ਲੈ ਲਓ, ਉਹਨਾਂ ਦੇ ਕੋਲ ਸਾਡੇ ਦੇਸ਼ ਦੀ 80% ਤੋਂ ਵੱਧ ਦੌਲਤ ਹੈ। ਇਸੇ ਕਰਕੇ ਥੱਲੇ ਜਿਹੜਾ ਲੋਕਾਂ ਦੀ ਅੱਜ ਸਾਰੀ, ਮੈਂ ਜਨਾਲੇ ਦਾ ਰਹਿਣ ਵਾਲਾ, ਰਿਕਸ਼ੇ ਵਾਲੇ ਨੂੰ ਪੁੱਛੀਦਾ, ਉਹ ਕਹਿੰਦਾ ਜੀ ਮੰਦਾ। ਰੇਹੜੀ ਵਾਲੇ ਨੂੰ ਮੇਰਾ ਬੜਾ ਪਿਆਰ, ਉਹਨਾਂ ਨਾਲ ਸਤਿ ਸ਼੍ਰੀ ਅਕਾਲ ਆ, ਕਿਸ ਤਰ੍ਹਾਂ ਚੱਲਦਾ ਯਾਰ ਕਾਲੇ ਰਾਮ, ਉਹ ਕਹਿੰਦਾ ਜੀ ਮੰਦਾ ਡਾਕਟਰ ਸਾਹਿਬ ਮੰਦਾ। ਜੇ ਟਾਂਗੇ ਵਾਲੇ ਨੂੰ ਪੁੱਛੀਦਾ, ਉਹ ਵੀ ਕਹਿੰਦਾ ਮੰਦਾ। ਮੰਦਾ ਕਿਉਂ ਆ? ਕਿਉਂਕਿ ਸਾਡੀ ਜੇਬਾਂ 'ਚ ਪੈਸੇ ਨਹੀਂ। ਤੁਸੀਂ ਅੱਜ ਅਖਬਾਰਾਂ ਪੜ੍ਹੀਆਂ, ਉਹ ਯਾਰੋ 1,45,000 ਕਰੋੜ ਲੋਕਾਂ ਦੀ ਲਹੂ ਪਸੀਨੇ ਦੀ ਕਮਾਈ ਕਿਹਨੂੰ ਦੇਤੀ ਆ? ਵੱਡੇ ਵੱਡੇ ਵਪਾਰੀਆਂ, ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ, ਕਿਉਂਕਿ ਡਿੱਗਦੇ ਜਾਂਦੇ ਆ। ਇਹ ਗਰੀਬ ਬਹੁਤ ਜ਼ਿਆਦਾ ਆ, ਇਹਨਾਂ ਗਰੀਬਾਂ ਨੂੰ ਜਿਹੜਾ ਚਾਹੀਦਾ ਵਾ ਵੀ ਇਹਨਾਂ ਦੇ ਕੋਲ ਹੋਰ, ਇਹਨਾਂ ਨੂੰ ਟੈਕਸਾਂ 'ਚ ਮਦਦ ਕਰੀਏ। ਸੋ ਇਸ ਕਰਕੇ ਮੈਂ ਇਸ ਦਿਨ ਦੇ ਉੱਤੇ, ਜਿਹੜਾ ਤੁਸੀਂ ਸਾਰੇ ਸਾਲ ਦਿਹਾੜਾ ਮਨਾਉਂਦੇ ਜੇ, ਇਹ ਗੱਲ ਬੜੀ ਬਰੀਕੀ ਨਾਲ ਸਮਝਣ ਵਾਲੀ ਆ ਵੀ ਇਹ ਸਿਸਟਮ ਜਿਹੜਾ, ਇਸ ਤਰ੍ਹਾਂ ਨਹੀਂ ਚੱਲਦਾ 1 ਤੋਂ 2, 2 ਤੋਂ 3, 1 ਤੋਂ 2, 2 ਤੋਂ 4, 4 ਤੋਂ 8, 8 ਤੋਂ 16, 16 ਤੋਂ 32 ਚੱਲਣ ਡਿਆ। ਹਰ ਗੱਲ ਦਾ ਵਪਾਰੀ ਕਰਨ। ਆ ਮੇਰੇ ਘਰ ਦੇ ਵਿੱਚ ਕਈ ਵਾਰ ਪਾਣੀ ਦੀ ਗੱਲ ਹੁੰਦੀ ਆ, ਪਾਣੀ ਦਾ ਵਪਾਰੀ ਕਰਨ। ਜਿਸ ਦੇਸ਼ ਦੇ ਵਿੱਚ ਪਾਣੀ ਦਾ ਵਪਾਰੀ ਕਰਨ ਹੋਵੇ, ਹਵਾ ਦਾ ਵਪਾਰੀ ਕਰਨ ਹੋਵੇ, ਹਰ ਚੀਜ਼ ਦਾ ਵਪਾਰੀ ਕਰਨ ਹੋਵੇ, ਉਹ ਬਚ ਨਹੀਂ ਸਕਦਾ। ਅੱਜ ਮੈਂ ਕਹਿਣਾ ਚਾਹੁੰਦਾ, 7 ਚੀਜ਼ਾਂ, ਮੁੱਢਲੀਆਂ ਚੀਜ਼ਾਂ ਯਾਰੋ, ਜਿਹਦੇ ਵਿੱਚ ਬਿਜਲੀ ਆਉਂਦੀ, ਜਿਹਦੇ 'ਚ ਪਾਣੀ ਆਉਂਦਾ, ਜਿਹਦੇ 'ਚ ਹਵਾ ਆਉਂਦੀ, ਜਿਹਦੇ 'ਚ ਵਿਦਿਆ ਆਉਂਦੀ ਆ, ਜਿਹਦੇ ਵਿੱਚ ਸਾਡੀ ਸਿਹਤ ਸੇਵਾਵਾਂ ਆਉਂਦੀਆਂ ਨੇ, ਜਿਹਦੇ 'ਚ ਰੋਟੀ ਕੁੱਲੀ ਗੁੱਲੀ ਜੁੱਲੀ ਆਉਂਦੀ ਆ, 7 ਚੀਜ਼ਾਂ ਸਰਕਾਰ ਦਾ ਫਰਜ਼ ਬਣਦਾ, 1 ਹੱਦ ਤੱਕ ਲੋਕਾਂ ਨੂੰ ਮੁਫ਼ਤ ਦਿੱਤੀ ਆ। ਅਸੀਂ ਆ ਗਏ ਹਾਂ ਪਟਿਆਲੇ, 5 ਦਿਨ ਉੱਥੇ ਅਸੀਂ ਰੋਜ਼ਾਨਾ ਹੀ ਧਰਨੇ ਮੁਜ਼ਾਹਰੇ ਕਰਦੇ ਸਾਂ ਵੀ ਕਿਉਂ ਸਾਰੇ ਹਿੰਦੁਸਤਾਨ ਦੇ ਨਾਲੋਂ ਪੰਜਾਬ 'ਚ 8 ਰੁਪਏ 43 ਪੈਸੇ ਬਿਜਲੀ ਦਾ ਯੂਨਿਟ ਆ, ਸਾਡੇ ਗੁਆਂਢ 'ਚ ਅਜੇ 2.5 ਪੈਸੇ ਦਾ ਵਾ, 2.5 ਰੁਪਈਏ ਦਾ। ਆ ਇੱਧਰ ਮੈਂ ਇੱਥੋਂ 2 ਕਿਲੋਮੀਟਰ ਤੋਂ ਮੇਰੇ ਖਿਆਲ ਹਿਮਾਚਲ ਸ਼ੁਰੂ ਹੋ ਜਾਂਦਾ, ਉਹਨਾਂ ਕੋਲ ਪੁੱਛ ਲਿਓ 2 ਰੁਪਏ ਦਾ।
ਇੱਧਰੋਂ ਜੰਮੂ ਕਸ਼ਮੀਰ ਕੋਈ ਦੂਰ ਨਹੀਂ, 1 ਰੁਪਈਏ 45 ਪੈਸੇ ਆ ਇੱਥੇ। ਕਿਉਂ? ਕਿਉਂਕਿ ਬਿਜਲੀ ਦਾ ਵਪਾਰੀਕਰਨ ਕਰਦਾ, ਬਿਜਲੀ ਲੋਕਾਂ ਦੀ ਮੁੱਢਲੀ ਲੋੜ ਹੈ, ਇਹ ਕੋਈ ਐਸ਼ ਵਿਸ਼ਰਤ ਵਾਲੀ ਚੀਜ਼ ਨਹੀਂ ਗੀ। ਇਹ ਤਾਂ ਗਰੀਬ ਆਉਣ ਵਾਲੇ ਸਮੇਂ 'ਚ ਬਿਜਲੀ ਚਲਾ ਹੀ ਨਹੀਂ ਸਕਦਾ। ਇੱਕ ਦਿਨ ਅਸੀਂ ਗਏ ਭਲਾ ਪਿੰਡ, ਯਾਦ ਰੱਖੋ ਤੁਹਾਨੂੰ ਯਾਦ ਵੀ ਰਹਿ ਜਾਣਾ, ਸ਼ਾਮ ਨੂੰ ਇਸ ਤਰ੍ਹਾਂ ਮੀਟਿੰਗ ਕਰ ਰਹੇ, ਬਹੁਤ 150-200 ਆਦਮੀ ਉੱਥੇ ਆਏ, ਇੱਕ ਆਈ ਵੇ ਸੱਤ, ਮੇਰੇ ਉਹਨਾਂ ਨਾਂ ਰੱਖੇ ਵੱਖਰੇ ਵੱਖਰੇ, ਕੋਈ ਤਾਇਆ ਜੀ ਕਹਿੰਦਾ, ਕੋਈ ਚਾਚਾ ਜੀ, ਵੇ ਸੱਤ ਤੋਂ ਸਾਡੇ ਪਿੰਡ 'ਚ ਆਇਆ, ਆ ਸਾਡੇ ਬਿੱਲ 'ਤੇ ਵੇਖ ਲਾ। ਮੈਂ ਵੇਖੇ 1 ਲੱਖ ਗਰੀਬ, ਉਹ 7 ਪੀੜ੍ਹੀਆਂ ਉਹ ਪੈਸੇ ਨਹੀਂ ਦੇ ਸਕਦਾ। ਇੱਕ ਦੂਜੀ ਬੀਬੀ ਆਈ, ਪੈਰੀ ਉਹਦੀ ਜੁੱਤੀ ਟੁੱਟੀ ਆ, ਵੇ ਡਾਕਟਰਾ ਮੇਰਾ ਵੀ ਵੇਖ ਲੰਮਾ ਜਿਹਾ ਬਿੱਲ ਹੁੰਦਾ 56,000 ਦਾ ਬਿੱਲ। ਇਹ ਮੈਂ ਲੰਮੀ ਗੱਲ ਨਹੀਂ ਕਰਦਾ, ਕੋਈ ਪਿੰਡ ਦਾ ਐਸਾ ਗਰੀਬ ਨਹੀਂ ਵੇਖਿਆ ਜਿਹਦਾ ਬਿੱਲ 1,000 ਰੁਪਈਆਂ ਦੇ ਵਿੱਚ। ਕਿਉਂ ਹੋ ਗਿਆ ਇਹ? ਹੁਣ ਇਸ ਵੇਲੇ ਸਮਾਂ ਵੀ ਘਟਿਆ, ਕਿਉਂਕਿ ਤੁਹਾਡਾ ਮੈਂ ਤਾਂ ਵਿੱਚ ਐਵੇਂ ਡਾਊਟ ਹੀ ਲੱਗਾ ਵੀ ਪ੍ਰੋਗਰਾਮ ਤੁਸੀਂ ਸੁਣਨੇ ਆ ਅਤੇ ਜਿਸ ਤਰ੍ਹਾਂ ਤਾਂ ਵੀ ਫਿਲਮ ਦੀ ਬਲੈਂਕਸ ਜਿਹੜੀ ਮੈਂ ਕਰਨ ਡਿਆ ਵਾਂ, ਪਰ ਹਾਲਾਤ ਇਹ ਆ ਵੀ ਵੱਧ ਤੋਂ ਬਦਤਰ ਹੋ ਰਹੇ ਆ। ਉਹ ਯਾਰੋ ਪਾਣੀ, ਮੈਂ ਡੰਗਰ ਚਾਰਦਾ ਰਿਹਾ, ਰੰਬੀ ਮਾਰ ਮਾਰਨੀ ਅਤੇ ਪਾਣੀ ਨਿਕਲ ਆਉਣਾ, ਹੁਣ ਪਾਣੀ ਸਾਡੇ ਤੋਂ ਥੱਲੇ ਚਲੇ ਗਿਆ। ਅਸੀਂ ਉੱਥੇ ਮੋਰਚਾ ਕਿਹੜੀ ਗੱਲ ਦਾ ਲਾਇਆ ਸੀ? ਬਿਜਲੀ ਅਤੇ ਪਾਣੀ, ਬਿਜਲੀ ਅਤੇ ਪਾਣੀ। ਅੱਜ ਪਾਣੀ ਦੀ ਜੋ ਹਾਲਾਤ ਆ, ਪਾਣੀ ਵੈਸੇ ਦੁਨੀਆ 'ਚ ਬੜਾ ਘੱਟ ਆ। ਅੱਜ ਦੀ ਅਖਬਾਰ 'ਚ ਲਿਖਿਆ ਸੀ ਵੀ ਹਿੰਦੁਸਤਾਨ ਨੇ ਡੁੱਬ ਜਾਣਾ, ਕਿਉਂਕਿ 70% ਸਾਡੇ ਸਮੁੰਦਰ ਹੁੰਦਾ, 30% ਧਰਤੀ ਹੁੰਦੀ ਆ। ਜਿਸ ਢੰਗ ਨਾਲ ਹਿੰਦੁਸਤਾਨ ਦੀ ਚਾਲ ਚੱਲਣ ਡਈ ਆ, ਮੇਰਾ ਇਸ਼ਾਰਾ ਹੀ ਸਮਝਿਓ, ਇਹ ਦੇਸ਼ ਨੇ ਡੁੱਬ ਜਾਣਾ। ਸਮੁੰਦਰ ਦਾ ਪਾਣੀ ਤਾਂ ਚੜ੍ਹ ਜਾਣਾ ਅਤੇ ਭਾਰਤ ਨੇ ਡੁੱਬ ਜਾਣਾ, ਬਹੁਤੀ ਦੂਰ ਵਾਲੀ ਗੱਲ ਨਹੀਂ, ਕਿਸੇ ਨੂੰ ਕੋਈ ਫਿਕਰ ਨਹੀਂ, ਕਿਉਂਕਿ ਦੁਨੀਆ ਦੇ ਉੱਤੇ ਪਾਣੀ ਹੈ ਹੀ ਬੜਾ ਥੋੜ੍ਹਾ, ਇੰਨਾ ਵਾ ਜਿਹੜਾ ਪੀਣ ਵਾਲਾ ਪਾਣੀ ਸਾਰੀ ਦੁਨੀਆ 'ਚ 0.004% ਪਾਣੀ, ਜਿੰਨਾ ਦੁਨੀਆ ਦੇ ਪਾਣੀ ਆ ਉਹਦਾ ਇੰਨਾ ਪਾਣੀ ਆ ਜਿਹੜਾ ਪੀਣ ਲਈ ਆ, ਉਹ ਜੇ ਕਿਤੇ ਅਸੀਂ ਨਾ ਬਚਾਇਆ, ਜਿਤਨਾ ਸਰਕਾਰਾਂ ਨੇ ਹਾਲ ਫੜਿਆ ਵਾ। ਮੈਂ ਕਿਸੇ ਖਾਸ ਪਾਰਟੀ ਦਾ ਨਾਂ ਨਹੀਂ ਲੈਣਾ ਚਾਹੁੰਦਾ, ਕਿਉਂਕਿ ਪ੍ਰੋਗਰਾਮ ਇੱਥੇ ਰੰਗਮੰਚ ਦਾ ਸਾਰੀ ਕਿਸਮ ਦੇ ਲੋਕ ਆਏ ਆ, ਪਰ ਪਾਣੀ ਦੀ ਹਾਲਤ ਬਿੱਦ ਤੋਂ ਬਦਤਰ ਹੋ ਗਈ। ਮੈਂ ਅੱਜ ਤੁਹਾਡੇ ਰਾਹੀਂ ਕਹੂੰਗਾ ਵੀ ਜਿਹੜੇ ਸਾਡੇ ਸ਼ਹੀਦਾਂ ਮਰੀਦਾਂ ਨੂੰ ਅਸੀਂ ਯਾਦ ਕਰਦੇ ਹਾਂ, ਜੇ ਕਿਤੇ ਬਾਰਿਸ਼ ਦੇ ਪਾਣੀ ਨੂੰ ਸਾਂਭ ਲਈਏ। ਅਸੀਂ ਤੀਸਰਾ ਹਿੱਸਾ ਪੰਜਾਬ 'ਚ 580 mm ਤੋਂ 600 mm ਹਰ ਸਾਲ ਬਾਰਿਸ਼ ਹੁੰਦੀ ਹੈ, ਹੁੰਦੀ ਵੀ ਮੌਨਸੂਨ ਸੀਜ਼ਨ 'ਚ ਆ, 15 ਜੂਨ ਤੋਂ ਲੈ ਕੇ ਅਤੇ 15 ਸਤੰਬਰ ਤੱਕ। ਇਸ ਤਰ੍ਹਾਂ ਹੜ੍ਹਾਂ ਦਾ ਪਾਣੀ ਸਾਂਭ ਲਈਏ। ਵੈਸੇ ਵੀ ਹੋਰ ਬਹੁਤ ਸਾਰੇ ਢੰਗ ਆ, ਮੈਂ ਖੇਤੀਬਾੜੀ 'ਚ ਛੋਟਾ ਮੋਟਾ ਕੰਮ ਕਰਦਾ, ਆ ਜੇ ਕਿਤੇ ਕਿਸਾਨਾਂ ਨੂੰ ਬਾਸਮਤੀ ਦਾ ਭਾਅ ਦੇ ਦਿਓ, ਆ ਅਸੀਂ ਪਿਛਲੇ ਸਾਲ ਲੜ ਕੇ ਆਏ ਦਿੱਲੀ ਮੰਦਸੌਰ ਦੇ ਵਿੱਚ, ਅਤੇ ਉਹ ਜਿਹੜਾ ਬੈਠਾ ਇੱਥੇ ਜਿਸ ਤਰ੍ਹਾਂ ਬੱਚਾ ਪੜ੍ਹਦਾ ਸੀ ਬੀ ਏ ਦੇ ਵਿੱਚ, ਬਿਲਕੁਲ ਹਾਲਤ ਇਸ ਤਰ੍ਹਾਂ, ਬੀ ਏ ਪਾਸ ਆ, ਐੱਮ ਏ ਦੀ ਫੀਸ ਲੈਣਾ ਚਾਹੁੰਦਾ, ਉਹ ਕਹਿੰਦਾ ਮੇਰੀ ਅੱਜ ਮੂੰਗੀ ਨਹੀਂ ਵਿਕੀ। ਕਹਿੰਦਾ ਖਲੋਜਾ ਕੱਲ੍ਹ ਨੂੰ ਭਾਅ ਪੁੱਛ ਕੇ ਆਇਆ ਮੁੰਡਾ, ਅੱਜ ਭਾਅ ਆ ਜੀ 3200। ਉਹ ਕਹਿੰਦਾ ਯਾਰ ਥੋੜ੍ਹੀ ਜਿਹੀ ਮਹਿੰਗੀ ਤਾਂ ਹੋ ਜੇ, ਸਰਕਾਰ ਦਾ ਭਾਅ ਤਾਂ 7,000 ਰੁਪਈਆ ਵਾ।
ਅਗਲੇ ਦਿਨ ਗਿਆ ਤੇ ਮੂੰਗੀ 2800, ਫਿਰ ਆਂਦਾ ਖਲੋ ਜੋ ਸ਼ੈਤਾਨ ਨੂੰ ਚੜ ਜੇ, ਮੂੰਗੀ 2200 ਤੇ ਆ ਗਈ। ਉੱਥੇ ਹਲਚਲ ਪੱਜ ਗਈ, ਸਰਕਾਰ ਨੂੰ ਗੋਲੀ ਚਲਾਉਣੀ ਪਈ, 6 ਕਿਸਾਨ ਸ਼ਹੀਦ ਹੋ। ਸੋ ਅੱਜ ਜਿਸ ਤਰ੍ਹਾਂ ਦਾ ਪੁੱਠੇ ਬੰਨੇ ਟਾਂਗਾ ਕੋ ਅੱਗੇ ਥੋੜ੍ਹਾ ਲੱਗਾ ਸਰਕਾਰ ਦੇ, ਪਿਛਲੇ ਬੰਨੇ ਲੱਗਾ। ਜੋ ਹਾਲਾਤ ਬਣ ਗਏ ਆ, ਮੈਂ ਉਹਦੇ 'ਤੇ ਲੰਮਾ ਚੌੜਾ ਨਹੀਂ ਗੱਲ ਕਰਦਾ, ਪਰ ਜੋ ਪੰਡਿਤ ਕਿਸ਼ੋਰੀ ਲਾਲ ਹੋਣਾ ਨੇ ਜੋ ਪੂਰਨੇ ਪਾਏ ਆ, ਜੇ ਕਿਤੇ ਬੰਬ ਬਣਾਉਣਾ ਕਹਿਣਾ ਮੈਂ ਬਣਾਉਣਾ। ਵੇਖੋ ਕਿੰਨੀ ਉਹਨਾਂ ਦੀ ਇੱਕ ਦਿਮਾਗੀ ਤੌਰ 'ਤੇ ਤਵੱਜਨ ਸੀ। ਜਦੋਂ ਦਿੱਲੀ ਦੇ ਵਿੱਚ, ਦਿੱਲੀ ਇਸ ਤਰ੍ਹਾਂ ਦੀ ਨਹੀਂ ਸੀ ਉਹਨਾਂ ਦੇ ਵੇਲੇ, ਦਿੱਲੀ ਦੇ ਬਾਹਰ ਜੰਗਲੀ ਜੰਗਲ ਸੀ, ਥੋੜ੍ਹੀਆਂ ਇਮਾਰਤਾਂ ਸਨ, ਇੱਥੇ ਅਸੈਂਬਲੀ ਹਾਲ ਸੀ। ਜਦੋਂ ਬੰਬ ਸੁੱਟਣ ਦੀ ਗੱਲ ਆਈ, ਇਹ ਕਹਿੰਦਾ ਮੈਂ ਸੁੱਟਣਾ ਯਾਰ, ਕਹਿੰਦੇ ਨਹੀਂ ਇਹ ਚੰਗੇ ਬੰਦੇ ਦਾ ਚਾਹੀਦਾ। ਫਿਰ ਸ਼ਹੀਦ ਭਗਤ ਸਿੰਘ ਕਹਿੰਦਾ ਮੈਂ ਸੁੱਟਣਾ, ਉਹ ਕਹਿੰਦੇ ਤੂੰ ਹੀਰਾ ਵਾਂ, ਤੈਨੂੰ ਅਸੀਂ ਰੱਖਣਾ ਅਜੇ, ਕਹਿੰਦਾ ਨਹੀਂ ਜੀ। ਚਲੋ ਜ਼ੋਰ ਦੇ ਨਾਲ ਇਹ ਛੋਟਾ ਸੀ, ਇਹਦੀ ਵਾਰੀ ਨਹੀਂ ਆਈ, ਭਾਵ ਹਰ ਕੰਮ ਚੱਕਿਆ। ਜੇ ਕਿਤੇ ਤੁਸੀਂ ਵੇਖੋ ਆਹ ਜਿਹੜੀ ਗਦਰੀ ਲਹਿਰ ਚੱਲੀ 1913 ਦੇ ਵਿੱਚ, ਉਹ ਕਿਤੇ ਪੜ੍ਹ ਕੇ ਤਾਂ ਵੇਖੋ ਯਾਰ, ਗਦਰ ਦੀ ਲਹਿਰ ਦਾ, ਉਹਦੇ ਵਿੱਚ ਸਾਡੇ ਪਿੰਡਾਂ ਦੇ ਲਾਗੇ ਹੀ ਹੈ ਸੌਣ ਸੌਂ ਪੱਕਣਾ, ਅਸੀਂ ਉਹਦੇ ਪਿੰਡ ਜਾਂਦੇ ਹਾਂ, ਟੁੱਟਾ ਘਰ ਆ। ਜਦੋਂ ਆਇਆ ਘਰ 'ਚ, 24 ਸਾਲਾਂ ਦੀ ਕੈਦ ਕੱਟ ਕੇ, ਤਾਂ ਉਹਦੀ ਘਰਵਾਲੀ ਆਉਂਦੀ ਹੈ, ਬੁੱਢਾ ਮੇਰੇ ਘਰ ਕਿਹੜਾ ਆ ਗਿਆ। ਇੱਕ ਔਰਤ ਆਪਣੇ ਪਤੀ ਨੂੰ ਨਹੀਂ ਪਛਾਣ ਰਹੀ। ਉਹਨਾਂ ਨੇ ਜਦੋਂ ਗਦਰ ਪਾਰਟੀ ਬਣਾਈ, ਇਸ਼ਤਿਹਾਰ ਕੱਢਿਆ, ਇਸ਼ਤਿਹਾਰ 'ਤੇ ਕੀ ਲਿਖਿਆ, ਸਾਨੂੰ 30,000 ਬਹਾਦਰ ਨੌਜਵਾਨਾਂ ਦੀ ਲੋੜ ਆ, 30,000 ਬਹਾਦਰ ਨੌਜਵਾਨਾਂ ਦੀ। ਥੱਲੇ ਲਿਖਤਾ ਉਹਨਾਂ ਦੀ ਜਿਹੜੀ ਤਨਖਾਹ ਹੋਊਗੀ, ਬੀਬੀ ਉਹ ਕਿਤੇ ਡੋਲ ਨਾ ਜਾਇਓ, ਤਨਖਾਹ ਮੌਤ ਹੋਵੇਗੀ, ਮੌਤ ਮੌਤ ਮੌਤ, ਸ਼ਹਾਦਤ ਹੋਵੇਗੀ। ਥੱਲੇ ਲਿਖਿਆ ਪੱਤੇ ਉਹਦੇ ਕੀ ਹੋਣਗੇ, ਸ਼ਹੀਦਾਂ ਦੇ ਦਿਨ ਮਨਾਇਆ ਕਰਾਂਗੇ। ਯਾਨੀ ਅੱਜ ਤੁਸੀਂ ਕਿਤੇ ਜਲਸੇ ਮੁਜ਼ਾਹਰੇ 'ਤੇ ਵੀ ਜਾਣਾ ਹੋਵੇ ਤਾਂ ਅਸੀਂ ਕਹਿ ਦਿੰਦੇ ਨੇ ਜੀ ਫਲਾਣੀ ਗੱਲ ਆ, ਜੀ ਫਲਾਣੀ ਗੱਲ ਆ। ਸੋ ਅਖੀਰ 'ਚ ਮੈਂ, ਮੇਰੇ ਖਿਆਲ ਜਿੰਨਾ ਕੁ ਮੈਨੂੰ ਟਾਈਮ ਅਲੋਟ ਕੀਤਾ ਸੀ, ਮੈਂ ਇਹੋ ਬੇਨਤੀ ਕਰੂੰਗਾ ਵੀ ਜਿੱਥੇ ਸਾਡਾ ਹਿੰਦੁਸਤਾਨ ਚਲੇ ਗਿਆ, ਮੈਂ ਜ਼ਿਆਦਾ ਸਿਆਸਤ 'ਚ ਨਾ ਪੈਂਦਾ ਹੋਇਆ, ਅੱਜ ਧਰਮ ਨਿਰਪੱਖਤਾ ਨੂੰ ਬਹੁਤ ਵੱਡਾ ਖਤਰਾ ਬਣ ਗਿਆ। ਅੱਜ ਜਮਹੂਰੀਅਤ ਜਿਹੜੀ ਆ ਉਹ ਪੈਰਾਂ ਥੱਲੇ ਨਿਚੋੜੀ ਜਾ ਰਹੀ ਹੈ। ਅੱਜ ਜਿਹੜਾ ਸੰਗੀ ਢਾਂਚਾ ਵਾ, ਅਸੀਂ ਵੱਖ ਵੱਖ ਕਿਸਮ ਦੇ ਲੋਕ ਹਾਂ, ਕੋਈ ਬੋਲੀ ਬੋਈ ਬੋਲਦਾ, ਬੋਲੀ ਦੀ ਇੱਥੇ ਗੱਲ ਹੋਈ ਸੀ ਸਟੇਜ ਤੋਂ, ਗੀਤ ਵੀ ਗਾਇਆ ਗਿਆ, ਬੋਲੀ ਮਾਂ ਬੋਲੀ ਨਹੀਂ ਰਹਿਣੀ ਸਾਡੇ ਦੇਸ਼ 'ਚ। ਇੱਥੇ ਤਾਂ ਜੋ ਸਲੋਗਨ ਵੱਜਣ ਡਏ ਆ, ਇੱਕ ਬੋਲੀ ਇੱਕ ਦੇਸ਼, ਇੱਕ ਚੋਣ ਇੱਕ ਦੇਸ਼, ਬਹੁਤ ਹਾਲਾਤ ਜਾ ਰਹੇ ਖਰਾਬ ਹੋ ਰਹੇ। ਜੇ ਕਿਤੇ ਆਪਾਂ ਨਾ ਇਹਨਾਂ ਸ਼ਹੀਦਾਂ ਮਰੀਦਾਂ ਦੀਆਂ ਜਿਹੜੇ ਪੂਰਨੇ ਪਾਏ ਆ ਉਹਨਾਂ ਦੇ ਨਾਂ ਹੀ ਨਾ ਲਈਏ, ਸੱਚੀ ਮੁੱਚੀ ਕੰਮ ਕਰੀਏ ਯਾਰ। ਕੋਈ ਵਕਤ ਸੀ ਹਰ ਘਰ 'ਚੋਂ ਕਹਿੰਦੇ ਹੁੰਦੇ ਸੀ ਅਸੀਂ ਇੱਕ ਸਿੱਖ ਬਣਾਉਣਾ ਯਾਰ। ਅੱਜ ਵੀ ਮੈਂ ਕਹੂੰਗਾ ਬੇਨਤੀ, ਇਸ ਇਲਾਕੇ 'ਚੋਂ ਦੇ ਹਰ ਘਰ ਵਿੱਚ ਇੱਕ ਪੰਡਿਤ ਕਿਸ਼ੋਰੀ ਲਾਲ ਬਣਾ ਲਈਏ, ਆਇਦ ਕਰੋ ਹਰ ਘਰ 'ਚ ਇੱਕ ਪੰਡਿਤ ਕਿਸ਼ੋਰੀ ਲਾਲ ਹੋਵੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਇਲਾਕਾ ਹੁਸ਼ਿਆਰਪੁਰ 'ਚ ਮੈਂ ਫਲਾਉਣ ਹੀ ਨਹੀਂ ਦੇਣ ਲੱਗਾ,
ਮੈਂ ਅੱਜ ਵੇਖਣ ਡਿਆ ਸਾਂ ਲਿਸਟ ਆ ਬਾਈ ਆ ਫਲਾਣਾ ਧੂਤ ਸਾਹਿਬ ਹਰੀ ਸਿੰਘ ਫਲਾਣਾ ਤੁਹਾਡੇ ਤਾਂ ਯਾਰ ਨਾਂ ਹੀ ਨਹੀਂ ਲੈ ਜਾਂਦੇ ਇੰਨੇ ਲੋਕ ਇਸ ਇਲਾਕੇ ਦੇ ਗਦਰੀ ਯੋਧੇ ਇੱਕ 'ਚ ਗੋਲੀਆਂ ਖਾਧੀਆਂ ਅੱਤਵਾਦ ਦੇ ਵਿੱਚ ਵੀ ਧੂਤ ਹੋਣਾ ਨੇ ਬਹੁਤ ਆਉਣ ਵਾਲੇ ਸਮੇਂ 'ਚ ਮੈਂ ਕਹਿੰਦਾ ਹੁਸ਼ਿਆਰਪੁਰ ਵਾਲੇ ਉਹ ਲੋਕਾਂ ਦੀ ਬਾਂਹ ਫੜੋ ਉਹ ਹੁਸ਼ਿਆਰਪੁਰ ਵਾਲੇ ਉਹ ਲੋਕਾਂ ਦੀ ਬਾਂਹ ਫੜੋ ਪੜ੍ਹੇ ਲਿਖੇ ਵੀ ਤੁਸੀਂ ਸਭ ਤੋਂ ਵੱਧ ਸਿਆਣੇ ਵੀ ਵੱਧ ਕੁਰਬਾਨੀ ਦਾ ਮਾਦਾ ਵੀ ਤੁਹਾਡੇ 'ਚ ਵੱਧ ਆ ਸਮਝਦਾਰ ਵੀ ਤੁਸੀਂ ਵੱਧ ਜੇ ਇਹੋ ਜਿਹੇ ਦਿਨ ਕੌਣ ਮਨਾਉਂਦਾ ਜਾ ਸਿਰਫ ਇੱਕ ਫਾਜ਼ਿਲਕਾ ਲੋਕ ਮਨਾਉਂਦੇ ਆ ਉੱਥੇ ਵੀ ਦੇਸ਼ ਭਗਤਾਂ ਦਾ ਦਿਨ ਮਨਾਉਂਦੇ ਆ ਉੱਥੇ ਵੀ ਅਸੀਂ ਕਈ ਵਾਰਾਂ ਜਾਂਦੇ ਹਾਂ ਜਾਂ ਤੁਸੀਂ ਮਨਾਉਂਦੇ ਜੋ ਮੈਂ ਤਾਂ ਪਹਿਲੀ ਵਾਰ ਆਇਆ ਅੱਗੇ ਬਹੁਤ ਦੇਰ ਹੋਈ ਆ ਉਦੋਂ ਦਿਨੇ ਪ੍ਰੋਗਰਾਮ ਹੋਇਆ ਸੀ ਉਦੋਂ ਅਸੀਂ ਆਏ ਸਾਂ ਸੋ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਆ ਫਿਰ ਮੈਂ ਕਹੂੰ ਦੀਪਕ ਠਾਕਰ ਕਿਤੇ ਤੁਹਾਡੀਆਂ ਲੰਮੀਆਂ ਉਮਰਾਂ ਹੋਣ ਅਸੀਂ ਵੀ ਵੇਖੀਏ ਆਉਣ ਵਾਲੇ ਸਮੇਂ ਦੇ ਵਿੱਚ ਸਾਇੰਸ ਨੂੰ ਵੀ ਆਪਾਂ ਨਮਸਕਾਰ ਕਰੀਏ ਮੈਂ ਤਾਂ ਕਹਿੰਦਾ ਨਾ ਜੇ ਕਿਤੇ ਲੋਕ ਇਕੱਠੇ ਹੋ ਜਾਣ ਸਰਕਾਰ ਤਾਂ ਆਪਣੇ ਬਣਾ ਲਾਂਗੇ ਅਸੀਂ ਬੰਦਾ ਮਰਨ ਕੋਈ ਨਹੀਂ ਦੇਣਾ ਸੱਚੀ ਮੁੱਚੀ ਮੇਰੀ ਗੱਲ ਨੂੰ ਮੰਨ ਲਿਓ ਅੱਜ ਜੇ ਕਿਤੇ ਸਾਇੰਸ ਨੂੰ ਮੰਨ ਲਈਏ ਅਸੀਂ ਸਾਇੰਸ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਨੇ ਉਸ ਗੱਲ ਨੂੰ ਪੱਲੇ ਬੱਧਾ ਵਾ ਵੀ ਮੈਂ ਬੰਦੇ ਨੂੰ ਮਾਰਨਾ ਹੀ ਮਾਰਨਾ ਅੱਜ ਕਿੰਨਾ ਬਰੂਦ ਬਣ ਗਿਆ ਵਾ 4 ਟਨ ਇੱਕ ਆਦਮੀ ਨੂੰ ਬਰੂਦ ਆਉਂਦਾ ਸਾਰੇ ਸੰਸਾਰ ਦੇ ਵਿੱਚ 770 ਕਰੋੜ ਦੀ ਆਬਾਦੀ ਆ ਬੰਦੇ ਨੂੰ ਜਿਉਣ ਲਈ ਨਹੀਂ ਲੱਗ ਰਿਹਾ ਕੁਛ ਵੀ ਉਹਨੂੰ ਮਾਰਨ ਵਾਸਤੇ ਬਰੂਦ ਇਕੱਠਾ ਹੋ ਰਿਹਾ ਜੇ ਕਿਤੇ ਅੱਜ DNA ਵਿਧੀ ਨੂੰ ਮੈਂ ਕਹਿੰਦਾ ਡਾਕਟਰਾਂ ਨੂੰ ਚੈਲੰਜ ਕਰਦਾ ਉਹ ਥੋੜ੍ਹਾ ਜਿਹਾ ਅੱਗੇ ਆ ਉਹ ਅੱਧਾ ਕਿਤੇ ਲੋਕਾਂ ਨੇ ਚਲਾ ਲਿਆ ਕਿ ਜੇ DNA ਨੂੰ ਸਾਂਭ ਲਈਏ ਉਹਦੇ ਨਾਲ ਇੱਕ ਮਿਕਸਚਰ ਬਣਾਈਏ ਉਹਦਾ ਟੀਕਾ ਲਾ ਦਈਏ ਅਤੇ ਬਜ਼ੁਰਗ 35 ਸਾਲ ਦਾ ਬਣ ਜਾਏਗਾ ਮੇਰੀ ਗੱਲ ਨੂੰ ਸੁੱਟਿਓ ਨਾ ਤੁਸੀਂ ਸੋ ਇਸ ਕਰਕੇ ਫਿਰ ਮੈਂ ਮੋੜ ਘੋੜ ਕੇ ਪੰਡਿਤ ਕਿਸ਼ੋਰੀ ਲਾਲ ਹੋਣਾ ਦੇ ਜਿਹੜੇ ਪੂਰਨੇ ਪਾਏ ਆ ਐਵੇਂ ਗੱਲਾਂ ਬਾਤਾਂ ਨਾ ਨਹੀਂ ਮੈਂ ਤਿਆਰ ਕਰਦਾ ਯਾਰ ਮੜੀਆਂ ਤੱਕ ਜਾਂਦਿਆਂ ਵੇਖਣਾ ਤਾਂ ਨਹੀਂ ਸਾਨੂੰ ਕਿਹੜਾ ਚੁੱਕਣ ਲਿਆ ਪਰ ਅਸੀਂ ਪੰਡਿਤ ਕਿਸ਼ੋਰੀ ਲਾਲ ਦੀਆਂ ਜਿਹੜੀਆਂ ਪੈੜਾਂ ਪਾਈਆਂ ਹੋਰ ਯੋਧਿਆਂ ਨੇ ਪੈੜਾਂ ਪਾਈਆਂ ਅਖੀਰਲੇ ਸਵਾਸਾਂ ਤੱਕ ਉਹਨਾਂ ਦੀ ਜ਼ਿੰਦਗੀ ਤੋਂ ਅਸੀਂ ਸਬਕ ਲੈਂਦਿਆਂ ਹੋਇਆਂ ਆਉਣ ਵਾਲੇ ਸਮੇਂ 'ਚ ਉਹਨਾਂ ਦੀਆਂ ਜਿਹੜੇ ਪੂਰਨੇ ਉਹਨਾਂ ਨੂੰ ਸੱਚਾਈ ਕਰਾਂਗੇ ਉਹਨਾਂ ਦੀ ਸੋਚ ਆ ਉਹਦੇ 'ਤੇ ਪਹਿਰਾ ਦੇਵਾਂਗੇ ਇਹਦੇ ਨਾਲ ਹੀ ਮੈਂ ਤੁਹਾਡੇ ਕੋਲ ਆਗਿਆ ਲੈਂਦਾ ਅਤੇ ਆਸ ਫੇਰ ਕਰਦਾ ਕਿ ਉਹਨਾਂ ਦੇ ਪੂਰਨਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰੀਏ ਬਹੁਤ ਬਹੁਤ ਧੰਨਵਾਦ ਇਹ ਸਨ ਡਾਕਟਰ ਸਤਨਾਮ ਸਿੰਘ ਅਜਨਾਲਾ ਜੀ ਇਹ ਬਹੁਤ ਹੀ ਬਹੁਪੱਖੀ ਸ਼ਖਸੀਅਤ ਹੈ ਜਿੱਥੇ ਖੇਤੀਬਾੜੀ ਦੇ ਉੱਘੇ ਸਾਇੰਸਦਾਨ ਨੇ ਕਈ ਖੋਜਾਂ ਕਰਕੇ ਇਹਨਾਂ ਨੇ ਸਾਡੇ ਪੰਜਾਬ ਦੀ ਧਰਤ ਨੂੰ ਜਰਖੇਜ਼ ਕੀਤਾ ਧੰਨਵਾਦ ਹੈ ਇਹਨਾਂ ਦਾ ਕਿ ਅੱਜ ਸਾਡੀ ਨਿੱਕੇ ਜਿਹੇ ਸੱਦੇ 'ਤੇ ਸਾਡੇ ਕੋਲ ਚੱਲ ਕੇ ਆਏ ਆ ਕੋਟਨਕੋਟ ਧੰਨਵਾਦ ਹੁਣ ਬਹੁਤਾ ਸਮਾਂ ਤੁਹਾਡੇ ਵਿੱਚ ਨਾ ਰਹਿੰਦਾ ਹੋਇਆ ਬੇਨਤੀ ਕਰਾਂਗਾ ਕਿ ਅਗਲਾ ਨਾਟਕ ਆ ਰਿਹਾ ਹੈ ਛਿਪਣ ਤੋਂ ਪਹਿਲਾਂ ਪਰ ਨਾਲ ਹੀ ਦੱਸ ਦੇਵਾਂ ਕਿ ਨਾਟਕ ਤੋਂ ਬਾਅਦ ਇੱਕ ਕੋਰੀਓਗ੍ਰਾਫੀ ਹੈ ਸਾਰਿਆਂ ਨੇ ਉਹ ਜ਼ਰੂਰ ਦੇਖਣੀ ਹੈ ਕਿਉਂਕਿ ਉਹ ਕੋਰੀਓਗ੍ਰਾਫੀ ਵੀ ਜਿਹੜੀ ਹੈ ਬਾਬੁਲ ਦਾ ਵਿਹੜਾ ਜਿਹੜਾ ਉਹ ਦੇਖਣ ਵਾਲੀ ਹੋਣੀ ਹੈ ਸੋ ਇਹਦੇ ਨਾਲ ਹੀ ਬਿਲਕੁਲ ਹੁਣ ਨਾਟਕ ਦੂਸਰੀ ਜਿਹੜੀ ਹੈ ਨਾਲ ਹੀ ਹੁਣ ਚਾਹ ਦਾ ਚੁੱਪ ਚੁਪੀਤੇ ਸਾਰਿਆਂ ਨੇ ਆਨੰਦ ਵੀ
ਚੁਸਕੀਆਂ ਦੇ ਨਾਲ ਮਾਰਨਾ। ਡੱਬੇ ਰੱਖੇ ਹੋਏ ਹੈ ਬਿਲਕੁਲ ਤੁਹਾਡੇ ਖੱਬੇ ਔਰ ਸੱਜੇ ਪਾਸੇ, ਗਲਾਸ ਉਹਦੇ ਵਿੱਚ ਪਾਣੇ ਹੈ, ਕਿਉਂਕਿ ਜਦੋਂ ਅਸੀਂ ਮੇਲਾ ਕਰਕੇ ਚੱਲ ਜਾਂਦੇ ਹਾਂ ਤਾਂ ਪਿੱਛੋਂ ਬਹੁਤ ਖਲਾਰਾ ਹੁੰਦਾ, ਡੱਬੇ 'ਚ ਹੋਏਗਾ, ਸਾਡੇ ਜਿਹੜੇ ਵਲੰਟੀਅਰ ਸਾਥੀ ਨੇ ਉਹ ਆਪ ਹੀ ਚੱਕ ਕੇ ਇਹਨੂੰ ਕੂੜੇਦਾਨ 'ਚ ਪਾ ਦੇਣਗੇ। ਸੋ ਬੇਨਤੀ ਹੈ, ਚਾਹ ਦਾ ਕੱਪ ਜਿੱਦੇ ਚਾਹ ਪੀ ਕੇ ਜਿਹੜਾ ਡੱਬਾ ਹੈ, ਕੋਸ਼ਿਸ਼ ਕਰੋ ਸਾਰੇ ਹੀ ਵੀ ਡੱਬੇ ਵਿੱਚ ਪੈਣ। ਨਾਲ ਹੀ ਜਿਹੜੀ ਮਾਈਕ ਸਹਾਇਤਾ ਹੈ ਕਾਫੀ ਤੁਹਾਡੇ ਵੱਲੋਂ ਖੁੱਲ੍ਹਦਿਲੀ ਨਾਲ ਆ ਰਹੀ ਹੈ, ਬੇਨਤੀ ਹੈ ਇਸ ਤਰ੍ਹਾਂ ਹੀ ਜਾਰੀ ਰੱਖਦੇ ਵੱਧ ਤੋਂ ਵੱਧ ਜਿਹੜੀ ਸਹਾਇਤਾ ਹੈ ਉਹ ਕੀਤੀ ਜਾਵੇ। ਉੱਤਮ ਸਿੰਘ ਜੀ ਪੈਨਸ਼ਨਰ ਆਗੂ ਸਾਡੇ ਬੈਠੇ ਨੇ, ਇਸੇ ਡਿਊਟੀ ਸੇਵਾ ਨਿਭਾ ਰਹੇ ਨੇ। ਹੁਣ ਤੁਹਾਡੇ ਸਾਹਮਣੇ ਨਾਟਕ ਛਿਪਣ ਤੋਂ ਪਹਿਲਾਂ ਪਿਆਰੇ ਦਰਸ਼ਕੋ, ਨਾਟਕ ਤੁਹਾਡੇ ਸਾਹਮਣੇ ਪੇਸ਼ ਹੈ, ਬਹੁਤ ਹੀ ਸੰਜੀਦਾ ਕਿਸਮ ਦਾ ਨਾਟਕ, ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦੀ ਉਸ ਸਮੇਂ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ। ਜਦੋਂ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ ਗਿਆ ਅਤੇ ਉਹ ਮੈਂ ਤੁਹਾਡੇ ਜਜ਼ਬਾਤ ਦੀ ਕਦਰ ਕਰਦਾ ਭਗਤ ਸਿੰਘ, ਪਰ ਫਿਰ ਵੀ ਮੈਂ ਤੁਹਾਨੂੰ ਅਪੀਲ ਕਰਨ ਦੀ ਸਲਾਹ ਦਿਆਂਗਾ। ਤੁਸੀਂ ਨਹੀਂ ਜਾਣਦੇ ਖਾਨ ਸਾਹਿਬ ਤੁਸੀਂ ਸਾਨੂੰ ਕੀ ਕਰਨ ਦੀ ਸਲਾਹ ਦੇ ਰਹੇ ਹੋ। ਅਸੀਂ ਫਾਂਸੀ ਦੀ ਸਜ਼ਾ ਤੋਂ ਬਚਣ ਦੇ ਲਈ ਅਦਾਲਤ ਦੇ ਰਾਹ ਵਿੱਚ ਰੁਕਾਵਟਾਂ ਨਹੀਂ ਸੀ ਪਾ ਰਹੇ, ਸਗੋਂ ਆਪਣੇ ਹੀ ਢੰਗ ਨਾਲ ਕੌਮੀ ਜਾਗਰਤੀ ਦਾ ਪ੍ਰਚਾਰ ਕਰ ਰਹੇ ਸੀ ਤੇ ਅੰਗਰੇਜ਼ੀ ਕਾਨੂੰਨ ਦਾ ਮਖੌਲ ਉਡਾ ਰਹੇ ਸੀ। ਨਹੀਂ, ਮੇਰਾ ਮਤਲਬ ਇਹ ਨਹੀਂ ਸੀ ਭਗਤ ਸਿੰਘ। ਮੈਂ ਤੁਹਾਡਾ ਮਤਲਬ ਚੰਗੀ ਤਰ੍ਹਾਂ ਸਮਝਦਾ ਖਾਨ ਸਾਹਿਬ, ਤੁਸੀਂ ਸਾਨੂੰ ਦੁਸ਼ਮਣ ਕੋਲੋਂ ਭੀਖ ਮੰਗਣ ਦੀ ਸਲਾਹ ਨਾ ਦਿਓ। ਅਸੀਂ ਤਾਂ ਆਪਣੇ ਪਿਆਰੇ ਵਤਨ ਦੀ ਆਜ਼ਾਦੀ ਦੇ ਪਰਵਾਨੇ ਹਾਂ, ਜੇ ਅੱਜ ਕਮਜ਼ੋਰੀ ਵਿਖਾ ਗਏ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। ਜੇ ਅੱਜ ਦੇਸ਼ ਦਾ ਕੁਝ ਸਵਾਰ ਸਕਦੀ ਆ ਤਾਂ ਉਹ ਸਾਡੀ ਮੌਤ ਆ। ਭਗਤ ਸਿੰਘ, ਮੈਂ ਤੁਹਾਨੂੰ ਨਹੀਂ ਸਮਝਾ ਸਕਦਾ ਤੇ ਜੇਲ੍ਹ ਦਾ ਜੇਲਰ ਹੋਣ ਦੇ ਨਾਤੇ ਮੈਂ ਜੋ ਕੁਝ ਵੀ ਤੁਹਾਨੂੰ ਕਹਿ ਰਿਹਾ ਉਹ ਕਾਨੂੰਨ ਦੀਆਂ ਨਜ਼ਰਾਂ ਸੰਗੀਨ ਜ਼ੁਰਮ ਹੈ। ਮੈਂ ਤਾਂ ਸੋਚ ਕੇ ਕੰਬ ਜਾਣਾ ਕਿ ਜਿਸ ਜੇਲ੍ਹ ਦੇ ਫਾਂਸੀ ਦੇ ਤਖ਼ਤੇ 'ਤੇ ਤੁਸੀਂ ਹੋਵੋ ਉਹ ਜੇਲ੍ਹ ਦਾ ਜੇਲਰ ਮੈਂ। ਨਹੀਂ ਨਹੀਂ ਬਰਖੁਰਦਾਰ, ਜਰਾ ਠੰਡੇ ਦਿਮਾਗ ਨਾਲ ਸੋਚੋ। ਸ਼ੁਕਰੀਆ ਖਾਨ ਸਾਹਿਬ, ਤੁਸੀਂ ਬਸ ਇੰਨਾ ਕਰ ਦਿਓ ਜਿਹੜੀਆਂ ਮੇਰੀਆਂ ਬੈਰਕ ਵਿੱਚ ਕਿਤਾਬਾਂ ਰਹਿ ਗਈਆਂ ਉਹਨਾਂ ਨੂੰ ਮੇਰੇ ਤੱਕ ਪਹੁੰਚਾ ਦਿਓ, ਮੈਂ ਤੁਹਾਡਾ ਧੰਨਵਾਦੀ ਹੋਵਾਂਗਾ। ਮੈਂ ਕੋਸ਼ਿਸ਼ ਕਰਾਂਗਾ, ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ। ਅਸਾ ਰਹਿਮਾਨਾ ਜ਼ੁਲਮ ਤੋਂ ਮੰਗਣਾ,
ਰਹਿਮਨਾ ਜ਼ੁਲਮ ਤੋਂ ਮੰਗਣਾ ਬੰਦ ਬੰਦ ਕੱਟ ਜਾਵਣਾ ਅਸਾਂ ਰਹਿਮਨਾ ਬੰਦ ਬੰਦ ਕੱਟ ਜਾਵਣਾ ਅਸਾਂ ਰਹਿਮਨਾ ਰਹਿਮਨਾ ਜ਼ੁਲਮ ਤੋਂ ਮੰਗਣਾ ਅਸਾਂ ਰਹਿਮਨਾ ਜ਼ੁਲਮ ਤੋਂ ਮੰਗਣਾ ਬੰਦ ਬੰਦ ਕੱਟ ਜਾਵਣਾ ਅਸਾਂ ਰਹਿਮਨਾ ਬੰਦ ਬੰਦ ਕੱਟ ਜਾਵਣਾ ਅਸਾਂ ਰਹਿਮਨਾ ਮੈਂ ਕਿਹਾ ਸਰਦਾਰ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਹਾ ਸਰਦਾਰਾ ਸਫਾਈ ਕਰਨੀ ਆ ਇਸ ਤਰ੍ਹਾਂ ਮਜ਼ਦੂਰ ਜਮਾਤ ਸਰਮਾਈ ਦਰ ਤੇ ਵਾਰ ਕਰੂਗੀ ਤੇ ਉਸਦਾ ਮਰੀਆ ਮਿਹਨਤ ਕਰਕੇ ਰੱਖ ਦੇਵੇਗੀ ਮੈਂ ਕੀ ਕਸੂਰ ਕੀਤਾ ਸਰਦਾਰਾ ਓਏ ਤੂੰ ਕੰਬ ਕਿਉਂ ਰਿਹਾ ਏ ਤੂੰ ਮਲੀਆ ਮੇਟ ਕਰਨ ਦੀਆਂ ਧਮਕੀਆਂ ਜੋ ਦੇ ਰਿਹਾ ਧਮਕੀਆਂ ਸਫਾਈ ਕਰਨਾ ਆ ਹਾਂ ਬਹਿ ਜਾ ਦੇਖੀ ਸਰਦਾਰਾ ਮੈਂ ਤਾਂ ਮੈਂ ਜਾਣਾ ਹੋਰ ਨਾ ਕਿਤੇ ਮੇਰਾ ਕੰਗਾ ਜਿਹਾ ਕਰ ਦਵੀ ਉਹ ਆਰਾਮ ਨਾਲ ਬੈਠ ਆਰਾਮ ਨਾਲ ਹੀ ਬੈਠੂ ਸਰਦਾਰਾ ਬਸ ਮੇਰੇ ਤੇ ਮਿਹਰ ਦਾ ਹੱਥ ਰੱਖੀ ਤੂੰ ਤੇਰਾ ਨਾਂ ਕੀ ਹੈ ਮੈਂ ਤੇਰੇ ਤੋਂ ਬਹੁਤ ਡਰਦਾ ਸਰਦਾਰਾ ਨਾਂ ਨੂੰ ਨਾ ਪੁੱਛ ਮੇਰੇ ਤੋਂ ਉਹ ਕਿਹੜੀ ਗੱਲੋਂ ਡਰਦਾ ਮੇਰੇ ਤੋਂ ਤੇਰੇ ਤੋਂ ਤਾਂ ਤੂੰ ਤੇਰੇ ਤੋਂ ਤਾਂ ਸਾਰੇ ਡਰਦੇ ਆ ਸਰਦਾਰਾ ਤੂੰ ਸਾਹਿਬ ਬਹਾਦਰ ਦਾ ਲਿਹਾਜ਼ ਨਹੀਂ ਕੀਤਾ ਠੂ ਗੋਲੀ ਕੱਢ ਮਾਰੀ ਆ ਮੈਂ ਕਿਹੜੇ ਬਾਗ ਦੀ ਮੂਲੀ ਆ ਉਹ ਸਰਦਾਰਾ ਉਹ ਤੂੰ ਹੱਸ ਵੀ ਲੈਣਾ ਕਿਉਂ ਮੈਨੂੰ ਹੱਸਣਾ ਨਹੀਂ ਆਉਂਦਾ ਮੈਂ ਤਾਂ ਸੁਣਿਆ ਸੀ ਤੂੰ ਬਹੁਤ ਖੂਨ ਖਾ ਰਹੇ ਪਰ ਤੇਰੇ ਲਈ ਨਹੀਂ ਚੰਗਾ ਫਿਰ ਮੈਂ ਤਾਂ ਜਾਂਦਾ ਉਹ ਗੱਲ ਸੁਣ ਸਫਾਈ ਨਹੀਂ ਕਰਨੀ ਅੱਛਾ ਚੱਲ ਤਾਂ ਨਾਂ ਤਾਂ ਦੱਸ ਦੇ ਕੀ ਆ ਨਾ ਤਾਂ ਮੇਰਾ ਬੋਗਾ ਹੈ ਸਰਦਾਰਾ ਪਰ ਤੇਰੇ ਫਾਇਦੇ ਦੀ ਇੱਕ ਗੱਲ ਦੱਸਾਂ ਮੇਰੇ ਮੋਢਿਆਂ ਤੋਂ ਆਪਣਾ ਹੱਥ ਚੁੱਕ ਲੈ ਨਹੀਂ ਤਾਂ ਤੂੰ ਪਿੱਟਿਆ ਜਾਵੇਂਗਾ ਪਿੱਟਿਆ ਜਾਵਾਂਗਾ ਉਹ ਕਿਵੇਂ ਅਸੀਂ ਨੀਵੀਂ ਜਾਤੀ ਦੇ ਲੋਕ ਹਾਂ ਸਰਦਾਰਾ ਨੀਵੀਂ ਜਾਤੀ ਦੇ ਲੋਕ ਹਾਂ ਮੈਂ ਸਮਝਿਆ ਨਹੀਂ ਬੋਗਿਆ ਅਸੀਂ ਲੋਕਾਂ ਦਾ ਗੰਦ ਚੁੱਕੇ ਗੁਜ਼ਾਰਾ ਕਰਨ ਵਾਲੇ ਲੋਕ ਹਾਂ ਸਰਦਾਰ ਗੰਦ ਚੁੱਕਣ ਨਾਲ ਕੋਈ ਨੀਵਾਂ ਕਿਵੇਂ ਹੋ ਜਾਂਦਾ ਮਾਂ ਸਾਡਾ ਬਚਪਨ ਵਿੱਚ ਗੰਦ ਚੱਕਦੀ ਆ ਕਿ ਉਹ ਮਾਂ ਨਹੀਂ ਰਹਿੰਦੀ ਨੀਵੀਂ ਹੋ ਜਾਂਦੀ ਆ ਕੀ ਗੱਲ ਚੌਪੀ ਕਰ ਗਿਆ ਹੋਰ ਕੀ ਕਰਾਂ ਤੇਰਾ ਵੀ ਪਤਾ ਨਹੀਂ ਚੱਲਦਾ ਨਾਲੇ ਤਾਂ ਤੂੰ ਘੂਰਦਾ ਏ ਨਾਲੇ ਫਿਰ ਪੁਚਕਾਰ ਦਾ ਵੀ ਹੈ ਯੁਗ ਬੀਤ ਗਏ ਕਿਸੇ ਨਾ ਬੇਰਖਾ ਦੇ ਯੁਗ ਬੀਤ ਗਏ ਕਿਸੇ ਨਾ ਬੇਰਖਾ ਦੇ ਤੂੰ ਕਿਹੜਾ ਰਾਮ ਗਿਆ ਯੁਗ ਬੀਤ ਗਏ ਤੂੰ ਕਿਹੜਾ ਰਾਮ ਆ ਗਿਆ
ਯੁਗ ਬੀਤ ਗਏ ਕਿਸੇ ਨਾ ਬੇਰਖਾ ਦੇ, ਯੁਗ ਬੀਤ ਗਏ ਕਿਸੇ ਨਾ ਬੇਰਖਾ ਦੇ, ਤੂੰ ਕਿਹੜਾ ਰਾਮ ਗਿਆ ਯੁਗ ਬੀਤ ਗਏ, ਤੂੰ ਕਿਹੜਾ ਰਾਮ ਗਿਆ ਯੁਗ ਬੀਤ ਗਏ। ਸਰਦਾਰ ਭਗਤ ਸਿੰਘ ਜੀ, ਤੁਹਾਡੇ ਵਕੀਲ ਪ੍ਰਾਣ ਨਾਥ ਮਹਿਤਾ ਜੀ ਆਏ ਨੇ, ਤੁਸੀਂ ਮਿਲ ਲਵੋ। ਆਓ ਮਹਿਤਾ ਸਾਹਿਬ। ਕੀ ਗੱਲ, ਉਦਾਸ ਹੋ? ਇੰਨੇ ਉਦਾਸ ਕਾਹਤੇ ਹੋ? ਭਗਤ ਸਿੰਘ ਜੀ, ਤੁਹਾਡੀ ਫਾਂਸੀ ਦੀ ਖਬਰ ਸੁਣ ਕੇ ਮੈਂ ਉਦਾਸ ਹੀ ਹੋ ਸਕਦਾ? ਸਾਡੇ ਲਈ ਨਾ ਖੁਸ਼ ਹੋਣ ਵਾਲੀ ਕੋਈ ਗੱਲ ਨਹੀਂ ਮਹਿਤਾ ਸਾਹਿਬ। ਫਾਂਸੀ ਦਾ ਸਾਡੇ ਕੰਮ ਦਾ ਕੁਦਰਤੀ ਨਤੀਜਾ, ਅਸੀਂ ਤਾਂ ਇਸ ਲਈ ਪਹਿਲਾਂ ਹੀ ਤਿਆਰ ਸਾਂ। ਹੋਰ ਸੁਣਾਓ, ਡਿਫੈਂਸ ਕੌਂਸਲ ਵੱਲੋਂ ਕੀ ਖਾਸ ਸੁਨੇਹਾ ਲੈ ਕੇ ਆਏ ਹੋ? ਡਿਫੈਂਸ ਕੌਂਸਲ ਵੱਲੋਂ ਮੈਂ ਇੱਕ ਖਾਸ ਮਿਸ਼ਨ ਤੇ ਆਇਆ। ਇਸ ਤੋਂ ਪਹਿਲਾਂ ਤੁਸੀਂ ਆਪਣੀ ਗੱਲ ਕਹੋ ਮਹਿਤਾ ਸਾਹਿਬ। ਸਾਡੇ ਵੱਲੋਂ ਡਿਫੈਂਸ ਕੌਂਸਲ ਦਾ ਵਿਸ਼ੇਸ਼ ਧੰਨਵਾਦ ਕਰਨਾ। ਸਾਡੇ ਵੱਲੋਂ ਡਾਕਟਰ ਕਿਚਲੂ, ਗੋਪੀ ਚੰਦ ਭਾਰਗਵ, ਸਰਦੂਲ ਸਿੰਘ ਕਮਿਸ਼ਨਰ, ਸਤਿਆਪਾਲ ਸਮੇਤ ਸਾਰੇ ਸਾਥੀਆਂ ਦਾ ਧੰਨਵਾਦ ਕਰਨਾ, ਜਿਨ੍ਹਾਂ ਨੇ ਇਸ ਮੁਕੱਦਮੇ ਦੀ ਡਟ ਕੇ ਪੈਰਵਾਈ ਨਹੀਂ ਸਗੋਂ ਦੂਰ ਦੁਰਾਡੇ ਤੋਂ ਆਉਣ ਵਾਲੇ ਮੁਲਾਕਾਤੀਆਂ ਲਈ ਖਾਣ ਪੀਣ ਤੇ ਰਹਿਸ਼ ਦਾ ਪ੍ਰਬੰਧ ਵੀ ਕੀਤਾ। ਹੁਣ ਸੁਣਾਓ, ਕੀ ਖਾਸ ਸੁਨੇਹਾ ਲੈ ਕੇ ਆਏ? ਡਿਫੈਂਸ ਕੌਂਸਲ ਨੇ ਫੈਸਲਾ ਕੀਤਾ ਕਿ ਰਹਿਮ ਦੀ ਅਪੀਲ ਕੀਤੀ ਜਾਵੇ। ਤੁਸੀਂ ਮੇਰੀ ਗੱਲ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲੈ ਰਹੇ? ਤੁਹਾਡਾ ਇਹ ਰੂਪ ਦੇਖ ਕੇ ਮੈਨੂੰ ਡਰ ਲੱਗਦਾ। ਤੁਸੀਂ ਆਪਣੀ ਗੱਲ ਕਹੋ ਮਹਿਤਾ ਸਾਹਿਬ। ਤੁਸੀਂ ਇਹ ਤਾਂ ਮੰਨਦੇ ਹੋ ਨਾ ਕਿ ਦੇਸ਼ ਦੀ ਆਜ਼ਾਦੀ ਹੁਣ ਬਹੁਤੀ ਦੂਰ ਨਹੀਂ? ਜ਼ਰੂਰ, ਇਹੀ ਵਿਸ਼ਵਾਸ ਤਾਂ ਸਾਡੀ ਪ੍ਰੇਰਨਾ ਸ਼ਕਤੀ ਬਣਿਆ ਹੋਇਆ। ਤਾਂ ਫਿਰ ਆਜ਼ਾਦ ਭਾਰਤ ਨੂੰ ਤੁਹਾਡੀ ਲੋੜ ਹੈ। ਨਵੇਂ ਭਾਰਤ ਦਾ ਨਿਰਮਾਣ ਤੁਹਾਡੇ ਤੋਂ ਬਿਹਤਰ ਭਲਾ ਹੋਰ ਕੌਣ ਕਰੇਗਾ? ਕੀ ਸ਼ੇਖ ਚਿੱਲੀਆਂ ਵਾਲੀਆਂ ਗੱਲਾਂ ਕਰਦੇ ਹੋ ਮਹਿਤਾ ਸਾਹਿਬ? ਅਸੀਂ ਤਾਂ ਭਾਰਤ ਦੀ ਆਜ਼ਾਦੀ ਦੇ ਨੀਂਹ ਪੱਥਰ ਆ। ਬਾਅਦ ਵਾਲੀ ਬਿਲਡਿੰਗ ਬਾਅਦ ਵਾਲੇ ਲੋਕ ਉਸਾਰਨਗੇ, ਉਸਦਾ ਫਿਕਰ ਕਰਨਾ ਸਾਡਾ ਕੰਮ ਨਹੀਂ। ਮੇਰੇ ਬਹਾਦਰ ਦੋਸਤ, ਇਹ ਠੀਕ ਹੈ ਕਿ ਜੋ ਮਰਦੀ ਨਹੀਂ ਰੱਖਦਾ ਉਹੀ ਅਸਲੀ ਅਸਲ ਮਜ਼ਬੂਤੀ ਦਾ ਸਹੀ ਅਨੁਮਾਨ ਲਾ ਸਕਦਾ, ਤੇ ਇਸ ਲਈ ਉੱਪਰਲੀ ਇਮਾਰਤ ਵੀ ਤੁਸੀਂ ਉਸਾਰੋਗੇ। ਬਸ ਇਹੀ ਡਿਫੈਂਸ ਕੌਂਸਲ ਦਾ ਸੁਨੇਹਾ ਸੀ। ਤੁਸੀਂ ਮੇਰੀ ਗੱਲ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲੈ ਰਹੇ? ਚਲੋ ਛੱਡੋ, ਪਹਿਲਾਂ ਮੇਰੀ ਇੱਕ ਗੱਲ ਦਾ ਜਵਾਬ ਦਿਓ। ਕਿਹੜੀ ਦਾ? ਕੀ ਤੁਹਾਡਾ ਆਪਣੇ ਜੀਵਨ ਤੇ ਵਿਅਕਤੀਗਤ ਅਧਿਕਾਰ ਹੈ ਜਾਂ ਤੁਸੀਂ ਆਪਣੇ ਜੀਵਨ ਨੂੰ ਦੇਸ਼ ਦੀ ਅਮਾਨਤ ਮੰਨਦੇ ਹੋ? ਵਕੀਲਾਂ ਵਾਲੀਆਂ ਗੱਲਾਂ ਛੱਡੋ ਮਹਿਤਾ ਸਾਹਿਬ, ਸਿੱਧੀ ਤਰ੍ਹਾਂ ਦੱਸੋ ਮੈਨੂੰ ਕਹਿਣਾ ਕੀ ਚਾਹੁੰਦੇ ਹੋ? ਮੈਂ ਕਹਿਣਾ ਇਹ ਚਾਹੁੰਦਾ ਭਗਤ ਸਿੰਘ ਕਿ ਤੁਹਾਡੇ ਜੀਵਨ ਤੇ ਆ ਦੇਸ਼ ਦੀ ਜਨਤਾ ਦਾ ਅਧਿਕਾਰ ਹੈ ਤੇ ਦੇਸ਼ ਦੀ ਜਨਤਾ ਚਾਹੁੰਦੀ ਹੈ ਤੁਸੀਂ ਗਾਂਧੀ ਜੀ ਦੇ ਹੱਥ ਮਜ਼ਬੂਤ ਕਰਨ ਲਈ ਵਾਇਸਰਾਏ ਦੇ ਨਾਮ ਰਹਿਮ ਦੀ ਅਪੀਲ ਭੇਜੋ। ਰਹਿਮ ਦੀ ਅਪੀਲ? ਤੁਸੀਂ ਕਿਸ ਤਰ੍ਹਾਂ ਦੀ ਰਹਿਮ ਦੀ ਅਪੀਲ ਚਾਹੁੰਦੇ ਹੋ? ਮੇਰੇ ਬਹਾਦਰ ਦੋਸਤ, ਸਾਨੂੰ ਗਲਤ ਨਾ ਸਮਝ, ਅਸੀਂ ਅਜਿਹਾ ਕੋਈ ਫੈਸਲਾ ਨਹੀਂ ਕਰਾਂਗੇ ਜਿਸ ਨਾਲ ਤੁਹਾਡੀ ਬਹਾਦਰੀ ਨੂੰ ਵੱਟਾ ਲੱਗੇ। ਅੱਜ ਮੀਟਿੰਗ ਵਿੱਚ ਅਸੀਂ ਇੱਕ ਡਰਾਫਟ ਤਿਆਰ ਕਰਾਂਗੇ ਜੋ ਕੱਲ ਮੈਂ ਤੁਹਾਡੇ ਪਾਸ ਲੈ ਆਵਾਂਗਾ। ਰਹਿਮ ਦੀ ਅਪੀਲ ਤਾਂ ਅਸੀਂ ਵੀ ਤਿਆਰ ਕਰ ਲਈਏ ਮਹਿਤਾ ਸਾਹਿਬ, ਪਰ ਇਸ ਵਿੱਚ ਕੋਈ ਸ਼ੱਕ ਨਹੀਂ, ਸਾਡੇ ਮੁਕੱਦਮੇ ਨੇ ਤੁਹਾਨੂੰ ਇੱਕ ਸਫਲ ਵਕੀਲ ਬਣਾ ਦਿੱਤਾ। ਯਾਦ ਰੱਖਣਾ, ਦੋਸਤਾਂ ਦਾ ਅਹਿਸਾਨ ਨਾ ਭੁੱਲ ਜਾਣਾ। ਐਡਾ ਕਠੋਰ ਮਖੌਲ ਨਾ ਕਰੀਆ। ਕਿਉਂ,
ਇਸ ਵਿੱਚ ਕੋਈ ਸ਼ੱਕ ਆ? ਚੱਲ ਛੱਡ, ਲਿਆ ਵਿਖਾ ਕਿੱਥੇ ਆ ਤੇਰੀ ਰਹਿਮ ਦੀ ਅਪੀਲ? ਰਹਿਮ ਦੀ ਅਪੀਲ ਤਾਂ ਵਾਇਸਰਾਏ ਨੂੰ ਭੇਜੀ ਵੀ ਜਾ ਚੁੱਕੀ ਆ, ਆ ਉਸਦੀ ਨਕਲ ਆ। ਸਾਡੇ ਵਿਰੁੱਧ ਸਭ ਤੋਂ ਵੱਡਾ ਦੋਸ਼ ਇਹ ਹੈ ਕਿ ਅਸੀਂ ਸਮਰਾਟ ਪੰਜਵੇਂ ਵਿਰੁੱਧ ਸੰਘਰਸ਼ ਕੀਤਾ ਹੈ, ਅਤੇ ਇਸ ਤੋਂ ਦੋ ਗੱਲਾਂ ਸਪਸ਼ਟ ਹੋ ਜਾਂਦੀਆਂ ਨੇ। ਪਹਿਲੀ ਇਹ ਕਿ ਅੰਗਰੇਜ਼ੀ ਹਕੂਮਤ ਅਤੇ ਭਾਰਤੀ ਜਨਤਾ ਦੇ ਵਿਚਕਾਰ ਇੱਕ ਸੰਘਰਸ਼ ਚੱਲ ਰਿਹਾ ਹੈ, ਇਸ ਲਈ ਇਸ ਸੰਘਰਸ਼ ਵਿੱਚ ਅਸੀਂ ਵੱਧ ਚੜ੍ਹ ਕੇ ਹਿੱਸਾ ਲਿਆ, ਇਸ ਲਈ ਅਸੀਂ ਜੰਗੀ ਕੈਦੀ। ਮੈਂ ਤਾਂ ਸਾਹਿਬ, ਤੁਸੀਂ ਤਾਂ ਸਾਡੀ ਅਪੀਲ ਨੂੰ ਵਕੀਲਾਂ ਵਾਂਗ ਘੋਖਣ ਲੱਗ ਪਏ ਹੋ। ਸਾਡੀ ਅਪੀਲ ਇੱਦਾਂ ਨਹੀਂ, ਇਹ ਉਹ ਪੜੀ ਜਾਊਗੀ। ਅਸੀਂ ਆਪ ਜੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਇੱਕ ਜੰਗ ਚੱਲ ਰਹੀ ਹੈ, ਇਹ ਜੰਗ ਉਦੋਂ ਤੱਕ ਚੱਲਦੀ ਰਹੂਗੀ ਜਦੋਂ ਤੱਕ ਮਨੁੱਖ ਉੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ। ਇਹ ਅਪੀਲ, ਅਪੀਲ ਦੇ ਭਾਸ਼ਣ ਵਿੱਚ ਬਹੁਤ ਫਰਕ ਹੁੰਦਾ ਭਗਤ ਸਿੰਘ। ਬਹੁਤ ਬਹੁਤ ਧੰਨਵਾਦ। ਹੁਣ ਇਸ ਤੋਂ ਬਾਅਦ ਚੰਦ ਹੀ ਮਿੰਟਾਂ ਤੁਹਾਡੇ ਸਾਹਮਣੇ ਕੋਰੀਓਗ੍ਰਾਫੀ ਪੇਸ਼ ਕੀਤੀ ਜਾ ਰਹੀ ਹੈ। ਜਿੰਨਾ ਚਿਰ ਤਿਆਰੀ ਨੂੰ ਪਿੱਛੇ ਲੱਗਣਾ, ਉਨੇ ਸਮੇਂ 'ਚ ਕੁਝ ਕੁ ਬੇਨਤੀਆਂ ਜ਼ਰੂਰ ਸਵੀਕਾਰ ਕਰੋ। ਸਭ ਤੋਂ ਪਹਿਲਾਂ ਸਾਡੇ ਅੱਜ ਦੇ ਮੁੱਖ ਬੁਲਾਰੇ ਆ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਸਨਮਾਨ ਚਿੰਨ ਕਮੇਟੀ ਵੱਲੋਂ ਦਿੱਤਾ ਜਾਣਾ ਕਿ ਮੰਚ 'ਤੇ ਆਉਣ। ਉਹਨਾਂ ਨੂੰ ਸਨਮਾਨਿਤ ਕਰਨ ਲਈ ਉਹਨਾਂ ਤੋਂ ਪਹਿਲਾਂ ਸਾਡੇ ਕੈਸ਼ੀਅਰ ਸ਼ਸ਼ੀਕਾਂਤ ਜੀ, ਸਾਡੇ ਪੁਰਾਣੀ ਪੈਨਸ਼ਨ ਦੇ ਕੌਮੀ ਪ੍ਰਧਾਨ ਵਰਿੰਦਰ ਵਿੱਕੀ ਜੀ, ਸਾਥੀ ਮਨਮੋਹਨ ਸਿੰਘ ਜੀ, ਨਰੇਸ਼ ਮਿੱਡਾ ਜੀ, ਰਾਜੀਵ ਸ਼ਰਮਾ ਜੀ, ਜਸਵਿੰਦਰ ਸਿੰਗਲਾ ਜੀ, ਅਕਸ਼ੈ ਸ਼ਰਮਾ ਜੀ, ਰਾਜੀਵ ਦਸੜਕਾ, ਉਹ ਮੰਚ 'ਤੇ ਆਉਣ ਅਤੇ ਸਾਡੇ ਅੱਜ ਦੇ ਮੁੱਖ ਬੁਲਾਰੇ ਜਿਹੜੇ ਹੈ ਉਹਨਾਂ ਨੂੰ ਸਨਮਾਨਿਤ ਕਰਨ। ਵਰਿੰਦਰ ਵਿੱਕੀ ਜੀ, ਦੁਆਰਤੀ ਸ਼ਸ਼ੀਕਾਂਤ ਜੀ, ਨਰੇਸ਼ ਮਿੱਡਾ ਜੀ, ਮਨਮੋਹਨ ਸਿੰਘ ਜੀ, ਅਸੀਂ ਦਿਲੋਂ ਧੰਨਵਾਦੀ ਹਾਂ ਇਹੋ ਜਿਹੇ ਮਹਾਨ ਸ਼ਖਸੀਅਤ ਦੇ ਜਿਹੜੇ ਕਿ ਖੇਤੀਬਾੜੀ ਵਿਗਿਆਨੀ ਨੇ ਔਰ ਚੰਗਾ ਖੋਜ ਦੇ ਵਿੱਚ ਨਾਮਣਾ ਖੱਟਿਆ ਹੋਇਆ। ਪੰਡਿਤ ਜੀ ਦੀ ਇੱਕ ਯਾਦਗਾਰ ਬਹੁਤ ਬਹੁਤ ਧੰਨਵਾਦ। ਬੇਨਤੀ ਕਰਾਂਗਾ ਸਾਥੀਆਂ ਨੂੰ ਕਿ ਇੱਕ ਯਾਦਗਾਰੀ ਸਨੈਪ ਵੀ ਜ਼ਰੂਰ ਲਈ ਜਾਵੇ, ਕਿਉਂਕਿ ਕਮੇਟੀ ਦੇ ਮੈਂਬਰਾਂ ਤਾਂ ਹੋਰ ਵੀ ਨੇ ਬਹੁਤ ਸਾਰੇ, ਪਰ ਧੰਨਵਾਦ ਬਹੁਤ ਬਹੁਤ ਡਾਕਟਰ ਸਾਹਿਬ ਦਾ, ਜਿਨ੍ਹਾਂ ਨੇ ਆਪਣੇ ਕੀਮਤੀ ਪਲਾਂ 'ਚੋਂ ਅੱਜ ਸਾਡੇ ਲੇਖੇ ਦਿਨ ਲਾਇਆ। ਡਾਕਟਰ ਸਾਹਿਬ ਉੱਪਰ ਹੀ ਰਹਿਣਗੇ, ਕਿਉਂਕਿ ਸਾਡੇ ਹੋਰ ਸਾਥੀਆਂ ਨੂੰ ਵੀ ਬੇਨਤੀ ਹੈ ਜਿਹੜੇ ਨਾਲ ਆਏ ਸੀ, ਹੋਰ ਵੀ ਜੁਝਾਰੂ ਸਾਥੀ ਨੇ ਜਿਨ੍ਹਾਂ ਨੇ ਸਾਡੀ ਕਮੇਟੀ ਦਾ ਇੱਕ ਲਕਸ਼ ਹੈ ਕਿ ਜਿਹੜਾ ਲੋਕ ਘੋਲਾਂ ਵਿੱਚ ਜ਼ਬਰ ਜ਼ੁਲਮ ਦੇ ਖਿਲਾਫ ਖੜਦਾ ਉਹਨੂੰ ਸਨਮਾਨਿਤ ਕਰਦੇ ਹਾਂ ਅਸੀਂ ਹਰ ਸਾਲ। ਇਸੇ ਤਰ੍ਹਾਂ ਮਨਰੇਗਾ ਸਕੀਮ ਅਧੀਨ ਜਿਨ੍ਹਾਂ ਦਾ ਬਹੁਤ ਵੱਡੇ ਪੱਧਰ 'ਤੇ ਸ਼ੋਸ਼ਣ ਹੋ ਰਿਹਾ ਔਰ ਉਹਨਾਂ ਨੂੰ ਮਨ 'ਚ ਆਇਆ ਜਦੋਂ ਦਿਲ ਕੀਤਾ ਕੱਢ ਦਿੱਤਾ ਜਾਂਦਾ, ਉਹਨਾਂ ਦਾ ਇੱਕ
ਉਹਨਾਂ ਨੇ ਆਪਣੀ ਜਥੇਬੰਦੀ ਬਣਾਈ ਹੈ, ਮਾਮੂਲੀ ਮਾਣ ਭੱਤੇ 'ਤੇ ਕੰਮ ਕਰਦੇ ਆ, ਮਨਰੇਗਾ ਵਰਕਰ ਯੂਨੀਅਨ, ਉਸ ਜਥੇਬੰਦੀ ਦੇ ਜਿਹੜੇ ਇਸ ਘੋਲ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਉਹਨਾਂ ਦੇ ਮੈਂ ਨਾਂ ਲਵਾਂਗਾ। ਉਹ ਭੈਣਾਂ ਮੰਚ 'ਤੇ ਜ਼ਰੂਰ ਆਉਣ। ਸਭ ਤੋਂ ਪਹਿਲਾਂ ਬਲਵਿੰਦਰ ਕੌਰ ਜੀ, ਜਿਨ੍ਹਾਂ ਨੇ ਲਗਾਤਾਰ ਪਿੰਡ ਲੈਵਲ ਤੱਕ ਮਿਹਨਤ ਕਰਕੇ, ਤਾੜੀਆਂ ਦੇ ਨਾਲ ਸਵਾਗਤ ਕਰੋ, ਕਿਉਂਕਿ ਇਹਨਾਂ ਨੇ ਹੀ ਅੱਗੇ ਇਤਿਹਾਸ ਬਣਾਉਣਾ। ਸੋ ਸਾਥੀ ਨੂੰ ਬੇਨਤੀ ਕਰਾਂਗਾ ਕਿ ਡਾਕਟਰ ਸਾਹਿਬ ਸਨਮਾਨ ਚਿੰਨ੍ਹ ਦੇਣ, ਅਤੇ ਨਾਲ ਹੀ ਸਨੈਪ ਇੱਕ ਸਾਥੀ ਜ਼ਰੂਰ ਲਵੇ ਫੋਟੋ ਨਾਲੋਂ ਨਾਲ। ਇਹਨਾਂ ਤੋਂ ਬਾਅਦ ਬੇਨਤੀ ਕਰਾਂਗਾ ਪਰਮਜੀਤ ਕੌਰ ਜੀ, ਉਹ ਵੀ ਮੰਚ 'ਤੇ ਜ਼ਰੂਰ ਆਉਣ। ਇਹਦੇ ਨਾਲ ਹੀ ਅਨੀਤਾ ਰਾਣੀ ਜੀ, ਇਹੀ ਸਾਡੀਆਂ ਅੱਜ ਦੀਆਂ ਮਾਈ ਭਾਗੋ ਨੇ, ਜਿਹੜੀਆਂ ਹੱਕ ਹਕੂਕ ਦੀ ਲੜਾਈ ਲੜ ਰਹੀਆਂ, ਨਹੀਂ ਤਾਂ ਬਹੁਤੇ ਕਿਸਮਤ ਦਾ ਭਾਣਾ ਮੰਨ ਕੇ ਬਹਿ ਜਾਂਦੇ ਨੇ। ਇਹ ਉਹ ਐਗਜ਼ਾਮਪਲਾਂ ਜਿਹੜੀਆਂ ਕਿਸਮਤ ਦਾ ਭਾਣਾ ਨਾ ਮੰਨ ਕੇ ਹੋਣੀ ਦਾ ਮੁਕਾਬਲਾ ਕਰਦੀਆਂ। ਇਹਨਾਂ ਦੇ ਨਾਲ ਹੀ ਇੱਕ ਸਾਥ ਨਾਲ ਰਜਨੀ ਜੀ ਅੱਜ ਬਿਮਾਰ ਹੋਣ ਕਾਰਨ ਨਹੀਂ ਆ ਸਕੇ, ਨਹੀਂ ਤਾਂ ਉਹਨਾਂ ਨੂੰ ਵੀ ਅੱਜ ਸਨਮਾਨ ਤਿੰਨ ਚਿੰਨ੍ਹ ਦਿੱਤਾ ਜਾਣਾ ਸੀਗਾ। ਇਹ ਤੋਂ ਬਾਅਦ ਮੈਂ ਨੌਜਵਾਨ ਆਗੂ ਜਿਹੜੇ ਅਕਸਰ ਹੀ ਸਾਡੇ ਨਾਲ ਵੀ ਸਭਾ ਦੇ ਕਲੈਕਸ਼ਨ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ, ਸਾਥੀ ਅਕਸ਼ੇ ਸ਼ਰਮਾ ਜੀ, ਉਹ ਵੀ ਤਾੜੀਆਂ ਨਾਲ ਸਵਾਗਤ ਕਰੋ। ਅਸੀਂ ਜਦੋਂ ਵੀ ਇਸ ਨੌਜਵਾਨ ਨੂੰ ਫੋਨ ਕੀਤਾ ਵੀ ਆਪਾਂ ਕਲੈਕਸ਼ਨ ਲਈ ਆਉਣਾ, ਅਤੇ ਇਹਦਾ ਜਵਾਬ ਇਹ ਹੁੰਦਾ ਸੀ ਵੀ ਭਾਅ ਜੀ ਕਿੱਥੇ ਹੋ, ਵਿਦਿਨ 5 ਮਿੰਟ ਤੁਹਾਡੇ ਕੋਲ ਆਇਆ। ਨਹੀਂ ਤਾਂ ਨੌਜਵਾਨ ਘੁੰਮਣ ਫਿਰਨ ਦੇ ਜ਼ਿਆਦਾ ਸ਼ੌਕੀਨ ਹੁੰਦੇ ਆ, ਅਤੇ ਇਹੋ ਜਿਹੇ ਕੰਮਾਂ 'ਚ ਸੰਗ ਮਹਿਸੂਸ ਕਰਦੇ ਆ। ਇਹ ਨੌਜਵਾਨ ਆਗੂ ਹਰ ਵੇਲੇ ਸਾਡੇ ਤੋਂ ਅੱਗੇ ਹੋ ਕੇ ਸਾਰਿਆਂ ਨੂੰ ਆਉਣ ਦਾ ਸੱਦਾ ਪੱਤਰ ਦਿੱਤਾ। ਇਹਦੇ ਨਾਲ ਹੀ ਸਾਡੇ ਬਹੁਤ ਹੀ ਜੁਝਾਰੂ ਸਾਥੀ ਰਾਜੀਵ ਸ਼ਰਮਾ ਜੀ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਬਲਾਕ ਦੇ ਪ੍ਰਧਾਨ, ਔਰ ਮੈਂ ਸਮਝਦਾ ਸਾਰੇ ਜਥੇਬੰਦੀਆਂ ਦਾ ਧੁਰੇ ਦੇ ਰੂਪ 'ਚ ਕੰਮ ਕਰਦੇ ਆ, ਚਾਹੇ ਉਹ ਆਸ਼ਾ ਵਰਕਰ ਹੋਣ, ਚਾਹੇ ਮਿਡ ਡੇ ਮੀਲ, ਚਾਹੇ ਕੋਈ ਵੀ ਜਥੇਬੰਦੀ ਆ, ਉਹ ਉਹਨਾਂ ਦੀ ਬਾਂਹ ਜੇ ਕੋਈ ਫੜਦਾ ਤਾਂ ਉਹ ਸਾਡੇ ਰਾਜੀਵ ਸ਼ਰਮਾ ਜੀ ਆ। ਉਸ ਤੋਂ ਬਾਅਦ ਸਾਡੇ ਅੱਜ ਬਹੁਤ ਅਜੀਮ ਹਸਤੀ ਸਾਡੇ ਵਿੱਚ ਬਿਰਾਜਮਾਨ ਹੈ, ਸਾਡੀ ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਸ਼੍ਰੀ ਜੋਗਿੰਦਰਪਾਲ ਸਿੰਘ ਛਿੰਦਾ ਜੀ, ਉਹ ਵੀ ਮੰਚ 'ਤੇ ਆਉਣ। ਧੰਨਵਾਦੀ ਹਾਂ ਇਹਨਾਂ ਦੇ, ਸਾਡੇ ਨਿੱਕੇ ਜਿਹੇ ਸੱਦੇ ਦੇ ਅੱਜ ਸਾਡੇ ਵਿੱਚ ਹਾਜ਼ਰ ਹੋਏ ਆ। ਤਲਵਾੜੇ ਦੀ ਮਕਬੂਲ ਹਸਤੀ ਹੈ, ਬਹੁਤ ਬਹੁਤ ਧੰਨਵਾਦ, ਸਵਾਗਤ ਹੈ ਜੀ ਤੁਹਾਡਾ। ਸੋ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ। ਹੁਣ ਤੁਹਾਡੇ ਸਾਹਮਣੇ ਕੋਰੀਓਗ੍ਰਾਫੀ ਪੇਸ਼ ਕੀਤੀ ਜਾ ਰਹੀ ਹੈ, ਬਾਬਲ ਦਾ ਬੇੜਾ, ਲੋਕ ਕਲਾ ਮੰਚ ਮੰਡੀ। ਮੰਚ 'ਤੇ ਆ ਜਾਓ ਦਬੋ ਦਬ। ਸਾਰੇ ਜਣੇ ਆ ਜਾਓ ਪਲੀਜ਼।
ਪਿਆਰੇ ਦਰਸ਼ਕੋ, ਸਾਡੀ ਇਸ ਟੀਮ ਵਿੱਚ ਜਿਹੜੇ ਸਾਥੀਆਂ ਨੇ ਭਾਗ ਲਿਆ ਉਹਨਾਂ ਦੀ ਜਾਣ ਪਛਾਣ ਇੱਕ ਤਾਰਫ ਤੁਹਾਡੇ ਨਾਲ ਸਾਂਝਾ ਕਰਵਾ ਰਹੇ ਹਾਂ। ਕਮਲ ਜਗਦੀਪ ਆ ਜਾਓ, ਤੁਸੀਂ ਵੀ ਆ ਜਾਓ। ਪਹਿਲੇ ਨੰਬਰ 'ਤੇ ਜਿਹੜਾ ਲੜਕਾ ਤੁਹਾਡੇ ਸਾਹਮਣੇ ਪੇਸ਼ ਹੋਇਆ ਸੀਗਾ, ਸਾਹਿਲ, ਸਾਹਿਲ ਜਿਹੜਾ ਪਲੱਸ ਟੂ ਦਾ ਵਿਦਿਆਰਥੀ ਹੈ ਅਤੇ ਇਹਨੇ ਨਸ਼ਿਆਂ ਵਾਲੇ ਨਾਟਕ ਵਿੱਚ ਰੋਲ ਕੀਤਾ ਸੀਗਾ। ਦੂਜੇ ਨੰਬਰ 'ਤੇ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀ, ਹੀਰਾ ਲਾਲ, ਇਹ ਵੀ ਪਲੱਸ ਟੂ ਦਾ ਵਿਦਿਆਰਥੀ ਹੈ। ਪਹਿਲੀ ਕੋਰੀਓਗ੍ਰਾਫੀ ਵਿੱਚ ਦੁੱਖ ਪੰਜਾਬ ਦੇ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀ, ਛੋਟਾ ਸੂਤਰਧਾਰ ਦੇ ਰੂਪ ਵਿੱਚ, ਸੁਖਪ੍ਰੀਤ ਸਿੰਘ ਸੁੱਖਾ, ਛੇਵੀਂ ਕਲਾਸ ਦਾ ਵਿਦਿਆਰਥੀ ਹੈ। ਅਤੇ ਪਹਿਲੇ ਨਾਟਕ ਵਿੱਚ ਜਿਹੜਾ ਮੁੱਖ ਪਾਤਰ ਸੀਗਾ, ਜਿਹੜਾ ਨਸ਼ੇੜੀ ਬਣ ਜਾਂਦਾ ਉਸ ਪਾਤਰ ਦੇ ਰੂਪ ਵਿੱਚ, ਅਤੇ ਦੂਜੇ ਨਾਟਕ ਵਿੱਚ ਇੱਕ ਪੁਲਿਸ ਵਾਲੇ ਦੀ ਭੂਮਿਕਾ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀ, ਰਣਵੀਰ ਸਿੰਘ, ਰਣਵੀਰ ਸਿੰਘ BA ਸੈਕਿੰਡ ਦਾ ਵਿਦਿਆਰਥੀ ਹੈ। ਅਤੇ ਪਹਿਲੇ ਨਾਟਕ ਵਿੱਚ ਇੱਕ ਗੁਆਂਢੀ ਦੇ ਰੂਪ ਵਿੱਚ ਅਤੇ ਦੂਜੇ ਨਾਟਕ ਵਿੱਚ ਵਕੀਲ ਦੇ ਪ੍ਰਾਣਨਾਥ ਮਹਿਤਾ ਜੀ ਦੇ ਰੂਪ ਵਿੱਚ ਅਤੇ ਇੱਕ ਸਿਪਾਹੀ ਦੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀ, ਲੋਕ ਕਲਾ ਮੰਚ ਦਾ ਬੜਾ ਸੀਨੀਅਰ ਕਲਾਕਾਰ ਆ, 20 ਸਾਲਾਂ ਤੋਂ ਲੋਕ ਕਲਾ ਮੰਚ ਵਿੱਚ ਕੰਮ ਕਰ ਰਿਹਾ, ਕਮਲਜੀਤ ਮੋਹੀ। ਅਤੇ ਅਗਲਾ ਪਾਤਰ ਬੋਗੇ ਦੇ ਰੂਪ ਵਿੱਚ ਅਤੇ ਪਹਿਲੇ ਨਾਟਕ ਵਿੱਚ ਪਿਤਾ ਦੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀ, ਲੋਕ ਕਲਾ ਮੰਚ ਦਾ ਫਾਊਂਡਰ ਮੈਂਬਰ ਹੈ, ਸੁਰਿੰਦਰ ਸ਼ਰਮਾ ਇਹਨਾਂ ਦਾ ਨਾਮ ਆ, ਅਤੇ ਪਿਛਲੇ 31 ਸਾਲਾਂ ਤੋਂ, 31ਵਾਂ ਸਾਲ ਚੱਲ ਰਿਹਾ ਲੋਕ ਕਲਾ ਮੰਚ ਬਣੇ ਨੂੰ, 31 ਸਾਲਾਂ ਤੋਂ ਇਹ ਸਾਥੀ ਮੇਰੇ ਨਾਲ ਕੰਮ ਕਰ ਰਿਹਾ, ਮੈਂ ਇਹਦੇ ਨਾਲ ਕੰਮ ਕਰ ਰਿਹਾ। ਸੋ ਇਹ ਕਿੱਤੇ ਵਜੋਂ ਅਧਿਆਪਕ ਨੇ, ਹਿੰਦੀ ਦੇ ਅਧਿਆਪਕ ਨੇ ਅਤੇ ਮਿਡਲ ਸਕੂਲ ਵਿੱਚ ਬਤੌਰ ਮੁੱਖ ਅਧਿਆਪਕ ਕੰਮ ਕਰ ਰਹੇ ਨੇ। ਭਗਤ ਸਿੰਘ ਦੇ ਰੂਪ ਵਿੱਚ ਅਤੇ ਪਹਿਲੇ ਨਾਟਕ ਵਿੱਚ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਪਾਤਰ ਦੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀਗਾ, ਹਰਮਨਦੀਪ ਸਿੰਘ ਲੀਹਾਂ। ਹਰਮਨਦੀਪ ਵੀ ਲੋਕ ਕਲਾ ਮੰਚ ਵਿੱਚ ਪਿਛਲੇ 10 ਸਾਲਾਂ ਤੋਂ ਕੰਮ ਕਰ ਰਿਹਾ ਅਤੇ ਹੁਣ ਇਹ ਗ੍ਰੈਜੂਏਸ਼ਨ ਕਰ ਰਿਹਾ, ਫਾਈਨਲ ਈਅਰ ਦਾ ਵਿਦਿਆਰਥੀ ਹੈ, BA ਹੁਣ ਇਹਨੇ ਸ਼ੁਰੂ ਕਰਨੀ ਹੈ ਅਤੇ ETT ਪਾਸ ਹੈ, ਟੈਟ ਪਾਸ ਹੈ, ਬੇਰੁਜ਼ਗਾਰ ਹੈ। ਅਤੇ ਕੋਰੀਓਗ੍ਰਾਫੀ ਵਿੱਚ, ਪਹਿਲੀ ਕੋਰੀਓਗ੍ਰਾਫੀ ਵਿੱਚ ਵੀ, ਦੂਜੀ ਕੋਰੀਓਗ੍ਰਾਫੀ ਵਿੱਚ ਵੀ ਜਿਹੜਾ ਪਾਤਰ ਤੁਹਾਡੇ ਸਾਹਮਣੇ ਧੀ ਦੇ ਰੂਪ ਵਿੱਚ ਆਇਆ ਸੀਗਾ, ਅਰਸ਼ਦੀਪ ਕੌਰ। ਅਤੇ ਪਹਿਲੀ ਕੋਰੀਓਗ੍ਰਾਫੀ ਵਿੱਚ ਅਤੇ ਦੂਸਰੀ ਕੋਰੀਓਗ੍ਰਾਫੀ ਵਿੱਚ ਜਿਹੜੀ ਪਾਤਰ ਤੁਹਾਡੇ ਸਾਹਮਣੇ ਆਈ ਸੀ, ਪ੍ਰਦੀਪ ਕੌਰ, ਇਹ ਦੋਨੋਂ 8ਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ। ਅਤੇ ਪਹਿਲੇ ਨਾਟਕ ਵਿੱਚ ਭੈਣ ਦੇ ਰੂਪ ਵਿੱਚ ਜਿਹੜੀ ਇੱਕ ਉਮੀਦ ਦੀ ਕਿਰਨ ਦੇ ਰੂਪ ਵਿੱਚ ਜਿਹੜੀ ਪਾਤਰ ਤੁਹਾਡੇ ਸਾਹਮਣੇ ਆਈ ਸੀਗੀ, ਇਹਦਾ ਨਾਮ ਵੀ ਕਿਰਨਦੀਪ ਕੌਰ ਹੈ, ਇਹ +1 ਦੀ ਵਿਦਿਆਰਥਣ ਹੈ। ਅਤੇ ਦੂਜੀ ਜਿਹੜੀ ਪਹਿਲੇ ਨਾਟਕ ਵਿੱਚ ਜਿਹੜੀ ਲੜਕੀ ਨਸ਼ੇੜੀ ਬਣ ਜਾਂਦੀ ਹੈ, ਮਜਬੂਰੀਆਂ, ਬਸ ਘਰ ਦੀਆਂ ਮਜਬੂਰੀਆਂ ਕਰਕੇ ਨਸ਼ੇੜੀ ਬਣ ਜਾਂਦੀ ਹੈ, ਉਸ ਲੜਕੀ ਦੇ ਰੂਪ ਵਿੱਚ ਅਤੇ ਕੋਰੀਓਗ੍ਰਾਫੀ ਵਿੱਚ
ਧੀ ਦੇ ਰੂਪ ਵਿੱਚ ਜਿਹੜੀ ਪਾਤਰ ਤੁਹਾਡੇ ਸਾਹਮਣੇ ਆਈ ਸੀ ਮਨਪ੍ਰੀਤ ਕੌਰ ਜੱਸੀ ਇਹ ਪਲੱਸ ਵਨ ਕਮਰਸ ਦੀ ਵਿਦਿਆਰਥਣ ਹੈ ਅਤੇ ਜੇਲਰ ਦੇ ਰੂਪ ਵਿੱਚ ਅਤੇ ਪਹਿਲੇ ਨਾਟਕ ਵਿੱਚ ਇੱਕ ਨਸ਼ਾ ਵੰਡਣ ਵਾਲੇ ਤਸਕਰ ਦੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀ ਲੋਕ ਕਲਾ ਮੰਚ ਦਾ ਬੜਾ ਸੀਨੀਅਰ ਕਲਾਕਾਰ ਆ 20 ਸਾਲਾਂ ਤੋਂ ਕੰਮ ਕਰ ਰਿਹਾ ਹੈ ਦੀਪਕ ਰਾਏ ਪ੍ਰਾਇਮਰੀ ਸਕੂਲ ਵਿੱਚ ਹੈੱਡ ਟੀਚਰ ਦੇ ਤੌਰ 'ਤੇ ਕੰਮ ਕਰਦੇ ਨੇ ਅਤੇ ਬੈਕ ਸਟੇਜ 'ਤੇ ਸਾਡਾ ਸਾਥ ਦੇ ਰਿਹਾ ਸੀਗਾ ਜਗਦੀਪ ਸਿੰਘ 10ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਭਗਤ ਸਿੰਘ ਦੇ ਮਾਤਾ ਦੇ ਰੂਪ ਵਿੱਚ ਜਿਹੜਾ ਪਾਤਰ ਤੁਹਾਡੇ ਸਾਹਮਣੇ ਆਇਆ ਸੀਗਾ ਅੰਜੂ ਚੌਧਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਦੇ ਤੌਰ 'ਤੇ ਕੰਮ ਕਰ ਰਹੇ ਨੇ ਅਤੇ ਇਸ ਨਾਟਕ ਦੋਨਾਂ ਨਾਟਕਾਂ ਦੀ ਨਿਰਦੇਸ਼ਨਾ ਪਹਿਲੇ ਨਾਟਕ ਦਾ ਲਿਖਣ ਦਾ ਕੰਮ ਵੀ ਮੇਰਾ ਸੀਗਾ ਨਿਰਦੇਸ਼ਿਤ ਕੀਤਾ ਮੈਂ ਇਸਨੂੰ ਮੇਰਾ ਨਾਮ ਹਰਕੇਸ਼ ਹੈ ਮੈਂ ਪੰਜਾਬੀ ਅਧਿਆਪਕ ਹਾਂ ਅਤੇ ਇੱਥੋਂ ਲੈ ਕੇ ਉੱਥੇ ਤੱਕ ਇਹ ਸਾਰੇ ਮੇਰੇ ਵਿਦਿਆਰਥੀ ਨੇ ਮੇਰੇ ਸਕੂਲ ਦੇ ਵਿਦਿਆਰਥੀ ਨੇ ਸੋ ਲੋਕ ਕਲਾ ਮੰਚ ਪਿਛਲੇ 31 ਸਾਲਾਂ ਤੋਂ ਕੰਮ ਕਰ ਰਹੀ ਹੈ ਅਤੇ ਲੋਕ ਕਲਾ ਮੰਚ ਨੇ 2007 ਵਿੱਚ ਪੰਜਾਬੀ ਰੰਗ ਮੰਚ ਦੇ ਇਨਕਲਾਬੀ ਰੰਗ ਮੰਚ ਦੇ ਮਾਣ ਕਲਗੀ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਦੇ ਨਾਮ 'ਤੇ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿੱਚ ਬਣਾਇਆ ਅਤੇ ਇਹਦੀ ਯੂਨੀਕ ਗੱਲ ਇਹੀ ਸੀ ਕਿ ਗੁਰਸ਼ਰਨ ਭਾਅ ਜੀ ਨੇ ਆਪ ਉਹਦਾ ਉਦਘਾਟਨ ਕੀਤਾ ਸੀਗਾ ਅਤੇ ਉਹਨਾਂ ਨੇ ਉਦਘਾਟਨ ਕਰਦਿਆਂ ਉੱਥੇ ਕਿਹਾ ਸੀਗਾ ਇੱਥੇ ਬੜੇ ਵੱਡੇ ਵੱਡੇ ਮੇਲੇ ਲੱਗਿਆ ਕਰਨਗੇ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਸਾਰੀ ਟੀਮ ਰਲ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਭਾਅ ਜੀ ਦੇ ਕਹੇ ਹੋਏ ਉਹ ਬੋਲ ਪੁਗਾਈਏ ਵੱਡੇ ਵੱਡੇ ਮੇਲੇ ਲਾਈਏ ਅਸੀਂ ਜੂਨ ਮਹੀਨੇ ਵਿੱਚ ਬੱਚਿਆਂ ਦੀ ਇੱਕ ਸਮਰ ਚੇਤਨਾ ਕੈਂਪ ਲਗਾਉਂਦੇ ਹਾਂ ਜਿਹਦੇ ਵਿੱਚ 60-70 ਬੱਚਿਆਂ ਨੂੰ ਅਸੀਂ ਸ਼ਾਮਿਲ ਕਰਦੇ ਹਾਂ ਬੱਚੇ ਬਹੁਤ ਆਉਣਾ ਚਾਹੁੰਦੇ ਹੁੰਦੇ ਆ ਪਰ ਅਸੀਂ 60-70 ਤੋਂ ਵੱਧ ਕਰਨਾ ਨਹੀਂ ਚਾਹੁੰਦੇ ਹੁੰਦੇ ਕਿਉਂਕਿ ਅਸੀਂ ਉਹ 12 ਦਿਨਾਂ ਦੇ ਕੈਂਪ ਵਿੱਚ ਅਸੀਂ ਉਹਨਾਂ ਬੱਚਿਆਂ ਨੂੰ ਚੇਤਨ ਕਰਨ ਦਾ ਯਤਨ ਕਰਦੇ ਹਾਂ ਅਤੇ ਨਵੰਬਰ ਮਹੀਨੇ ਵਿੱਚ ਅਸੀਂ ਕਰਤਾਰ ਸਿੰਘ ਸਰਾਭਾ ਯਾਦਗਾਰੀ ਇੱਕ ਨਾਟ ਫੈਸਟੀਵਲ ਕਰਾਉਂਦੇ ਹਾਂ 3 ਰੋਜ਼ਾ ਫੈਸਟੀਵਲ ਅਤੇ ਹਰ ਮਹੀਨੇ ਦੇ ਅਖੀਰਲੇ ਸ਼ਨੀਵਾਰ ਇੱਕ ਨਾਟਕ ਹੁੰਦਾ ਵਾ ਸੋ ਸਾਡਾ ਇਹ ਯਤਨ ਹੈ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਗਦਰੀ ਬਾਬਿਆਂ ਦੇ ਸੁਪਨਿਆਂ ਦਾ ਸਮਾਜ ਸਿਰਜ ਸਕੀਏ ਬਣਾ ਸਕੀਏ ਉਹਦੇ ਵਿੱਚ ਯੋਗਦਾਨ ਪਾ ਸਕੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਟੀਮ ਮੁੱਲਾਪੁਰ ਦਾ ਇੱਕ ਨਾਅਰੇ ਨਾਲ ਸਮਾਪਤੀ ਕਰਾਂਗੇ ਇਨਕਲਾਬ ਇਨਕਲਾਬ ਆਸ ਕਰਦੇ ਹਾਂ ਅਗਲੇ ਸਾਲ ਤੁਹਾਡੇ ਫਿਰ ਇਸੇ ਤਰ੍ਹਾਂ ਮਿਲਾਂਗੇ ਦੀਪਕ ਜੀ ਨੇ ਇੱਕ ਜ਼ਰੂਰੀ ਅਨਾਊਂਸਮੈਂਟ ਕਰਨੀ ਹੈ ਪਰ ਨਾਲ ਹੀ ਹਰਸ਼ੇਸ਼ ਚੌਧਰੀ ਜੀ ਦਾ ਮੈਂ ਧੰਨਵਾਦੀ ਹਾਂ ਕਿ ਜਿੱਥੇ ਅਧਿਆਪਕ ਆਪਣੇ ਕਿਤੇ ਤੱਕਰ ਹੀ ਸੀਮਿਤ ਰਹਿੰਦੇ ਆ ਇਹਨਾਂ ਦਾ ਯੋਗਦਾਨ ਜਿਹੜਾ ਹੈ ਕਿਤੇ ਤੋਂ ਵੱਧ ਕੇ ਵਿਦਿਆਰਥੀਆਂ ਨੂੰ ਇੱਕ ਕਲਾ ਦੇ ਨਾਲ ਇੱਕ ਦੇਸ਼ ਭਗਤੀ ਨਾਲ ਜੋੜਨਾ ਇਹ ਬਹੁਤ ਵੱਡੀ ਹਰਕੇਸ਼ ਜੀ ਦੀ ਪ੍ਰਾਪਤੀ ਹੈ ਹੁਣ ਦੀਪਕ ਜੀ ਇੱਕ ਸੁਨੇਹਾ ਦੇਣਾ ਚਾਹੁੰਦੇ ਸੁਨੇਹਾ ਤਾਂ ਇਹੀ ਹੈ ਵੀ ਅਸੀਂ 3-4 ਦਿਨ ਇਸੇ ਸ਼ਹਿਰ ਦੇ ਵਿੱਚ ਰਵਾਂਗੇ ਬਾਈ ਜੀ ਹੋਰਾਂ ਕੋਲ ਸਾਡੀ ਟੀਮ ਨੇ ਭਗਤ ਸਿੰਘ ਦਾ ਜਿਹੜਾ ਜਨਮਦਿਨ ਆ ਰਿਹਾ 113ਵਾਂ ਬਰਥਡੇ 113ਵੇਂ ਸਾਲ 'ਚ ਲੱਗ ਜਾਣਾ ਭਗਤ ਸਿੰਘ ਨੇ 113 ਪਿੰਡਾਂ ਸ਼ਹਿਰਾਂ ਸਕੂਲਾਂ ਕਾਲਜਾਂ ਦੇ ਵਿੱਚ ਨੁੱਕੜ ਨਾਟਕ ਕਰਨੇ ਨੇ ਖਾਸ ਤੌਰ 'ਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਸਕੂਲਾਂ ਕਾਲਜਾਂ 'ਚ ਤਾਂ ਅਸੀਂ ਕਰਦੇ ਹੀ ਰਹਿੰਦੇ ਹਾਂ ਅਤੇ ਅਸੀਂ ਚਾਹੁੰਦੇ ਸੀਗੇ ਸਾਡੇ ਕੋਲ ਇੱਕ ਪਰਚਾ ਹੈ ਪੈਂਫਲੇਟ ਹੈ ਉਹ ਤੁਸੀਂ ਜਾਣੇ ਜੋ ਵੀ ਲੈ ਕੇ ਜਾਣਾ ਚਾਹੁੰਦੇ ਨੇ ਉਹ ਮੁੰਡੇ ਦੇ ਰਹੇ ਨੇ ਤੁਹਾਨੂੰ ਅਤੇ ਕੋਸ਼ਿਸ਼ ਕਰਿਓ ਵੀ ਜੇ ਕੋਈ ਇੱਕ ਪਰਿਵਾਰ 'ਚੋਂ ਤਾਂ ਇੱਕੋ ਹੀ ਪਰਚਾ ਲਵੇ ਅਤੇ ਜ਼ਿਆਦਾ ਨਾ ਲਵੇ ਅਤੇ ਕਿ ਵੀ ਸਾਡੇ ਕੋਲ ਉਨੇ ਕੀ ਆ ਬਾਕੀ ਇੱਥੇ 2-3 ਦਿਨ ਰਹਿਣਾ ਹੈ
ਦੀਪਕ ਹੁਰਾ ਨਾਲ ਤੁਸੀਂ ਗੱਲ ਕਰ ਲਿਓ, ਜੋ ਕੋਈ ਕਿਤੇ ਵੀ ਔਰਗੇਨਾਈਜ਼ ਕਰਵਾ ਸਕਦਾ ਕਿਸੇ ਪ੍ਰੋਗਰਾਮ 'ਚ ਕਿਸੇ ਗਲੀ ਮੁਹੱਲੇ 'ਚ, ਅਤੇ ਦੀਪਕ ਜੀ ਹੁਣਾਂ ਨਾਲ ਤੁਸੀਂ ਗੱਲ ਕਰ ਲਿਓ, ਮਿਹਰਬਾਨੀ। ਥੋੜ੍ਹਾ ਲਾਸਟ ਅਨਾਊਂਸਮੈਂਟ ਹੈ, ਇਹ ਸਾਰਾ ਲਾਈਵ ਚੱਲਿਆ ਸੋਹਲ ਇਨ ਪੰਜਾਬ 'ਤੇ ਯੂਟਿਊਬ 'ਤੇ, ਇਹਨੂੰ ਜ਼ਰੂਰ ਦੇਖੋ ਅਤੇ ਉੱਥੇ ਕਮੈਂਟ ਜ਼ਰੂਰ ਕਰੋ ਵੀ ਤੁਹਾਨੂੰ ਸਾਰਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ। ਕਈ ਵਾਰੀ ਸਾਡੇ ਮੂੰਹ ਤੋਂ ਕਹਿਣ ਤੋਂ ਗਰੇਜ਼ ਹੁੰਦਾ, ਜੇ ਇਹਦੇ 'ਚ ਕੋਈ ਕਮੀ ਪੇਸ਼ੀ ਵੀ ਰਹੀ ਹੈ ਜਾਂ ਤੁਹਾਨੂੰ ਬਹੁਤ ਵਧੀਆ ਲੱਗਿਆ ਜਾਂ ਕਿਸ ਤਰ੍ਹਾਂ ਹੋਰ ਸੁਧਾਰਿਆ ਜਾ ਸਕਦਾ ਜੀ, ਉਹਦੇ 'ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਸਾਡੇ ਤੱਕ ਜਿਹੜਾ ਸੁਨੇਹਾ ਪਹੁੰਚਾ ਸਕਦੇ ਹੋ। ਯੂਟਿਊਬ 'ਤੇ ਸੋਹਲ ਇਨ ਪੰਜਾਬ 'ਤੇ, ਧੰਨਵਾਦ।